ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਤੇ ਇੱਕ ਵਾਰ ਫਿਰ ਸਵਾਗਤ ਹੈ ਜੀ ਤੁਹਾਡਾ ਮਿੱਤਰਾਂ ਦੇ ਪੋਡਕਾਸਟ 'ਚ ਤੇ ਅੱਜ ਬਹੁਤ ਦਿਨਾਂ ਬਾਅਦ ਆਪਾਂ ਇੱਕ ਐਪੀਸੋਡ ਲੈ ਕੇ ਆਏ ਆ ਮੈਨੂੰ ਲੱਗਦਾ 10 ਤੋਂ 15 ਦਿਨ ਹੋ ਗਏ ਉਹਦੇ ਪਿੱਛੇ ਤਿੰਨ ਚਾਰ ਕਾਰਨ ਸੀਗੇ ਜਿਹੜੇ ਤੁਹਾਨੂੰ ਆਪਾਂ ਪੋਡਕਾਸਟ ਵਿੱਚ ਚੱਲਦੇ-ਚੱਲਦੇ ਦੱਸਾਂਗੇ ਤੇ ਮੇਰੇ ਨਾਲ ਹਰ ਵਾਰ ਦੀ ਤਰ੍ਹਾਂ ਇੰਟਰੀਅਰ ਵਾਲਾ ਬਾਈ ਤੇ ਪਹਿਲਾਂ ਬਾਈ ਨੂੰ ਕਵਾਂਗੇ ਕਿ ਤੁਹਾਨੂੰ ਸਤ ਸ੍ਰੀ ਅਕਾਲ ਬੁਲਾ ਦੇ ਤੇ ਉਸ ਤੋਂ ਬਾਅਦ ਸ਼ੁਰੂ ਕਰੀਏ ਅੱਜ ਦਾ ਪੋਡਕਾਸਟ ਸਾਰਿਆਂ ਨੂੰ ਸਤ ਸ੍ਰੀ ਅਕਾਲ ਬੁਲਾਤੀ ਤੂੰ ਹੀ ਲਾਸਟ ਟਾਈਮ ਮੰਗੂ ਬੁਲਾਤੀ ਨਹੀਂ ਕੋਈ ਗੱਲਬਾਤ ਵੀ ਕਰ ਯਾਰ ਤੂੰ ਆਪੇ ਗਿਆ ਨਾ ਸਾਸਰੀ ਕਾ ਬੁਲਾ ਮੈਂ ਬੁਲਾਤੀ ਫਰੀਜੀ ਭਾਜੀ ਮੈਂ ਤੇ ਤੈਨੂੰ ਪਤਾ ਹੈ ਅਸੀਂ ਆਗਿਆਕਾਰੀ ਬੱਚੇ ਨਹੀਂ 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 ਮੈਂ ਨਹੀਂ ਫਾਲਤੂ ਬੋਲਦਾ ਮੈਨੂੰ ਜਿੰਨਾ ਕਿ ਕਿਹਾ ਜਾਂਦਾ ਵੇ ਅੱਜ ਬਟਰ ਵੀ ਬੰਦ ਕਰਕੇ ਆਏ ਉੱਤੇ ਵੇਖਿਆ ਨਹੀਂ ਬਟਰ ਬੰਦ ਕੀਤਾ ਤੇਰੇ ਭਰਾੜੇ ਦੇ ਆਜ ਐਜੂਕੇਟਿਡ ਲੱਗਦੇ ਵੀਰੇ ਨਾ ਐਜੂਕੇਟਿਡ ਹੋਏ ਨਹੀਂ ਨਹੀਂ ਫਿਰ ਵੀ ਲੋਕਾਂ ਨਾਲ ਕੋਈ ਹੋਰ ਗੱਲਬਾਤ ਵਾਰਤਾ ਲਾਭ ਕਰੋ ਜੇ ਬਾਅਦ ਆਏ ਜੀ ਹਾਂ ਮੈਂ ਕਰਾਂ ਗੱਲਬਾਤ ਤੁਸੀਂ ਕਰੋ ਤੁਸੀਂ ਹੀ ਕਰੋ ਲੋ ਫਰਸ਼ੀ பாਜੀ ਮੈਂ ਗੱਲਬਾਤ ਤੇਰਾ ਭਰਾ ਹੁਣ ਛੱਟਾ ਲੱਗਾ ਜੋਰ ਕਰ ਠੀਕ ਹੈ ਜੋਰ ਕਰ ਮਾਰ ਲਗਾ ਉਹ ਜਿਹੜੀ ਆਦੀਬ ਟੀਵੀ ਵਾਲੀ ਠੀਕ ਹੈ ਆਦੀਬ ਟੀਵੀ ਵਾਲੀ ਅੱਛਾ ਜਿਹੜੀ ਉਹ ਆਹ ਜਿਹਨੇ ਠੇਕਾ ਲਿਆ ਹੋਇਆ ਸਾਰੇ ਪੰਜਾਬ ਦੇ ਇੰਟਰਵਿਊ ਲੈਣ ਦਾ ਜਿਹਨੇ ਠੇਕਾ ਲਿਆ ਹਰ ਇੱਕ ਬੇਕਾਰ ਬੰਦੇ ਦੀ ਇੰਟਰਵਿਊ ਲੈਣ ਦਾ ਅੱਛਾ ਉਸ ਪਤਾ ਨਹੀਂ ਕੋਣ ਹੈ ਉਹ ਤੇ ਉਹਨੂੰ ਮੈਂ ਕਹਿਣਾ ਚਾਹਨਾ ਵਾਂ ਐਂਟੀ ਜੀ ਨੂੰ ਬੀ ਐਂਕਰ ਬੀਬਾ ਜੀ ਤੁਸੀਂ ਨਾ ਤੁਹਾਨੂੰ ਮੈਂ ਦੋ ਬੱਚੇ ਦੱਸਦਾ ਉਹਨਾਂ ਦੀ ਇੰਟਰਵਿਊ ਜ਼ਰੂਰ ਲਿਓ ਮੈਂ ਨਾ ਹਿੰਦੀ ਜਸਵਾਲ ਦੀ ਵੇਖੀ ਵੀਡੀਓ ਕੱਲ ਤੇ ਅੱਜ ਤੇ ਹਿੰਦੀ ਭਾਜੀ ਨੇ ਦੋ ਮੁੰਡੇ ਦੱਸੇ ਨੇ ਦੋ ਪੰਜਾਬੀ ਮੁੰਡੇ ਜਿਨ੍ਹਾਂ ਨੇ ਆਪਣੇ ਪੰਜਾਬੀਆਂ ਦਾ ਮਾਣ ਵਧਾਇਆ ਇੱਕ ਮੁੰਡੇ ਦਾ ਨਾਮ ਹੈ ਓੰਕਾਰ ਸਿੰਘ ਬਤਰਾ ਓਕੇ ਇਹ ਸਭ ਮੁੰਡੇ ਨੇ ਵੈਬਸਾਈਟ ਵੈਬਸਾਈਟ ਬਣਾਈ ਸੀ ਕਰੋਨਾ ਵੈਲੇ ਨਾ ਤੇ ਮੋਦੀ ਨਾਲ ਵੀ ਇਦੀਆਂ ਫੋਟਾਂ ਫੂਟਾਂ ਆ ਜੰਮੂ ਕਸ਼ਮੀਰ ਤੋਂ ਮੁੰਡਾ ਤੇ ਇਹਦੀ ਨਹੀਂ ਮੈਂ ਕਿਸੇ ਪਾਛੇ ਵੀ ਇੰਟਰਵਿਊ ਦੇਖੀ ਕਿਸੇ ਚੈਨਲ ਨੇ ਨਹੀਂ ਇਹ ਮੁੰਡੇ ਦੀ ਇੰਟਰਵਿਊ ਲਈ ਯਾਰ ਠੀਕ ਆ ਠੀਕ ਆ ਬਾਕੀ ਜੇ ਕੋਈ ਮੁੰਡਾ ਇਸ ਬੰਦੇ ਇਹਨੂੰ ਵਧਾਈਆਂ ਦੇ ਰਹੀਆਂ ਚੰਦਾ ਤੇ ਇਹਦਾ ਮੈਂ ਟਵਿੱਟਰ ਅਕਾਊਂਟ ਪਾ ਦਾਂਗਾ ਟਵਿੱਟਰ ਤੇ ਆਇਆ ਇਹਦੇ ਫੋਲੋਅਰ ਸਾਰੇ 400 ਨੇ ਕੱਲ 300 ਸੀ ਹਿੰਦੀਪਾ ਜੀ ਨੇ ਥੋੜੀ ਜੀ ਵੀਡੀਓ ਜਗਾ ਦੇ ਕੀਤੀ ਤੇ ਅੱਜ 400 ਹੋ ਗਏ ਨੇ ਫੋਲੋਅਰ ਪਰ ਵੇਖ ਲੋ ਮੈਂ ਕਹਾ ਫੋਲੋਅਰ ਹੈ ਨਹੀਂ ਭਾਜੀ ਤਾਂ ਹੀ ਤਾਂ ਅਗਲੀ ਨੂੰ ਇੰਟਰਵਿਊ ਨਹੀਂ ਕੀਤੀ ਜੇ ਇਹੀ ਉਹ ਕੋ ਹੁੰਦੇ 30 40 ਹਜ਼ਾਰ ਫੋਲੋਅਰ ਤੇ ਪਹੁੰਚ ਜਾਂਦੀ ਤੇਰਾ ਮੇਰਾ ਵਿਆਹ ਵਿੱਚ ਅੰਦਰਿਆ ਲਿਖ ਰ ਕੇ ਤੇ ਬਾਕੀ ਜੇ ਸਾਡੀ ਕੋਈ ਵੀ ਅਰਸ਼ਦੀਪ ਸਿੰਘ ਬੱਤਰਾ ਵੇਖਦਾ ਤਾਂ ਯਾਰ ਸਾਡੇ ਨਾਲ ਕਰੇ ਇੰਟਰਵਿਊ ਹੈਨਾ ਜਰੂਰ ਸਾਨੂੰ ਮਾਣ ਹੋਵੇਗਾ ਕਿ ਅਸੀਂ ਯਾਰ ਇੰਨੇ ਇੰਟੈਲੀਜੈਂਟ ਬੱਚੇ ਦੀ ਇੰਟਰਵਿਊ ਕਰਾਂਗੇ ਤੇ ਦੂਸਰੇ ਨੰਬਰ ਤੇ ਭਾਜੀ ਇਹ ਫਰੈਸ਼ ਭਾਜੀ ਇੱਕ ਬੱਚਾ ਹੋਰ ਰਹਿ ਗਿਆ ਵੇ ਅੱਛਾ ਉਹਦਾ ਨਾਮ ਹੈ ਅਰਸ਼ਦੀਪ ਸਿੰਘ ਕ੍ਰਿਕਟਰ ਨਹੀਂ ਦੂਸਰਾ ਇੱਕ ਹੋਰ ਅਰਸ਼ਦੀਪ ਸਿੰਘ 15 ਸਾਲਾਂ ਦਾ ਮੁੰਡਾ ਹੈ ਇਹਨੇ ਅਵਾਰਡ ਜਿੱਤੇ ਆ ਜਿਹੜੀ ਫੋਟੋਗ੍ਰਾਫੀ ਨਹੀਂ ਹੁੰਦੀ ਵਾਈਲਡ ਫੋਟੋਗ੍ਰਾਫੀ ਜੰਗਲਾਂ ਜੰਗਲਾਂ ਦੀ ਜਿਹੜਾ ਕੋ ਪੰਛੀ ਅਚਾਨਕ ਬੈਠਾ ਹੈ ਉਹਦੀ ਫੋਟੋ ਖਿੱਚ ਲਈ ਜੋ ਕਾਂ ਪਾਣੀ ਪੀਂਦਾ ਪਿਆ ਉਹ ਫੋਟੋ ਚ ਅਰਸ਼ਦੀਪ ਸਿੰਘ ਨੇ ਅਵਾਰਡ ਜਿੱਤਿਆ ਵਾਈਲਡ ਫੋਟੋਗ੍ਰਾਫੀ ਚ ਨਾ ਤੇ ਇਸ ਭਾਜੀ ਦੀ ਵੀ ਕਿਸੇ ਨੇ ਇੰਟਰਵਿਊ ਨਹੀਂ ਲਈ ਹੁਣੇ ਕੋਈ ਠੁਮਕੇ ਮਾਰਦੀ ਨਾ ਮਾੜੀ ਜਿੱਥੇ ਉਹ ਜਿਹੜੀ ਮਾਰਦੀ ਹੁੰਦੀ ਯਾਰ ਕੁੜੀ ਪਤਾ ਨਹੀਂ ਮੈਨੂੰ ਕੀ ਨਾਮ ਆ ਦਾ ਬੱਚੀ ਨਹੀਂ ਕੀ ਜੀ ਆ ਗੋਲੂ ਹੋ ਗਿਆ ਬੱਲੂ ਹੋ ਗਿਆ ਕਿੰਨਿਆਂ ਦੀ ਇੰਟਰਵਿਊ ਆਈਆਂ ਤੇ ਇਹਨਾਂ ਦੋਨਾਂ ਮੁੰਡਿਆਂ ਦੀ ਮੈਂ ਕਿਤੇ ਨਹੀਂ ਇੰਟਰਵਿਊ ਦੇਖੀ ਮੈਨੂੰ ਤਾਂ ਖੰਭਾ ਜਾਂ ਬੜਾ ਘੈਂਡਾ ਲੜਦਾ ਨੱਚਦਾ ਨਹੀਂ ਆਉਦਾ ਨਾਂ ਨਹੀਂ ਇਹਨੂੰ ਪਤਾ ਕੀ ਹੈ ਯਾਰ ਜਿਹੜਾ ਪਿਛੇ ਇੰਟਰਵਿਊ ਕਰਦਾ ਸੀ ਤੇ ਬੱਲੂ ਰਾਮ ਗੜੀਆ ਨਹੀਂ ਬੱਲੂ ਰਾਮ ਗੜੀਆ ਤਾਂ ਉਹ ਪਰਨੇ ਵਾਲਾ ਇੱਕ ਕਟਿੰਗ ਵਾਲਾ ਜਿਹਾ ਇੱਕ ਯਾਰ ਲੰਬਾ ਜਿਹਾ ਜਿਹੜਾ ਠੁਮਕੇ ਜੇ ਮਾਰਦਾ ਹੈ ਤੁਸੀਂ ਵੀ ਅੱਛਾ ਅੱਛਾ ਥਾਲੀ ਥਾਲੀ ਵਾਲਾ ਥਾਲੀ ਵਾਲਾ ਉਹ ਮੈਨੂੰ ਬੜੀ ਤੜੀਆ ਡੰ ਲੱਗਦਾ ਯਾਰ ਉਹਦੀ ਕਰਾਂਗੇ ਕਿਦਾਂ ਰੋਸਟੀ ਵਾਲੇ ਜ਼ਰੂਰ ਕਰਾਂਗੇ ਨਹੀਂ ਉਹੀ ਗੱਲ ਹੈ ਭਾਈ ਇਹ ਕੋ ਅਦੀਪ ਟੀਵੀ ਵਾਲੇ ਨੂੰ ਬਾਕੀ ਨੂੰ ਮਿਲੇ ਵੇਲ ਤਾਂ ਇੰਟਰਵਿਊ ਕਰੇ ਇਹਨੂੰ ਤਾਂ ਫਿਰ ਉਹੀ ਹੈ ਨਾ ਕਿ ਜਿਨ੍ਹਾਂ ਦੇ ਫੋਲੋਅਰ ਇੰਸਟਾਗ੍ਰam ਤੇ ਹੈਗੇ ਆ ਉਹਨਾਂ ਦੀ ਅਜਾ ਇੰਟਰਵਿਊ ਕਰਦੇ ਨੇ ਜਿਹੜੇ ਬੰਦੇ ਸੱਚੀ ਕੋ ਟੈਲੈਂਟ ਹੈਗਾ ਉਹਨਾਂ ਦੀ ਕੋਈ ਕਰਦਾ ਨਹੀਂਗਾ ਹੂੰ ਬਿਲਕੁਲ ਬਿਲਕੁਲ ਨਰੂਲਿਆਂ ਤੋਂ ਵੇਲ ਮਿਲੇ ਫਰੇਸੀ ਨਰੂਲਿਆਂ ਨੂੰ ਵੇਲ ਮਿਲੇ ਪੁੱਛਣ ਦੀ ਕਿ ਕੀ ਨਰੂਲਾ ਫੈਮਲੀ ਹੱਦਾਂ ਟੱਪਦੀ ਆ ਤਾਂ ਫੇਰ ਹੀ ਕੋਈ ਹੋਰ ਕੰਮ ਕਰੇ ਕੀ ਨਰੂਲਾ ਫੈਮਲੀ ਆ ਹੱਦਾਂ ਟੱਪਦੀ ਨਹੀਂ ਤੂੰ ਉਹਦੇ ਕੋ ਸਾਹਮਣੇ ਬਹਿ ਕੇ ਪੁੱਛਣ ਦੀ ਤੈਨੂੰ ਦੱਸੇਗਾ ਮੈਂ ਆਹੀ ਹੱਦਾਂ ਟੱਪਦੇ ਆ ਆਹੋ ਆਹੋ ਸਹੀ ਗੱਲ ਆ ਤੁਹਾਨੂੰ ਕੋਈ ਪੁੱਛਿਆ ਆਗੇ ਕਿ ਤੁਹਾਨੂੰ ਲੱਗਦਾ ਇਟਲੀ ਵਾਲਾ ਰੋਸਟ ਚ ਹੱਦਾਂ ਟੱਪਦਾ ਡੇਂਡਰੀ ਵਾਲਾ ਤਾਂ ਕਹੂਗਾ ਨਹੀਂ ਮੈਂ ਤੇਰੀ ਟੱਪਦਾ ਇਹ ਤੇ ਫਰੈਸ਼ੀ ਭਾਜੀ ਉਹੀ ਗੱਲ ਹੋ ਗਈ ਜਦੋਂ ਤੁਸੀਂ ਕਿਸੇ ਮਹਿਫਲ 'ਚ ਬੈਠੇ ਹੋ ਨਾ 5-7 ਬੰਦੇ ਆ 'ਚ ਉਦੋਂ ਜੇ ਪਤਾ ਕੋਈ ਬੰਦਾ ਪੱਦ ਮਾਰੇ ਤੇ ਉਹਨੂੰ ਪੁੱਛੇ ਤੂੰ ਪੱਦ ਮਾਰੇ ਆ ਉਹ ਕਹਿੰਦਾ ਨਹੀਂ ਨਹੀਂ ਮੈਂ ਨਹੀਂ ਮਾਰੇ ਆ ਕੋਈ ਬੰਦਾ ਮਹਿਫਲ 'ਚ ਬਹਿ ਕੇ ਮੈਂ ਪੱਦ ਮਾਰੇ ਆ ਤੇ ਉਹ ਹਾਲ ਇਹਨਾਂ ਦਾ ਨਹੀਂ ਤੇ ਇੱਕ ਮੈਂ ਗੱਲ ਕਰਦਾ ਜਿਹੜੇ ਕਈ ਕਹਣਗੇ ਭਾਜੀ ਕ੍ਰਿਸਮਸ ਟਰੀ ਪਿੱਛੇ ਲਾਇਆ ਇਦਾਂ ਉਦਾਂ ਤੁਸੀਂ ਅੱਜ ਸਿੱਧੀ ਦਿਨ ਚੱਲ ਰਹੇ ਨੇ ਇਦਾਂ ਉਦਾਂ ਇਹ ਭਾਜੀ ਮੈਂ ਨਹੀਂ ਲਾਇਆ ਇਹ ਮੇਰੇ ਘਰੇ ਇੱਕ ਅਦਾ ਵਿਚਾਰਾ ਇਧਰ ਦਾ ਫੋਰਨਰ ਹੈ ਉਹ ਰਹਿੰਦਾ ਹੈ ਗੋਰਾ ਇਧਰ ਦਾ ਬੋਰਨ ਹੈ ਤੇ ਉਹਨੇ ਲਾਇਆ ਹੈ ਤੇ ਹੁਣ ਮੈਂ ਉਹਨੂੰ ਕੀ ਕਵਾਂ ਕਿ ਭਰਾਵਾ ਨਾਲ ਆ ਤੇ ਮੈਂ ਕਹਾਂ ਚਲ ਮੇਰੀ ਵੀਡੀਓ ਚ ਵਧੀਆ ਲੱਗਦਾ ਮੈਂ ਤਾਂ ਪਿੱਛੇ ਲਾ ਲਿਆ ਨਹੀਂ ਤਾਂ ਬਾਈ ਕੀ ਆ ਜਾਂਦੇ ਆ ਕਈ ਆ ਜਾਂਦੇ ਬੋਲਣ ਵਾਲੇ ਵੀ ਗੱਲ ਨਾ ਕਈ ਆ ਜਾਂਦੇ ਕਹਿੰਦੇ ਆ ਕਿ ਭਰਾਵਾ ਤੁਸੀਂ ਉਹ ਭੁੱਲ ਗਏ ਭੁੱਲ ਗਏ ਸਾਨੂੰ ਸਭ ਜਿਆਦਾ ਭਰਾਵਾ ਕਿਹੜੇ ਦਿਹਾੜੇ ਚੱਲਦੇ ਕਿਹੜੇ ਦਿਨ ਚੱਲਦੇ ਪਏ ਨਹੀਂ ਨਹੀਂ ਕੋਈ ਨਹੀਂ ਛੋਟੇ ਸਭ ਜਿਆਦੇ ਆ ਬਾਰੇ ਵੀ ਦੱਸਾਂਗੇ ਕੋਈ ਚੱਕਰ ਨਹੀਂ ਉਹ ਜਦੋਂ ਉਹਨਾਂ ਦੇ ਡਾਟਾ ਹੁੰਦੇ ਆਉਣਗੇ ਉਦੋਂ ਦੱਸਾਂਗੇ ਜਰੂਰ ਤੇ ਹਾਂਜੀ ਭਾਜੀ ਪਹਿਲੀ ਗੱਲ ਤਾਂ ਤੁਸੀਂ ਦੱਸੋ 10 15 ਦਿਨ ਤੁਸੀਂ ਨਹੀਂ ਵੀਡੀਓ ਪਾਈ 10 ਦਿਨ ਹੋ ਗਏ ਤੁਸੀਂ ਵੀਡੀਓ ਜਾਂ ਤੁਸੀਂ ਕੋਈ ਆਪਣਾ ਉਹ ਲਿਆ ਬਨਵਾਸ ਨੂੰਸ ਲਿਆ ਜਾਂ ਕਦੇ ਕੀ ਮੈਂ ਘੱਟ ਵੀਡੀਓ ਪਾਉਣੀਆਂ ਨੇ ਕਿਉਂਕਿ ਜਨਤਾ ਤੁਸੀਂ ਦੇਖਿਆ YouTube ਤੇ ਅੱਜ ਕੱਲ ਬਹੁਤ ਜ਼ਿਆਦਾ ਐਕਟਿਵ ਹੋਈ ਪਈ ਆ ਤੇ ਆਪਾਂ ਦੋਵੇਂ ਢਿੱਲੇ ਹੋਏ ਪਏ ਇਹ ਕੀ ਚੱਕਰ ਹੈ ਉਹ ਉਹ ਫ੍ਰੈਸ਼ੀ ਭਾਜੀ ਚੱਕਰ ਇਹ ਵੇ ਕਿ ਤੇਰੇ ਭਰਾਣੇ ਲਿਆ ਸਟੂਡੀਓ ਅੱਛਾ ਠੀਕ ਆ ਓਹੋ ਵਧਾਈਆਂ ਪਹਿਲਾਂ ਤਾਂ ਵਧਾਈਆਂ ਬਹੁਤ ਬਹੁਤ ਸਟੂਡੀਓ ਤੇਨੂੰ ਵੀ ਬਹੁਤ ਬਹੁਤ ਤੇ ਤੇਰੇ ਭਰਾਣੇ ਲਿਆ ਸਟੂਡੀਓ ਤੋਂ ਤੇ ਕੰਮ ਚੱਲ ਚੱਲਨੇ ਤੇ ਉਹਦੀ ਸੈਟਿੰਗ ਮੈਟਿੰਗ ਕਰਦੇ ਆਂ ਤੇ ਫਿਰ ਜਿਹੜੇ ਨਾ ਮੈਂ ਰੈਗੂਲਰ ਵੀਡੀਓ ਆਇਆ ਕਰਨਗੇ ਆ ਸੋਹਣੇ ਸੋਹਣੇ ਕਨਸੈਪਟ ਲੈ ਕੇ ਆਵਾਂਗੇ ਅੱਗੇ ਤੂੰ ਹੋਰ ਬਿਹਤਰ ਕੰਮ ਕਰਾਂਗੇ ਉਹਦੇ ਵਾਸਤੇ ਥੋੜਾ ਜਿਹਾ ਟਾਈਮ ਲੱਗਣਾ ਤੇ ਜਨਵਰੀ ਤੂੰ ਯਾਨੀ ਕਿ ਅਗਲੇ ਸਾਲ ਤੂੰ ਨਾ ਮੇਟ ਜਨਵਰੀ ਚ ਮੇਰੇ ਖਿਆਲ ਨਾਲ ਵੀ ਸਾਰੇ ਕੰਮ ਜਿਹੜੇ ਸਿੱਧੇ ਪਦਰੇ ਹੋਣਗੇ ਇਨਸ਼ਾਅੱਲਾ ਸਹੀ ਐ ਸਹੀ ਐ ਇਨਸ਼ਾਅੱਲਾ ਸਹੀ ਐ ਸਹੀ ਐ ਫਰਜ ਭਾਜੀ ਉਹ ਕੈਟ ਫਿਲਮ ਵਖੇ ਤੂੰ ਹੀ ਬੜੇ ਚਰਚੇ ਹੋ ਰਹੇ ਨੇ ਕੈਡ ਫਿਲਮ ਦੇ ਮੈਂ ਨਹੀਂ ਦੇਖੀ ਮੈਂ ਨਹੀਂ ਦੇਖੀ ਪਰ ਮੈਨੂੰ ਉਹਦਾ ওভারਆਇਟ ਕਨਸੈਪਟ ਜਾਂ ਪਤਾ ਵਾ ਕੀ ਆ ਤੁਸੀਂ ਦੱਸਿਆ ਸੀ ਮੈਨੂੰ ਪਰ ਮੈਂ ਦੇਖੀ ਨਹੀਂ ਮੇਰਾ ਟਾਈਮ ਨਹੀਂ ਲੱਗਾ ਪਰ ਦੇਖੂਗਾ ਜ਼ਰੂਰ ਤੁਸੀਂ ਦੱਸੋ ਕੀ ਹਿਸਾਬ ਦਾ ਕੋਈ ਮੈਂ ਸੁਣਨਾ ਚਾਹੁੰਦਾ ਸੀ ਤੁਹਾਡੇ ਕੋਲ ਸਟੋਰੀ ਓ ਮੈਂ ਤਾਂ ਕਹਿੰਦਾ ਪਿਆ ਸੀ ਤੂੰ ਦੱਸ ਸੈ ਕੈਡ ਫਿਲਮ ਬਾਰੇ ਮੈਨੂੰ ਫੇਰ ਕਿਥੇ ਲਿ ਕਮੈਂਟ ਆ ਜਾਣੇ ਆ ਭਾਜੀ ਫ੍ਰੈਸ਼ੀ ਨੂੰ ਵੀ ਬੋਲਣ ਦਾ ਮੌਕਾ ਦਿਆ ਕਰੋ ਓ ਨਹੀਂ ਭਾਜੀ ਦਿੰਦੇ ਆ ਬੋਲਣ ਦਾ ਮੌਕਾ ਮੈਨੂੰ ਹੁੰਦਾ ਭਾਜੀ ਇਹਨਾਂ ਸਟੋਰੀ ਟੈਲਿੰਗ ਬਹੁਤ ਵਧੀਆ ਕਰਦੇ ਆ ਜਦੋਂ ਸਟੋਰੀ ਸੁਣਾਉਂਦੇ ਆ ਨਾ ਭਾਜੀ ਤੇ ਕੈਟ ਦੀ ਸਟੋਰੀ ਤੇ ਨਹੀਂ ਚਲੋ ਪਰ ਰਿਵੀਲ ਕਰਨੀ ਕਿਉਂਕਿ ਫਿਰ ਜਿਹੜਾ ਨਾ ਉਹਦਾ ਮজা ਹੁੰਦਾ ਨਾ ਉਹ ਮਾਰ ਜਣਾ ਪਰ ਤੁਹਾਨੂੰ ਮੈਂ ਮੋਟੀਆਂ ਮੋਟੀਆਂ ਗੱਲਾਂ ਦੱਸਦਾ ਕੈਟ ਫਿਲਮ ਦੀ ਆ ਕੈਟ ਫਿਲਮ ਨਹੀਂ ਪਹਿਲੀ ਗੱਲ ਤੇ ਵੈਬ ਸੀਰੀਜ਼ ਹੈ ਮੈਂ ਵੀ ਉਹਨੂੰ ਫਿਲਮ ਹੀ ਸਮਝਦਾ ਫਿਰਦਾ ਸੀ ਮੈਂ ਕਹ ਰਿਹਾ ਫਿਲਮ ਹੈ ਪਰ ਨਹੀਂ ਉਹ ਇੱਕ ਵੈਬ ਸੀਰੀਜ਼ ਹੈ ਹਾਂ ਵੈਬ ਸੀਰੀਜ਼ ਹੈ ਵੈਬ ਸੀਰੀਜ਼ ਹੈ ਅੱਛਾ ਠੀਕ ਹੈ ਉਹਦੇ 8 ਐਪੀਸੋਡ ਨੇ ਤੇ ਨੈਟਫਲਿਕਸ ਤੇ ਨੈਟਫਲਿਕਸ ਤੇ ਆਈ ਹੈ ਤੇ ਉਹ ਫਰਸ਼ੀ ਭਾਜੀ ਆਪਣੇ ਖਾੜਕੂ ਟਾਈਮ ਤੂੰ ਨਾ ਪੀ ਕਾੜ ਕੋ ਇੱਕ ਨਾ ਕੈ ਜਿਹੜੇ ਕੈਟ ਦਾ ਮਤਲਬ ਸਾਰਿਆਂ ਨੂੰ ਪਤਾ ਹੀ ਹੋਣਾ ਵੇ ਤੇ ਜਿਨ੍ਹਾਂ ਨੂੰ ਨਹੀਂ ਪਤਾ ਉਹ ਮੈਂ ਦੱਸਦਾ ਕੈਟ ਹੁੰਦਾ ਹੈ ਜਿਹੜੇ ਪੁਲਿਸ ਦੀ ਮੁਖਬਰੀ ਕਰੇ ਪੁਲਿਸ ਨੂੰ ਦੱਸੇ ਵੀ ਆ ਪਿੰਡ ਚ ਆ ਹੋ ਰਿਹਾ ਆ ਗਰੁੱਪ ਵਾਲੇ ਆ ਕਰਦੇ ਪਏ ਨੇ ਕਿਸੇ ਦੀ ਚੁਗਲੀ ਕਰੇ ਪੁਲਿਸ ਕੋਲ ਜਾ ਕੇ ਉਹਨੂੰ ਕਹਿੰਦੇ ਨੇ ਕੈਟ ਮੁਖਬਰ ਮੁਖਬਰ ਹਾਂ ਜਿੱਦਾਂ ਆਪਣੇ ਪੰਜਾਬ ਚ ਪਿੰਕੀ ਕੈਟ ਬੜਾ ਮਸ਼ਹੂਰ ਹੈ ਕਦੇ YouTube ਤੇ ਭਰ ਕੇ ਵੇਖਿਓ ਪਿੰਕੀ ਕੈਟ ਪੁਲਿਸ ਦਾ ਇੱਕ ਬੜਾ ਤਕੜਾ ਉਹਨਾਂ ਆਪਾਂ ਪੁਲਿਸ ਫੈਮਲੀ ਤੋਂ ਬਿਲੋਂਗ ਕਰਦੇ ਦੱਸ ਦਿੰਦੇ ਕਰਦੇ ਕਿ ਪੁਲਿਸ ਦੇ ਹੁੰਦੇ ਲਿੰਕ ਸਾਰੇ ਪਾਸੇ ਸਾਰੇ ਪਿੰਡਾਂ ਚੋਂ ਦੂਕ ਬੰਦੇ ਉਹਨਾਂ ਨੇ ਫੜੇ ਹੁੰਦੇ ਆ ਇਹੋ ਜਿਹੜੇ ਉਹਨਾਂ ਨੂੰ ਸਲਾਹ ਦੱਸਣ ਕਿ ਕਿੱਥੇ ਕੋਈ ਆਇਆ ਕਿੱਥੇ ਕੋਈ ਗਿਆ ਸਭ ਦੱਸਦੇ ਆ ਈਵਨਿੰਗ ਉਹਨਾਂ ਨੂੰ ਪੈਸੇ ਵੀ ਮਿਲਦੇ ਉਹ ਚੀਜ਼ ਪੁਲਿਸ ਵਾਲੇ ਨਾਲ ਦਿੰਦੇ ਵੀ ਪੈਸੇ ਬਿਲਕੁਲ ਬਿਲਕੁਲ ਤੇ ਇੱਥੇ ਵੀ ਹੁੰਦੇ ਨੇ ਇਟਲੀ ਚ ਵੀਰੇ ਸਾਡੇ ਜਿਹੜੇ ਇੰਡੀਅਨ ਬੰਦਿਆਂ ਦੀ ਮੁਖਬਰੀ ਕਰਦੇ ਨੇ ਇੱਥੇ ਵਿਚੇਨਸੇ ਜਿਹੜੇ ਸ਼ਹਿਰ ਚ ਮੈ ਰਹੇ ਨਾ ਉਹ ਇੱਕ ਪਾਕਿਸਤਾਨੀ ਮੈਂ ਤੁਹਾਨੂੰ ਦੱਸ ਦੇਣਾ ਅੱਜ ਅੱਛਾ ਇਹ ਇੱਕ ਪਾਕਿਸਤਾਨੀ ਹੋ ਇੰਡੀਅਨ ਪਾਕਿਸਤਾਨੀਆਂ ਦੀ ਇਹ ਦੋਨਾਂ ਕੰਟਰੀਆਂ ਦੀ ਨਾ ਉਹਦੇ ਕੋਲੇ ਮੁਖਬਰੀ ਕਰਨ ਦਾੜਾ ਵੀ ਤੂੰ ਨਜ਼ਰ ਰੱਖਣੀਵੇਂ ਇੰਡੀਅਨ ਤੇ ਪਾਕਿਸਤਾਨੀਆਂ ਤੇ ਸਿਰਫ ਤੇ ਉਹ ਪਾਕਿਸਤਾਨੀ ਜਿਹੜਾ ਇੰਡੀਅਨ ਮੁੰਡਿਆਂ ਤੇ ਵੀ ਨਜ਼ਰ ਰੱਖਦਾ ਤੇ ਪਾਕਿਸਤਾਨੀ ਸਾਰੇ ਗਤੀਵਿਧੀਆਂ ਤੇ ਨਜ਼ਰ ਰੱਖਦਾ ਮੁੰਡੇ ਕਿੱਥੇ ਬਹਿ ਰਹੇ ਨੇ ਕਿੱਥੇ ਨਸ਼ਾ ਕਰ ਰਹੇ ਨੇ ਕਿੱਥੇ ਡਿਸਕੋ ਕੋਣ ਗਿਆ ਕਿਹੜਾ ਪੜ ਰਿਹਾ ਸਾਰੀ ਜਾਣਕਾਰੀ ਉਹਦੇ ਕੋਲ ਹੁੰਦੀ ਉਹ ਦਾੜੀ ਰੱਖੀ ਉਹਨੇ ਮੌਲਵੀ ਨੇ ਤੇ ਉਹਦਾ ਦੰਦਾ ਪੁਲਿਸ ਨੂੰ ਨਾ ਫੜਾਣਾ ਦਿਉਣਤੀ ਫੜਾਣਾ ਨਹੀਂ ਕੋਈ ਮਸਲਾ ਨਹੀਂ ਇੱਥੇ ਬੜੀਆਂ ਦੀਆਂ ਦਾੜੀਆਂ ਕਿਸੇ ਨੇ ਪਛਾਣਨ ਨਹੀਂ ਮੈਨੂੰ ਪਤਾ ਵੈਸੇ ਕੋ अच्छा हां ਤੇ ਮਤਲਬ ਕਿ ਕੈਟ ਜਿਹੜੇ ਨੇ ਨਾ ਉਹ ਹਰ ਜਗ੍ਹਾ ਤੇ ਹੁੰਦੇ ਨੇ ਕੋਈ ਦਿਹਾੜੀਦਾਰ ਹੁੰਦਾ ਸਾਡੇ ਪਿੰਡਾਂ ਵਾਲਾ ਕਿ ਪਤਾ ਨਹੀਂ ਹੁੰਦਾ ਕੋਈ ਪਖਾਰੀ ਵੀ ਹੋ ਸਕਦਾ ਕੋਈ ਰੇੜੀ ਲਾੰਦਾ ਉਹ ਹੋ ਸਕਦਾ ਬੜੇ ਬੜੇ ਸਾਲਾਂ ਤੂੰ ਨਾ 35 35 30 30 ਸਾਲਾਂ ਤੂੰ ਇੱਕੋ ਜਗ੍ਹਾ ਤੇ ਖੜੇ ਰਹਿੰਦੇ ਉਹਨਾਂ ਦਾ ਪਤਾ ਨਹੀਂ ਲੱਗਦਾ ਕਿ ਕਿਹੜਾ ਮੁਖਬਰ ਦਾ ਪੁਲਿਸ ਇਹ ਜਿਹੜਾ ਹੈਨਾ ਇਹਦਾ ਬੰਦਾ ਪੁਲਿਸ ਦਾ ਤੇ ਉਹ ਫਰੈਸ਼ੀ ਭਾਜੀ ਖਾੜਕੂ ਟਾਈਮ ਤੇ ਨਾ ਜਦੋਂ ਖਾੜਕੂ ਟਾਈਮ ਸੀ ਪੰਜਾਬ ਚ ਜਦੋਂ ਆਪਣੇ ਸਿੰਘਾਂ ਦਾ ਬੋਲ ਵਾਲਾ ਸੀ ਓਕੇ ਓਕੇ ਤੇ ਉਦੋਂ ਫਰੇਸ਼ੀ ਭਾਜੀ ਸਿੰਘਾਂ ਦੀ ਜਿਹੜੀ ਖੜਕੂ ਖੜਕੂ ਲੈ ਸੀ ਨਾ ਉਹਨੂੰ ਢਾ ਲਾਉਣ ਵਾਸਤੇ ਨਾ ਪੁਲਿਸ ਨੇ ਫਿਰ ਤੁਹਾਨੂੰ ਪਤਾ ਵਿੱਚ ਮੁਖ ਫਿਰ ਆਪਣੇ ਵਾੜੇ ਉਹਨਾਂ ਨੂੰ ਕੈਟ ਕਹਿੰਦੇ ਨੇ ਗਲਤ ਅੰਸਰ ਵਾੜੇ ਪੁਲਿਸ ਨੇ ਤੇ ਉਹਨਾਂ ਦੇ ਵੀ ਉਹ ਨਾ ਇੱਕ ਜੜੀ ਕਿ ਜਿਹੜੀ ਕੈਟ ਫਿਲਮ ਦਾ ਨਿਚੋੜ ਨਿਕਲਦਾ ਨਾ ਉਹ ਇਹੀ ਹੈ ਕਿ ਪੁਲਿਸ ਹਾਲੇ ਨੇ ਨਾ 1984 ਜੀ ਜੋ ਵੀ ਖੜਕੂ ਵਧ ਰਿਹਾ ਇੰਡੀਆ 'ਚ ਹਨਾ 1990 ਤੋਂ ਲੈ ਕੇ ਜਿਹੜੀ ਵੀ ਸਿੰਘਾਂ ਨੇ ਗਤੀਵਿਧੀ ਕੀਤੀਆਂ 95 ਤੱਕ ਉਹ ਜਿਹੜੀ ਸਾਡੀ ਲਹਿਰ ਚੱਲੀ ਸੀ ਨਾ ਉਸ ਟਾਈਮ ਤੇ ਖਾਲਿਸਤਾਨ ਦੀ ਉਹ ਲਹਿਰ ਨੂੰ ਢਾ ਇਹ ਮੁਖਬिरा ਨੇ ਹੀ ਲਾਈ ਜਿਆਦਾ ਨਾ ਹਾਂਜੀ ਘਟਾ ਨਹੀਂ ਠੀਕ ਠੀਕ ਇਹਨਾਂ ਨੇ ਹੀ ਮੁਖਬਰੀਆਂ ਜਿਆਦਾ ਕੀਤੀਆਂ ਵੀ ਇੱਥੇ ਖੜਕੂਏ ਬਣਾ ਰਹੇ ਨੇ ਪਲਾਨ ਕਰ ਰਹੇ ਨੇ ਤੇ ਉਹਨਾਂ ਨੂੰ ਪਤਾ ਲੱਗ ਜਾਂਦਾ ਸੀ ਪੁਲਿਸਿਆਂ ਨੂੰ ਪਿੱਥੇ ਗਤੀਵਿਧੀਆਂ ਹੋ ਰਹੀਆਂ ਉੱਥੇ ਜਾ ਕੇ ਫਿਰ ਪਹਿਲਾਂ ਹੀ ਛਾਪਾ ਮਾਰ ਦਿੰਦੇ ਸੀ ਇਹਨਾਂ ਚੀਜ਼ਾਂ ਉੱਤੇ ਕੈਡ ਫਿਲਮ ਹੈ ਪਰ ਉਹਨਾਂ ਨੇ ਨਾ ਇੱਕ ਪੈਰਲਲ ਸਟੋਰੀ ਲੈ ਕੇ ਚੱਲੇ ਰਹੇ ਮਤਲਬ ਅੱਜ ਦੀ ਵੀ ਜੋ ਨਸ਼ਾ ਪੰਜਾਬ 'ਚ ਚੱਲ ਰਿਹਾ ਉਹਦੀ ਵੀ ਤੇ ਜਿਹੜਾ ਪਿੱਛੇ ਹੋਇਆ ਸੀ ਉਹਦਾ ਵੀ ਨਾ ਉਹ ਮੈਂ ਹੁਣ ਸਸਪੈਂਸ ਨਹੀਂ ਖਤਮ ਕਰਨਾ ਚਾਹੁੰਦਾ ਪਰ ਬੜੀ ਵਧੀਆ ਸਟੋਰੀ ਏ ਦੋ ਸਟੋਰੀਆਂ ਇਕੱਠੀ ਚੱਲਦੀ ਹੈ ਠੀਕ ਹੈ ਠੀਕ ਹੈ ਠੀਕ ਹੈ ਅੱਜ ਦੇ ਪੰਜਾਬ ਵੀ ਜਿਹੜਾ 1984 ਦਾ ਤੁਸੀਂ ਗੱਲ ਕੀਤੀ ਉਹਨਾਂ ਨੇ ਉਹ ਵੀ ਕੀਤਾ ਹੈ ਪੁਲਸ ਵਾਲਿਆਂ ਨੇ ਕੰਮ ਕਈਆਂ ਨੇ ਕਿ ਜਿੱਦਾਂ ਜਿਹੜੇ ਪਹਿਲਾਂ ਜਿਹੜੇ ਅਸਲ 'ਚ ਲੜ ਰਹੇ ਸੀ ਖੜਕੂਵਾਦ 'ਚ ਪੁਲਸ ਵਾਲਿਆਂ ਨੇ ਆਪਣੇ ਬੰਦੇ ਨਾਲ ਵਿੱਚ ਵਾੜ ਕੇ ਵੀ ਉਹਨਾਂ ਨੇ ਇਹ ਕੰਮ ਕਰਾਇਆ ਕਿ ਲੋਕਾਂ ਨੂੰ ਖੜਕੂਵਾਦ ਤੋਂ ਨਫ਼ਰਤ ਹੋ ਜਾਏ ਉਸ ਟਾਈਮ ਤੇ ਤਾਨੂੰ ਪਤਾ ਇਹ ਗੱਲ ਕਿ ਜਦੋਂ ਹਣਾ ਜਦਾਂ ਮਤਲਬ ਕਿ ਲੋਕੀ ਪਹਿਲਾਂ ਉਹਨਾਂ ਨੂੰ ਘਰੇ ਰਹਿਣ ਦਿੰਦੇ ਸੀ ਇਹ ਆਪਣੇ ਹਣਾ ਕਦੇ ਮਤਲਬ ਕੋਈ ਸਿੰਘ ਆਗੇ ਉਹਨਾਂ ਨੂੰ ਘਰੇ ਰਹਿਣ ਦਿੱਤਾ ਜਾਂ ਆਪਣੀ ਸ਼ਰਮ ਦੇਤੀ ਜਾਂ ਹਣਾ ਲੁਕਾ ਲਿਆ ਆਪਣੇ ਘਰੇ ਪਰ ਬਾਅਦ ਚ ਪੁਲਿਸ ਨੇ ਆਪਣੇ ਇਹੋ ਜਿਹੇ ਬੰਦੇ ਚਵਾੜੇ ਜਿਨ੍ਹਾਂ ਤੋਂ ਲੋਕਾਂ ਨੂੰ ਕਈਆਂ ਨੂੰ ਪੰਜਾਬ ਚ ਨਫ਼ਰਤ ਹੋਣੀ ਸ਼ੁਰੂ ਹੋ ਗਈ ਕਿ ਯਾਰ ਆ ਖਾੜਕੂ ਕੰਮ ਗਲਤ ਕਰਦੇ ਪਏ ਲੱਗੀ ਸਰ ਪੁਲਿਸ ਦੇ ਬੰਦੇ ਸੀ ਜਿਹੜੇ ਕੰਮ ਗਲਤ ਕਰਦੇ ਸੀ ਜਿਹਦੇ ਕਰਕੇ ਗੋਲੀ ਵਾਲੀ ਪੁਲਿਸ ਨੇ ਖਤਮ ਕੀਤੇ ਇਦਾਂ ਬੰਦੇ ਉਹ ਸੀ ਇਹਨੂੰ ਤੇ ਫਰੈਸ਼ੀ ਭਾਜੀ ਨੇ ਫਿਲਮ ਚ ਨਾ ਇੱਕ ਸੀਨ ਆਂਦਾ ਹੈ ਅੱਛਾ ਇੱਕ ਫ੍ਰੈਚੀ ਫਿਲਮ 'ਚ ਇੱਕ ਸੀਨ ਆਂਦਾ ਜਿੱਥੇ ਨਾ ਮਤਲਬ ਕਿ ਲਹਿਰ ਨੂੰ ਸਹੀ ਦਾ ਸਿਆਸੀ ਜਿਹੜੇ ਸਹੀ ਬੰਦੇ ਨਹੀਂ ਸੀ ਮਤਲਬ ਕਿ ਇੱਕ ਸੀਨ ਆਂਦਾ ਜੇ ਉਹਨੂੰ ਕੋਈ ਬੰਦਾ ਧਿਆਨ ਨਾਲ ਫਿਲਮ ਵੇਖੇ ਨਾ ਪਤਾ ਨਹੀਂ ਉਹਨਾਂ ਨੇ ਉਹ ਸੰਤ ਜਰਨੈਲ ਸਿੰਘ ਭਿੰਡਰਾਲਾ ਬਣਾਇਆ ਹੈ ਕਿ ਜਾਂ ਕੋਈ ਹੋਰ ਵੈਸੇ ਮੁਖੀ ਬਣਾਇਆ ਪਰ ਨਾ ਉਹ ਜਿਹੜਾ ਜਿਹਦੇ ਤੇ ਸਾਰੀ ਫਿਲਮ ਚੱਲਦੀ ਨਾ ਹਰ ਰਣਦੀਪ ਹੁੱਡਾ ਜਿਹੜਾ ਐਕਟਰ ਹੈ ਮੁੰਡਾ ਉਹਨੂੰ ਨਾ ਜਦੂ ਉਹ ਸੰਤ ਖਾੜਕੂ ਲਹਿਰ ਵਾਲਾ ਪਤਾ ਨਹੀਂ ਉਹਨਾਂ ਨੇ ਮੈਂ ਜਿੱਦਾਂ ਕਿਹਾ ਪਤਾ ਨਹੀਂ ਉਹ ਸੰਤ ਭਿੰਡਰਾਲੇ ਬਣਾਏ ਨੇ ਕਿ ਕੀ ਬਣਾਏ ਨੇ ਹਣਾ ਪਰ ਜਦੂ ਉਹ ਖਾੜਕੂ ਰੰਦੀਪ ਹੁੱਡਾ ਜਦੋਂ ਨਿੱਕਾ ਹੁੰਦਾ ਨਾ ਉਹਨੂੰ ਹਥਿਆਰ ਦਿੰਦੇ ਨੇ ਨਾ ਤੇ ਉਹ ਸਮਝਾਉਂਦੇ ਵੀ ਨੇ ਕਿ ਇਹ ਹਥਿਆਰ ਕਿਸੇ ਬੇਗੁਨਾ ਤੇ ਨਾ ਚੱਲੇ ਇਹ ਹਮੇਸ਼ਾ ਉੱਤੇ ਚੱਲੇ ਵੀ ਮਤਲਬ ਕਿ ਉਹਨਾਂ ਨੇ ਨਾ ਫਿਲਮ ਵਿੱਚ ਡਾਇਰੈਕਟਰ ਨੇ ਲਹਿਰ ਨੂੰ ਸਹੀ ਵੀ ਦੱਸਿਆ ਹੈ ਮਤਲਬ ਕਿ ਜਿਹੜੇ ਸਹੀ ਬੰਦੇ ਸੀ ਨਾ ਮੇਰੇ ਹਿਸਾਬ ਨਾਲ ਜਿੰਨਾ ਤੱਕ ਮੈਨੂੰ ਸਮਝਣ ਲੱਗੀ ਵੀ ਉਹ ਵੈਸੇ ਤੇ ਉਹਨਾਂ ਨੇ ਕੋਈ ਟੱਚ ਨਹੀਂ ਕੀਤਾ ਦ ਨਾ ਇਦਾਂ ਦਾ ਮਸਲਾ ਇਹ ਇਦਾਂ ਦਾ ਮੁੱਦਾ ਵੀ ਇਹ ਲਹਿਰ ਸਹੀ ਸੀ ਗਲਤ ਸੀ ਉਹਨਾਂ ਨੇ ਇਹਦੇ ਬਾਰੇ ਕੋਈ ਨਹੀਂ ਕਿ ਤੋਂ ਇੱਕ ਬੰਦੇ ਦੀ ਜਰਨੀ ਦੱਸ ਰਹੇ ਨੇ ਬਿਕਟ ਕਿੱਦਾ ਕੰਮ ਕਰਦੇ ਨੇ ਤੇ ਕਿ ਪੁਲਿਸ ਵਾਲਾ ਉਹਨਾਂ ਨੂੰ ਕਿੱਦਾਂ ਵਰਤਦਾ ਸਮਝੇ ਗੱਲ ਉਹਦੀ ਜਰਨੀ ਚੱਲ ਰਹੀ ਹੈ ਪਰ ਮੈਂ ਵਿੱਚ ਆਬਜ਼ਰਵ ਕੀਤਾ ਕਿ ਉਹਨਾਂ ਨੇ ਜਿਹੜਾ ਧਰਮਯੁੱਧ ਮੋਰਚੇ ਦੇ ਇੱਕ ਦੋ ਸੀਨਾਂ ਦੇ ਨਾ ਧਰਮਯੁੱਧ ਮੋਰਚਾ ਇਹੀ ਸੀ ਨਾ ਵੀ ਸੰਤਪੀੜਾ ਲੈਣੇ ਚਲਾਇਆ ਸੀ ਬਿਲਕੁਲ ਬਿਲਕੁਲ ਤੇ ਮਤਲਬ ਕਿ ਉਹਨਾਂ ਨੇ ਸੰਤਾੜੂ ਨਾ ਮੈਂ ਵਿੱਚ ਥੋੜਾ ਜਿਹਾ ਮੈਂ ਇੱਕ ਸੀਨ ਵੇਖਾ ਠੀਕ ਦਿਖਾਇਆ ਨਹੀਂ ਤੇ ਆਮ ਤੌਰ ਤੇ ਨਾ ਪਿਓ ਬੜੇ ਗਲਤ ਲੈਰ ਦੱਸ ਦਿੰਦੇ ਨੇ ਤੇ ਬਿਲਕੁਲ ਬਾਅਦ ਚ ਨਾ ਉਹਨਾਂ ਨੇ ਪੁਲਿਸ ਅੱਛਾ ਮੈਨੂੰ ਕੈਟ ਫਿਲਮ ਤੋਂ ਫਰੈਸ਼ੀ ਪਾਜੀਏ ਪਤਾ ਲੱਗਾ ਵੇਖ ਕੇ ਕਿ ਜਿੰਨੀ ਵੀ ਗੇਮ ਹੁੰਦੀ ਨਾ ਪੁਲਿਸ ਵਾਲੀ ਪੁਲਿਸ ਜਿਹੜੀ ਹੁੰਦੀ ਨਾ ਰੀਡ ਦੀ ਹੱਡੀ ਹੁੰਦੀ ਹੈ ਪਾਜੀ ਉਹ ਸਰਕਾਰਾਂ ਦੇ ਕੰਮ ਆ ਹਰ ਚੀਜ਼ ਤੁਹਾਨੂੰ ਪਤਾ ਆਪਾਂ ਜੇ ਕੋਈ ਕੁਛ ਵੀ ਕਰੀ ਨਾ ਕਿ ਪੁਲਸ ਆ ਨਹੀਂ ਕਰਦੀ ਪੁਲਸ ਨਹੀਂ ਕਰਦੀ ਪੁਲਸ ਜੇ ਆਪਣੀ ਪਾਵਰ ਤੇ ਆ ਜਾਏ ਬਈ ਕੁਝ ਵੀ ਕਰ ਸਕਦੀ ਆ ਗਵਰਨਮੈਂਟ ਜੇ ਆਪਣੀ ਪਾਵਰ ਤੇ ਆ ਜਾਏ ਉਹ ਕੁਝ ਬੰਦਿਆਂ ਨੂੰ ਜਾਣ ਦੇ ਕੇ ਖੁਦ ਛੱਡਦੇ ਆ ਕੁਝ ਬੰਦਿਆਂ ਨੂੰ ਢਿੱਲੇ ਉਹਨਾਂ ਨੇ ਖੁਦ ਛੱਡੇ ਨੇ ਮਤਲਬ ਕੋਈ ਗਲਤ ਗਤਿਵਿਧੀਆਂ ਬੰਦਾ ਕਰਨ ਰਿਹਾ ਤੇ ਜੇ ਉਹਨੂੰ ਪੁਲਿਸ ਕੁਝ ਕਹਿ ਨਹੀਂ ਡਈ ਇਹਦਾ ਮਤਲਬ ਕੀ ਉਹਨਾਂ ਨੇ ਖੁਦ ਢੱਲੇ ਛੱਡੇ ਇਸ ਟਾਈਮ ਉਹ ਬੰਦਾ ਇਹ ਮਤਲਬ ਕਿ ਉਹਨੂੰ ਹਰ ਨੱਥ ਜਦੋਂ ਮਰਜ਼ੀ ਪਾ ਸਕਦੇ ਪੁਲਿਸ ਆਉਣ ਤੇ ਚਾਵੇ ਤੇ ਪੁਲਿਸ ਤੋਂ ਜ਼ਿਆਦਾ ਹੈ ਪੁਲਿਸ ਦੇ ਹੱਥ ਪਾਵਰ ਵੀ ਬੜੀ ਹੁੰਦੀ ਹੈ ਤੇ ਪਾਵਰ ਦਾ ਮਿਸ ਯੂਸ ਵੀ ਸਾਲੇ ਬੜੇ ਕਰਦੇ ਕਦੇ-ਕਦੇ ਉਹ ਬੜੇ ਕਰਦੇ ਨੇ ਉਹ ਤੁਸੀਂ ਦੇਖੀ ਵੀਡੀਓ ਕਿਹੜਾ ਸੱਚ ਜਿਹਾ ਕਿਹੜਾ ਪਿੱਛੇ ਜਿਹਾ ਗਾਲਾਂ ਕੱਢਣ ਦਾ ਹੈ ਕੱਲ ਵਰਸੋਂ ਦੇਖਿਓ ਉਹ ਉਹਦੀ ਤਾਂ ਬੜੀ ਰੇਲ ਬਣਾਣੀ ਫਰੇ ਸੀ ਪਾਜੀ ਅੱਜ ਉਸ ਬੰਦੇ ਦਾ ਉਸ ਬੰਦੇ ਦਾ ਮੈਂ ਰਿਕਾਰਡ ਕੱਢ ਕੇ ਲਿਆ ਹੁਣ ਜਿਨ੍ਹਾਂ ਨੂੰ ਗੱਲ ਦਾ ਨਹੀਂ ਨਾ ਪਤਾ ਉਹਨਾਂ ਨੂੰ ਮਦਦ ਦੱਕੇ ਉਹ ਜਿਹੜਾ ਜਲੰਧਰ ਚ ਪਿੰਡ ਸੀ ਲਤੀਫਪੁਰ ਹੈ ਨਾ ਪਿੰਡ ਦਾ ਨਾਮ ਸੀ ਉੱਥੇ ਸਰਕਾਰ ਨੇ ਘਰ ਟਾਏ ਨੇ 300 ਦੇ ਲਗਭਗ ਘਰ ਟਾਏ ਨੇ ਉਹ ਪਿੰਡ ਵਾਲੇ ਨੂੰ ਕਹਿੰਦੇ ਵੀ ਤੁਸੀਂ ਇੱਥੇ ਗਲਤ ਰਹਿ ਰਹੇ ਹੋ 70 ਸਾਲਾਂ ਤੋਂ ਯਾਰ ਪਿੰਡ ਵਾਲੇ ਰਹਿ ਰਹੇ ਨੇ ਤੇ ਗਲਤ ਹੈ ਚਲੋ ਰਹਿ ਵੀ ਰਹੇ ਨੇ ਸਾਨੂੰ ਨਹੀਂ ਪਤਾ ਹੈ ਨਾ ਵੀ ਗਲਤ ਰਹਿ ਰਹੇ ਨੇ ਕਿ ਨਹੀਂ ਪਰ ਤੁਸੀਂ ਕੰਮ ਸੇ ਕੰਮ ਯਾਰ ਪਾਗਲ ਪੈਦਲ ਦਿਮਾਗੂ ਪੈਦਲ ਨਾਲੇ ਫਰਸ਼ ਭਾਜੀ ਮੈਂ ਤੁਹਾਨੂੰ ਦੱਸਾਂ ਮੈਂ ਨਾ ਇਹ ਜਿਹੜਾ ਪੁਲਿਸ ਵਾਲਾ ਗਾਲਾ ਕੱਢਦਾ ਪਈ ਨਾ ਵੀਡੀਓ ਦੇ ਵਿੱਚ ਔਰਤਾਂ ਨੂੰ ਹਾਂਜੀ ਹਾਂਜੀ ਉਹਦਾ ਮੈਂ ਪੂਰਾ ਬਾਇਓ ਡਾਟਾ ਕੱਢ ਕੇ ਲਿਆ ਅੱਜ ਪਰ ਮੈਂ ਥੋੜੀ ਜਿਹੀ ਨਾ ਭੂਮਿਕਾ ਬੰਦਾ ਬੰਦੇ ਨੂੰ ਦੱਸ ਦੇ ਪਈ ਗੱਲ ਕੀ ਹੋਈ ਏ ਗਲੰਦਰ ਦੇ ਕੋਲੇ ਇੱਕ ਪਿੰਡ ਪੈਂਦਾ ਮੈਂ ਕਿਹਨੂੰ ਕੱਢ ਲਿਆ ਤੇਰਾ ਭਰਾ ਕੱਢ ਲਿਆ ਕਿੱਥੋਂ ਕੱਢ ਲਿਆ ਆਏ ਉਹ ਬਾਇਓ ਡਾਟਾ ਅੱਜ ਕੱਲ੍ਹ ਵਾਲੇ ਕੱਢ ਲੈਂਦਾ ਤੇਰਾ ਭਰਾ ਪਿੱਛੇ ਜਾਂਦੀ ਭਾਜੀ ਨੇ ਮੈਂ ਕਹਿੰਨਾ ਕੱਲ ਪਰਸੇ ਵੀਡੀਓ ਪਾਈ ਸੀ ਉਹ ਪਤ ਨਹੀਂ ਕਿ ਇੱਥੇ ਸਾਡੇ ਇੱਕ ਮੈਟਰ ਹੋਇਆ ਕ ਉੰਦੀ ਭਾਈ ਨੇ ਸਾਰੀ ਸਟੋਰੀ ਸੁਣਾਤੀ ਉਹਦੀ ਮੈਂ ਕਿਹਾ ਯਾਰ ਬਾਇਓ ਡਾਟਾ ਪਤਾ ਨਹੀਂ ਕਿੱਥੋਂ ਕੱਢ ਲਿਆ ਸਾਰਾ ਪਿਛਲਾ ਛੇ ਮਹੀਨੇ ਦਾ ਬਾਇਓ ਡਾਟਾ ਕੱਢਣ ਤੇ ਆਵੇ ਬੰਦਾ ਨਿਕਲ ਜਾਂਦਾ ਹੈ ਤੇ ਇਹ ਫਰੈਸ਼ੀ ਭਾਜੀ ਮੈਂ ਪਹਿਲਾ ਪੂਰੀ ਭੂਮਿਕਾ ਬਨ ਕੋਈ ਪਿੰਡ ਸੀ ਲਤੀਫਪੁਰ ਜਲੰਧਰ ਦੇ ਕੋਲ ਤੇ ਜਦੂ ਦਾ ਪਾਕ ਇੰਡੀਆ ਬਣਿਆ ਹੈ ਨਾ ਪਾਕਿਸਤਾਨ ਤੋਂ ਉਜੜ ਕੇ ਆਏ ਆ ਅਪ ਇੱਧੇ ਰਹਿਨੇ ਪਏ ਆ ਤੇ ਉਹ ਵੀ ਪਿੰਡ ਚ ਰਹਿੰਦੇ ਹੋਣਗੇ ਤੇ ਹੁਣ ਜਦੂ ਦੀ ਆਮ ਆਦਮੀ ਪਾਰਟੀ ਆਈ ਏ ਓਕੇ ਉਹਨਾਂ ਨੇ ਹੁਣ ਨੋਟਿਸ ਕੱਢਿਆ ਹੈ ਵੀ ਤੁਸੀਂ ਇੱਥੇ ਨਹੀਂ ਰਹਿ ਸਕਦੇ ਠੀਕ ਪਿੰਡ ਵਾਲੇ ਨੂੰ ਕਿਹਾ ਤੇ ਪਹਿਲਾਂ ਵੀ ਇੱਕ ਦੋ ਵਾਰੀ ਵੈਸੇ ਗੇੜਾ ਮਾਰ ਕੇ ਗਈ ਏ ਪਿੰਡ ਵਾਲਿਆਂ ਨੂੰ ਪਤਾ ਹੀ ਕਿ ਸਾਡੇ ਤੇ ਨਾ ਇਦਾਂ ਐਕਸ਼ਨ ਚੱਲ ਰਿਹਾ ਹੈ ਪਰ ਉਹਨਾਂ ਨੂੰ ਇੰਨਾ ਨਹੀਂ ਸੀ ਪਤਾ ਕਿ ਇੰਨੀ ਜਲਦੀ ਹੋ ਜਨੇ ਸਮਝੇ ਗੱਲ ਤੇ ਨਾਲੇ ਯਾਰ ਕਿੰਨੂੰ ਹੁੰਦਾ ਫਰਸ਼ੀ ਪਾਜੀ ਹੁਣ ਮੇਰਾ ਪਿੰਡ ਯਾਰ ਮੈਂ ਉੱਥੇ ਛੁਰੂ ਤੋਂ ਰਹਿ ਰਿਹਾ ਨਾ ਮੈਂ ਜੰਮਿਆ ਮੇਰਾ ਦਾਦਾ ਜੰਮਿਆ ਪਰਦਾਦੇ ਉਥੇ ਨਾਲੇ ਯਾਰ ਕਿੰਨੂੰ ਇਦਾਂ ਹੋਏਗਾ ਪੰਜਾਬ ਚੋ ਵੀ ਨਾਲੇ ਇਦਾਂ ਕਦੀ ਵੀ ਨਹੀਂ ਯਾਰ ਸਾਨੂੰ ਤੇ ਦਈਏ ਸਾਡੀਆਂ ਜ਼ਮੀਨਾਂ ਜੋ ਜੋ ਅਸੀਂ ਉੱਥੇ ਛਾੜੇ ਕੇ ਆਈ ਇੱਥੇ ਸਾਨੂੰ ਨਾ ਉੰਨੀਆਂ ਹੀ ਮਿਲਿਆ ਨੇ ਬਿਲਕੁਲ ਬਿਲਕੁਲ ਤੇ ਚਲੋ ਜੋ ਵੀ ਹੈ ਯਾਰ ਸਾਨੂੰ ਨਹੀਂ ਪਤਾ ਪਰ ਮੈਂ ਤੁਹਾਨੂੰ ਦੱਸਾਂ ਇਹ ਸੀ ਇੱਕ ਉਹ ਸੀ ਯਾਰ ਤੇ ਮੈਂ ਚੰਗੀ ਤਰ੍ਹਾਂ ਦੱਦਾ ਫਰੈਸ਼ ਭਾਜੀ ਦੱਸੋ ਕਿਤੇ ਪਿੱਛੇ ਨਾ ਆਮ ਆਦਮੀ ਪਾਰਟੀ ਦਾ ਬੜਾ ਵਡਾ ਹਾਥੇ ਅੱਛਾ ਠੀਕ ਹੈ ਭਗਵੰਤੇ ਦਾ ਹਾਂ ਭਗਵੰਤੇ ਦਾ ਵੇਖ ਹੁਣ ਜਿਹੜੀ ਉਸ ਜਗ੍ਹਾ ਤੇ ਹੱਕੇ ਨਾ ਜਿਹੜਾ ਬੰਦਾ ਦਾਵਾ ਕਰ ਰਿਹਾ ਕਿ ਮੇਰਾ ਹੱਕ ਹੈ ਉਹ ਵੀ ਇੱਕ ਟਰਸਟ ਜਲੰਧਰ ਇੰਪਰੂਵਮੈਂਟ ਟਰਸਟ ਹੈ ਜਿਹੜੀ ਦਾਵਾ ਕਰ ਰਹੀ ਕਿ ਇਹ ਸਾਡੀ ਜਗ੍ਹਾ ਹੈ ਇਹ ਪਿੰਡ ਦੀ ਜਿਹੜੀ ਜਗ੍ਹਾ ਨਾ ਇਹ ਸਾਡੀ ਜਗ੍ਹਾ ਉਹ ਇੱਕ ਸੰਸਥਾ ਹੈ ਉਹਦਾ ਨਾਂ ਹੈ ਜਲੰਧਰ ਇੰਪਰੂਵਮੈਂਟ ਟਰਸਟ ਉਹ ਦਾਵਾ ਕਰਦੀ ਵੀ ਕਿ ਸਾਡੀ ਜਗ੍ਹਾ ਠੀਕ ਹੈ ਹੁਣ ਉਸ ਸੰਸਥਾ ਦਾ ਮੁਖੀ ਕੋਣ ਹੈ ਜਗਤਾਰ ਸੰਘੇੜਾ ਅੱਛਾ ਹਾਂ ਜਗਤਾਰ ਸੰਘੇੜਾ ਜਿਹੜਾ ਇਹ ਆਮ ਆਦਮੀ ਦਾ ਸਮਝ ਗਈ ਤੁਸੀਂ ਗਏ ਅਗਲੀ ਗੱਲ ਮੈਂ 3 ਐ ਠੀਕ ਆ ਹੁਣ ਸਰਕਾਰਾਂ ਕਿਦਾਂ ਕੰਮ ਕਰਦੀਆਂ ਨੇ ਹੁਣ ਆਮ ਆਦਮੀ ਪਾਰਟੀ ਨੇ ਆ ਸੰਘੇੜੇ ਨੇ ਚੰਗਾ ਪੈਸਾ ਦਿੱਤਾ ਹੋਣਾ ਨਾ ਆਮ ਆਦਮੀ ਪਾਰਟੀ ਨੂੰ ਜਦੂਏ ਜਰੂਰ ਜਰੂਰ ਮਿਲਣੀ ਸਮਝੇਗਾ ਇਹਨੇ ਕਿਹਾ ਨਾ ਆਮ ਆਦਮੀ ਪਾਰਟੀ ਨੂੰ ਆ ਲਓ ਜੀ ਮੈਂ ਤੁਹਾਡੀ ਪਾਰਟੀ ਨੂੰ ਇਨਾ ਫੰਡ ਦੇ ਨਾ ਤੁਸੀਂ ਮੈਨੂੰ ਐਮ ਐਲ اے ਦੀ ਟਿਕਟ ਦੋ ਪਰ ਜਦੂ ਮੈਂ ਜਿੱਤ ਗਿਆ ਹੁਣ ਤੋਂ ਨਾ ਅਸੀਂ ਪੈਸਾ ਦਿਨੇ ਪੇ ਪਰ ਜਦੂ ਮੈਂ ਜਿੱਤ ਗਿਆ ਮੇਰਾ ਕਿ ਨਿੱਕਾ ਜੇ ਕੰਮ ਏ ਉਹ ਕਰਨਾ ਹੈ ਉਹਨੇ ਕਿਹਾ ਓਕੇ ਠੀਕ ਐ ਸਮਝੇ ਗੱਲ ਹੁਣ ਜਦੋਂ ਪਾਰਟੀ ਜਿੱਤੀ ਨਾ ਅਗਲੇ ਨੇ ਕਿਹਾ ਵੀ ਮੇਰਾ ਕੰਮ ਕਰ ਦੋ ਉਹਨਾਂ ਨੇ ਕੰਮ ਕਰਤਾ ਹੁਣ ਭਗਵੰਤ ਮਾ ਦਾ ਇੱਕ ਵੀ ਬਿਆਨ ਬਿਆਨ ਆਇਆ ਵੀ ਨਹੀਂ ਯਾਰ ਗਲਤ ਹੋਇਆ ਜਾ ਉਹਨੇ ਫੋਨ ਲਾ ਕੇ ਇਸ ਜਿਹੜਾ ਡੀਐਸਪੀ ਗਾਲ੍ਹਾਂ ਕੱਢਦਾ ਪਿਆ ਸੀ ਉਥੇ ਕੁੜੀਆਂ ਨੂੰ ਮਾਵਾਂ ਪੈਣਾ ਨੂੰ ਕੋਈ ਐਕਸ਼ਨ ਨਹੀਂ ਉਹਨੇ ਇੱਕ ਵਾਰੀ ਫੋਨ ਲਾ ਕੇ ਕਿਹਾ ਇਹਨੇ ਵੀ ਤੂੰ ਸਸਪੈਂਡ ਭਾਜ ਦਬਾ ਹੋ ਜਾ ਕਹੇ ਨੇ ਨਹੀਂ ਪੈਣ ਚ ਉਹਨੂੰ ਮਿਲ ਇਹਨੂੰ ਤਾਂ ਮਿਲਿਆ ਹੋਣੇ ਗੱਫੇ ਚਾੜੇ ਹੋਣੇ ਨੇ ਜਗਤਾਰ ਸੰਘੇੜਾ ਨੇ ਕਿਉਂਕਿ ਉਹਦੀ ਤੇ ਟਰਸਟ ਏ ਇਹ ਜਗਾ ਜ਼ਮੀਨ ਉਹਦੀ ਏ ਲਤੀਫਪੁਰ ਪਿੰਡ ਤਨ ਜਗਤਾਰ ਸੰਘੇੜੇ ਦੀ ਜਗਤਾਰ ਸੰਘੇੜਾ ਆਮ ਆਦਮੀ ਪਾਰਟੀ ਦਾ ਐਮ ਐਲ ਏ ਵੇ ਜਿੱਦੂ ਆ ਮੈਲਡੀ ਟਿਕਟ ਉਹਨੇ ਲਈ ਹੋਣੀ ਤਾਂ ਪਹਿਲੀ ਮੈਂ ਸ਼ਰਤ ਨਾ ਕਹਣਾ ਉਹਨੇ ਇਹੀ ਕਿਹਾ ਉਹਨਾ ਵੀ ਅਸੀਂ ਤੁਹਾਨੂੰ ਫੰਡ ਦੇਨੇ ਆ ਤੁਹਾਡੀ ਪਾਰਟੀ ਨੂੰ ਪਰ ਇੱਕ ਨਿੱਕਾ ਜਿਹਾ ਕੰਮ ਹੋ ਵੋਟਰਾਂ ਤੋਂ ਬਾਅਦ ਤੇ ਉਹਨਾਂ ਨੇ ਕਿਹਾ ਉਹਨਾ ਬਿਲਕੁਲ ਕਿਉਂ ਨਹੀਂ ਤੇ ਹੁਣ ਉਹ ਕੰਮ ਕਰਦਾ ਪਿਆ ਆਪਣਾ ਕਢਾਂਦਾ ਪਿਆ ਔਰ ਮੈਨੂੰ ਗਾਲ੍ਹਾਂ ਸੁਣਦਾ ਹੁਣ ਫੈਮਿਲੀ ਪ੍ਰੋਗਰਾਮ ਇੱਥੇ ਗਾਲ੍ਹਾਂ ਨਹੀਂ ਉਹ ਪੁਲਿਸ ਵਾਲੇ ਨੂੰ ਗਾਲ੍ਹਾਂ ਭੰਦੀਆਂ ਭਾਜੀ ਮੈਂ ਕਹਿੰਦਾ ਉਹ ਜਿੱਦਾਂ ਮੈਂ ਵੀਡੀਓ ਦੇਖੀ ਆ ਤੇ ਜਿਹੜਾ ਸਾਹਮਣੇ ਫੈਮਲੀ ਖੜੀ ਆ ਸਾਹਮਣੇ ਬਜ਼ੁਰਗ ਬਜ਼ੁਰਗ ਉਹਦੇ ਉਹਦੇ ਉਮਰ ਦੇ ਹਿਸਾਬ ਨਾਲ 10 20 ਸਾਲ ਬਜ਼ੁਰਗ ਹੋਣੀ ਆਂਟੀ ਜਿਹਦੇ ਸਾਹਮਣੇ ਉਹਨੇ ਇਹੋ ਜਿਹੇ ਗਾਲਾਂ ਕੱਢੀਆਂ ਤੇ ਉਹਨੂੰ ਗਾਲਾਂ ਦੇਣੀਆਂ ਬੰਦੀਆਂ ਨੇ ਭਾਵੇਂ ਆਪਣੀ ਗਾਲਾਂ ਵਾਲਾ ਨਹੀਂਗਾ ਆਪਣਾ ਸ਼ੋਅ ਪਰ ਇਹ ਜੀ ਜੇ ਆਪਾਂ ਨੂੰ ਗਾਲਾ ਦਵਾਂਗੇ ਕਿ ਹਾਂ ਆਪਾਂ ਇੰਟਰਨੈਟ ਤੇ ਦੇ ਦੇ ਦਿੰਨੇ ਆਪਣੇ ਵੱਲੋਂ ਨੂੰ ਗਾਲਾ ਕੋਈ ਹੁਣ ਆਪਾਂ ਆ ਸਾਡਾ ਇੰਨੀ ਕੁ ਪਾਵਰ ਹੈਗੀ ਆ ਨਾ ਗਾਲਾ ਘੱਟਣ ਜੋਗੀ ਇਹ ਤਾਂ ਕਾ ਬਿਲਕੁਲ ਬਿਲਕੁਲ ਕਿ ਭਾ ਮੰਨ ਲਓ ਤੂੰ ਵਰਦੀ ਪਾਈ ਆ ਯਾਰ ਉਹ ਵਰਦੀ ਤੋਂ ਬਿਨਾ ਆ ਕੇ ਉਹਨਾਂ ਬੰਦੇ ਨਾਲ ਗੱਲ ਕਰਕੇ ਦੇ ਤੂੰ ਵਰਦੀ ਤੋਂ ਬਿਨਾ ਆ ਕੇ ਵੇਖ ਜੀ ਤੇਰੀ ਮੈਂ ਇਹ ਪਿੰਸ ਪੈਨਸਲ ਨਾਲ ਚੀਕਾਂ ਤੇਰੀਆਂ ਨਾਣਾ ਕੜਾਈਆਂ ਤੇ ਆਹੋ ਬੰਦੇ ਦਾ ਪੁੱਤਰ ਮੈਨੂੰ ਵੀ ਨਾ ਕਮੀ ਵਰਦੀ ਲਾ ਗਿਆ ਆ ਵੇਖ ਇਹ 2001 ਚ ਭਰਤੀ ਹੋਇਆ ਐਜ਼ ਇਨਸਪੈਕਟਰ ਨਾ ਇਹ ਨਾਇ ਜਸਕਰਨਜੀਤ ਸਿੰਘ ਤੇਜਾ ਓਕੇ ਬੇਨਾਮ ਇਹ ਕਿੱਦਾਂ ਸੋਣਾ ਰੱਖਿਆ ਜਸਕਰਨਜੀਤ ਸਿੰਘ ਤੇਜਾ 2021 ਇਕ ਚ ਹਾਂ 2021 ਚ ਭਰਤੀ ਹੋਇਆ ਐਜ਼ ਇਨਸਪੈਕਟਰ 2007 ਚ ਡਿਪਟੀ ਸੁਪਰਡੈਂਟ ਬਣ ਗਿਆ 2013 ਚ ਫਿਰ ਸੁਪਰਡੈਂਟ ਬਣ ਗਿਆ 2019 ਚ ਏਡੀਸੀਪੀ ਲੁਧਿਆਣਾ ਤੋਂ ਬਣ ਗਿਆ ਏਡੀਸੀਪੀ ਸਿਟੀ 2 ਲੁਧਿਆਣਾ ਪੁਲਿਸ 2019 ਚ ਫਿਰ 2021 ਚ ਬਣਿਆ ਹੈ ਜਲੰਧਰ ਦਾ ਡੀਸੀਪੀ डीसीपी ठीक है ठीक है मतलब एसएचओ डीसीपी है एसएचओ डीसीपी है डीसीपी है ਤੇ ਇੱਕ ਇਹਨੇ ਇੰਟਰਵਿਊ ਦਿੱਤੀ ਸੀ ਇੱਕ ਇੱਕ ਅਖਬਾਰ ਨੂੰ ਹਿੰਦੁਸਤਾਨ ਟਾਈਮ ਨੂੰ ਅੱਛਾ ਕਾਫੀ ਸਾਲ ਪਹਿਲਾਂ ਉਹਦੇ ਜੇ ਇਹ ਬੁਝੜ ਕਹਿੰਦੇ ਆ ਕਹਿੰਦਾ ਵੀ ਮੈਂ ਲੋਕਡਾਊਨ ਵਿੱਚ ਨਾ ਬੜੀ ਮਦਦ ਕੀਤੀ ਲੋਕਾਂ ਦੀ ਤੂੰ ਮਤ ਕੀਤੀ ਤੇਰੀ ਬੋਲਬਾਣੀ ਤੂੰ ਲੱਗਦਾ ਤੇ ਹੁਣ ਮੁੱਕਰ ਗਿਆ ਕਹਿੰਦਾ ਮੇਰੀ ਆਵਾਜ਼ ਹੀ ਨਹੀਂ ਆਉ ਹੁਣ ਮੁੱਕਰ ਗਿਆ ਕਹਿੰਦਾ ਜਿਹੜੀ ਜਨਾਨੀਆਂ ਨੂੰ ਗੱਲਾਂ ਨਹੀਂ ਕੱਢਦਾ ਪਿਓ ਤੇ ਮੇਰੀ ਆਵਾਜ਼ ਹੀ ਨਹੀਂ ਕਹਿੰਦਾ ਡੱਬ ਕੀਤੀ ਪੈਣ ਚੋ ਉਹ ਲੋਕਰੇ ਘਰ ਟੁੱਟਣ ਦੇ ਤੈਨੂੰ ਐਡੀਟਰ ਲਾ ਕੇ ਆਡੀਓ ਡੱਬ ਕਰਨ ਨੂੰ ਬੈਠੋ ਇੱਕ ਐਣ ਇੱਕ ਨੰਬਰ ਦਾ ਕਰਪਟ ਲੱਗਦਾ ਬਈ ਸ਼ਕਲੂ ਵੇਖੀ ਤੇ ਸ਼ਕਲ ਪੀ ਪੀ ਕੇ ਸ਼ਰਾਬ ਪੈਣ ਚੋ țe ਡੱਡਾ ਕੱਡੇ ਆ ਨਿਸ਼ ਉਹ ਪਾਜੀ ਇੰਨਾ ਗੱਲਾਂ ਇੰਨਾ ਇੰਨਾ ਗੱਲਾਂ ਕਰਕੇ ਇੰਨਾ ਲੋਕੀ ਬਾਹਰ ਭਜਦੇ ਨੇ ਹੁਣ ਇੱਧਰ ਸਾਡੇ ਇਦਾਂ ਹੋ ਜੇ ਹਣਾ ਮੰਨ ਲਓ ਕਿ ਪੁਲਸ ਆਵੇ ਜੇ ਆਪਾਂ ਨੂੰ ਕਹੀਏ ਕਿ ਸਾਨੂੰ ਆਹ ਕਾਨੂੰਨ ਦਾ ਪਤਾ ਅਗਲੇ ਅਗਲੇ ਪਾਜੀ ਮੈਂ ਕਹਿੰਦਾ ਕਦੇ ਕਦੇ ਨਾ ਜਦੋਂ ਆਈਡੀ ਕੋਈ ਮੰਗ ਲਿਆ ਜਾਂਦਾ ਕਰੋ ਜੇ ਤੇ ਉਹਨੂੰ ਕਹੀਏ ਸਾਨੂੰ ਆਹ ਕਾਨੂੰਨ ਦਾ ਪਤਾ ਤੁਸੀਂ ਤਾਂ ਨਹੀਂ ਕਰ ਸਕਦੇ ਅਗਲੇ ਸਰ ਪਿੱਛੇ ਬੈਕ ਹੋ ਜਾਂਦੇ ਪਿੱਛੇ ਕੀ ਹਾਂ ਬੰਦੇ ਨੂੰ ਪਤਾ ਯਾਰ ਆ ਪਾਣੀ ਕਰਨਾ ਕੁਛ ਹਨਾ ਕਦੇ ਕਦੇ ਤਾਂ ਇਦਾਂ ਮੈਂ ਇੱਕ ਦੇਖਿਆ ਸੀ ਬੰਦਾ ਸਾਡੇ ਸਰ ਲਾਇਬ੍ਰੇਰੀ ਹੈ ਪ੍ਰਾਈਵੇਟ ਹਨਾ ਸਰਕਾਰੀ ਲਾਇਬ੍ਰੇਰੀ ਹੁੰਦੀ ਗਵਰਨਮੈਂਟ ਦੀ ਹੁਣ ਪੁਲਿਸ ਉਹ ਬੰਦਾ ਕਰ ਰਿਹਾ ਸੀ ਲਾਇਬ੍ਰੇਰੀ ਚ ਗਲਤ ਹਰਕਤਾਂ ਥੋੜੀਆਂ ਜੀਆਂ ਉਹਨਾਂ ਨੇ ਪੁਲਿਸ ਬੁਲਾਈ ਕਿੰਨੇ ਨੂੰ ਰਿਮੂਵ ਕਰੋ ਇੱਥੋਂ ਕਹਿੰਦਾ ਇਹ ਸਰਕਾਰੀ ਲਾਇਬ੍ਰੇਰੀ ਹੈ ਮੈਂ ਗਵਰਨਮੈਂਟ ਦੀ ਲਾਇਬ੍ਰੇਰੀ ਹੈ ਮੈਂ ਟੈਕਸ ਦਿੰਦਾ ਮੇਰੇ ਟੈਕਸ ਦੀ ਬਣੀ ਲਾਇਬ੍ਰੇਰੀ ਐਸੇ ਮੈਨੂੰ ਕੱਢ ਕੇ ਦਿਖਾਓ ਠੀਕ ਆ ਉਹਨਾਂ ਨੇ ਪਹਿਲਾਂ ਦੋ ਪੁਲਿਸ ਵਾਲੇ ਆਏ ਫਿਰ ਉਹਨਾਂ ਨੇ ਆਪਣ ਉਨੇ ਵੀ ਆ ਕੇ ਰਿਕਵੈਸਟਾਂ ਕੀਤੀਆਂ ਸਰ ਕਿ ਆਪਾਂ ਤੁਹਾਨੂੰ ਅਰੈਸਟ ਨਹੀਂ ਕਰ ਸਕਦੇ ਕਿਉਂਕਿ ਤੁਸੀਂ ਆਪਣੀ ਪ੍ਰਾਪਰਟੀ ਤੇ ਬੈਠੇ ਜੇ ਪਰ ਪਲੀਜ਼ ਇੱਥੇ ਚੱਲ ਜਿਓ ਤਾਂ ਬਹੁਤ ਵਧੀਆ ਹੋਊਗਾ ਲੋਕਾਂ ਲਈ ਬਾਕਿਆਂ ਲਈ ਬਾਕਿਆਂ ਦੇ ਭਲੇ ਦੇ ਚੱਲ ਜਿਓ ਉਹ ਬੰਦਾ ਪਿਆਰ ਨਾਲ ਚੱਲ ਗਿਆ ਬਾਅਦ ਵਿੱਚ ਮਤਲਬ ਕਿ ਉਹਨੂੰ ਲੋਕ ਦਾ ਪਤਾ ਨਹੀਂ ਸੀ ਕਿੰਨਾ ਮੇਰੀ ਜਗ੍ਹਾ ਤੇ ਮੈਨੂੰ ਕਿੱਧਰ ਘਟ ਸਕਦੇ ਹੁਣ ਘਰ ਭਾਈ ਜਦੋਂ ਕਿ ਮਾਲੋ ਕਿ ਸਿੱਧੀ ਜ਼ਮੀਨ ਸੀਗੀ ਹਨਾ ਹੁਣ ਦਸੰਬਰ ਦਾ ਮਹੀਨਾ ਬਿਲਕੁਲ ਠੰਡਾ ਅਗਲੇ ਦਾ ਘਰ ਤੋੜਦਾ ਉਹਦੇ ਬਦਲੇ ਉਹਨਾਂ ਨੂੰ ਇੱਕ ਘਰ ਤਾਂ ਮਿਲਣਾ ਚਾਹੀਦਾ ਪਹਿਲਾਂ ਘਰ ਬਣਾਗੇ ਦੋ ਜਗ੍ਹਾ ਰਹਿਣ ਦਾ ਤਾਂ ਪ੍ਰਬੰਧ ਕਰੋ ਫਿਰ ਤੋੜੋ ਅਗਲਾ ਜੇ ਕਰਨ ਨੂੰ ਕਹਿ ਰਿਹਾ ਕਿ ਸਾਨੂੰ ਨੋਟਿਸ ਦੇ ਦਿਓ ਸਾਨੂੰ ਕਾਨੂੰਨ ਦਾ ਦੱਸ ਦੋ ਕਿ ਆ ਕੀ ਕਾਨੂੰਨ ਆ ਸਰ ਕੋਈ ਨੋਟਿਸ ਦੇ ਰੋ ਦੱਸ ਦੇ ਦਿਓ ਆਪਾਂ ਸਮਾਨ ਚੱਕ ਲਾਂਗੇ ਅੱਗੇ ਉਹਨੂੰ ਗਾਲਾਂ ਕੱਢਣ ਦਾ ਕੀ ਮਿਲ ਬੰਦਾ ਤੂੰ ਅੱਗੇ ਉਹਨੂੰ ਕਾਨੂੰਨ ਸਮਝਾ ਕਿ ਨਹੀਂ ਬੇਟਾ ਇਦਾਂ ਗੱਲ ਨਹੀਂ ਇਹ ਕਾਨੂੰਨ ਦੇ ਮਸਾਬ ਨਾਲ ਤੂੰ ਇਹਨੂੰ ਛੱਡਣਾ ਪੈਣਾ ਹੈ ਸਿੱਧਾ ਸਮਝਾ ਇਹ ਥੋੜੀ ਹੈ ਕਿ ਤੂੰ ਤੇਰੇ ਕੋਲ ਪਾਵਰ ਹੈ ਤੂੰ ਤੇਰੇ ਕੋਲ ਵਧੀਆ ਸਟਾਰ ਲੱਗੇ ਨੇ ਤੇ ਜਿਹਨੂੰ ਮਰਜ਼ੀ ਗਾਲਾਂ ਕੱਢੇਗਾ ਇਹ ਸਟਾਰ ਸਟੂਰ ਬਾਜੀ ਲੱਗਦੇ ਨੇ ਇਹੀ ਆਤਮਿਕ ਫ੍ਰੈਚੀਪੈ ਅਹ ਬੋਲੋ ਬੋਲੋ ਫ੍ਰੈਸ਼ ਭਾਈ ਮੈਂ ਇਸੇ ਕਰਕੇ ਕੰਨਾ ਵੀ ਟਵਿੱਟਰ ਤੇ ਆਇਆ ਕਰੋ ਹੁਣ ਜੇ ਸਾਡੇ ਨਾਲ ਫ੍ਰੈਸ਼ ਭਾਈ ਟਵਿੱਟਰ ਤੇ ਬੰਦਾ ਕੋ ਮੇਰੇ ਨਾਲ 10 15000 ਜੁੜਿਆ ਹੁੰਦਾ ਤੇ ਕਸਮੀ ਗੱਲ ਹੈ ਜੇ ਉਹੀ 5 10000 ਬੰਦਾ ਮੇਰੇ ਪਿੱਛੇ ਇੱਕ ਟਵੀਟ ਕਰਨ ਤੇ ਸਾਰੇ ਰੀਟਵੀਟ ਕਰਦੇ ਹੁੰਦੇ ਨਾ ਅੱਜ ਮੈਂ ਜੁਆਨੋ ਚ ਗੱਲ ਲੈ ਜਾਣੀ ਸੀ ਇਹਦੀਆਂ ਫੀਤੀਆਂ ਲਵਾਉਣੀਆਂ ਸੀ ਭੈਣੀਆਂ ਹੁਣ ਲੈ ਜਾਨੇ ਹੋ ਲੈ ਜਾਨੇ ਆ ਹੋਣ ਕਰ ਲੈਨੇ ਆ ਜੇ ਕਰਦੇ ਨਹੀਂ ਨਾ ਕੋਈ ਰੀਟਵੀਟ ਹੀ ਨਹੀਂ ਕਰਦਾ ਕੋਈ ਕੁਝ ਕਰਦਾ ਹੀ ਨਹੀਂ ਯਾਰ ਅਹੀ ਇੱਥੇ ਪੈ ਮੈਨੂੰ ਕੋਈ ਫਾਇਦਾ ਨਹੀਂ ਆਇਆ ਇਸ ਗੱਲ ਦਾ ਅਗਲਾ ਉਹ ਭੈਣ ਜਦੋਂ ਪਤਾ ਨਹੀਂ ਕੀ ਡੀਸੀਪੀ ਇੱਥੇ ਮੇਰੇ ਮੇਰੇ ਤੱਕ ਵੀ ਖਬਰ ਆ ਸਕਦੀ ਏ ਮੈਨੂੰ ਪਤਾ ਹੈ ਜੇ ਵੇਖ ਲੈਣਾ ਸਾਡੀ ਵੀਡੀਓ ਤੇਨੂੰ ਗੁੱਸਾ ਚੜ ਜਾਏ ਇੱਥੇ ਤੱਕ ਮੇਰੇ ਮੇਰੇ ਤੱਕ ਪਹੁੰਚ ਕਰ ਸਕਦਾ ਹੈ ਪਰ ਗੂ ਨੇ ਜਿਹੜੇ 70 ਪੈਣੇ ਨੇ ਨਾ ਉਹ ਇਹਨੂੰ ਅੰਦਾਜ਼ਾ ਵੀ ਨਹੀਂ ਆ ਮੈਂ ਕਹਿੰਦਾ ਪਰ ਵੈਸੇ ਮੈਂ ਕਹਿੰਦਾ ਮੈਨੂੰ ਕੋਈ ਇੰਟਰਸਟ ਨਹੀਂ ਹੈ ਗਾਲਾਂ ਕੱਢਣ ਦਾ ਉਹਨੂੰ ਸਾਡੇ ਕਿਹੜਾ ਕੋਈ ਲੱਗਦਾ ਕੁਝ ਕੁਝ ਨਹੀਂ ਲੱਗਦਾ ਸਾਡ ਨੂੰ ਕਿਹੜ ਐਜ਼ এ ਪੰਜਾਬੀ ਸਾਡੀ ਸਾਝੋ ਪਿੰਡਾਂ ਵਾਲਿਆਂ ਨਾਲ ਮੇਰੀ ਮਾਂ ਵੀ ਇਦਾਂ ਜਿੱਦਾਂ ਮੁੰਡਾ ਗਾਲਾਂ ਨਹੀਂ ਸੀ ਕੱਢਦਾ ਪਿਆ ਤੇ ਉਹਦੀ ਮਾਂ ਵੇਖਾ ਬਾਹ ਫੜ ਕੇ ਉਹਨੂੰ ਲੈ ਕੇ ਜਾਂਦੀ ਵੀ ਹਿੰਦਰ ਪੁੱਤਰ ਨਾ ਕੱਢ ਕਿਉਂਕਿ ਉਹਨਾਂ ਨੂੰ ਪਤਾ ਰਸਾਲੇ ਨੇ ਕੋਈ ਵੀ ਕੇਸ ਪਾ ਕੇ ਮੇਰੇ ਪੁੱਤਰ ਨੂੰ ਅੰਦਰ ਨਾ ਕਰ ਦੇ ਨਾ ਉਹ ਤਾਂ ਮਾਂ ਵਿਚਾਰੀ ਨਾ ਜਿਹੜੀ ਮੁੰਡੇ ਨੂੰ ਸਾਡੀਆਂ ਮਾਵਾ ਵੀ ਇਦਾਂ ਹੀ ਕਰਦੀਆਂ ਨੇ ਕੱਲ ਪਰਸ ਇੱਕ ਇੰਟਰਵਿਊ ਵੀ ਆਈ ਸੀ ਕੇ ਦੇ ਨਾ ਚੈਨਲ ਤੇ ਉਹ ਵਿਚਾਰਾ ਨਿਆਣਾ ਵਾਂ ਕੋਈ ਹਣਾ ਹੁਣਾਂ 5-6 ਸਾਲ ਦਾ ਉਹਨਾਂ ਨੂੰ ਬਾਹਰ ਕੱਢਿਆ ਪਿਆ ਆਪਣੀ ਬੇਬੇ ਨੂੰ ਪਿੱਛੇ ਬੇਬੇ ਜਰਾਤੀ ਮੈਂ ਕਿੱਥੇ ਸੌਂਗਾ ਹਾਂ ਮੈਂ ਵੀ ਦੇਖੀ ਉਹ ਹੁਣ ਕੀ ਕਰਦਾ ਪਾਵੇਂ ਤੁਹਾਡੀ ਜਮੀਨ ਨਾ ਕਿਸੇ ਕਿਸੇ ਹੋਰ ਦੇ ਨਾਂ ਦੀ ਜਮੀਨ ਹੈ ਕੋਰਟ ਦੇ ਕੋਈ ਆਰਡਰ ਆ ਪਰ ਇੱਕ ਇਨਸਾਨੀਅਤ ਵੀ ਚੀਜ਼ ਹੁੰਦੀ ਆ ਯਾਰ ਕਿ ਬੰਦੇ ਇੱਥੇ ਜਾਣਗੇ ਹਨਾ ਫਰੈਸ਼ੀ ਭਾਜੀ ਤੇਰੇ ਮੈਂ ਇਨਸਾਨੀਅਤ ਦੀ ਗੱਲ ਦੱਸਾਂ ਯਾਰ ਅੱਜ ਲੋਕਾਂ ਨੇ ਫਿਰ ਗਣਾ ਤੂੰ ਫਰੈਸ਼ ਨੂੰ ਬੋਲਣ ਨਹੀਂ ਦਿੰਦਾ ਬਈ ਅੱਜ ਮੇਰਾ ਗੁੱਸਾ ਬਹੁਤ ਚੜਿਆ ਹੈ ਫਰੈਸ਼ ਤੈਨੂੰ ਮੈਂ ਇਨਸਾਨੀਅਤ ਦੀ ਗੱਲ ਦੱਸਾਂ ਹੁਣ ਯੂਰਪ ਦੇ ਵਿੱਚ ਕਾਨੂੰਨ ਪਤਾ ਕੀ ਹੈ ਮੈਂ ਜੇ ਕਿਤੇ ਟੁੱਟਾ ਕੋਈ ਟੁੱਟਾ ਘਰ ਮੈਂ ਵੇਖ ਲੈਣਾ ਰਸਤੇ 'ਚ ਤੇ ਮੈਂ ਬੇਕਾਰ ਆ ਹਨਾ ਮੈਂ ਬੇਕਾਰ ਆ ਮੇਰੇ ਕੋਈ ਘਰ ਨਹੀਂ ਯੂਰਪ ਦੇ ਵਿੱਚ ਤੇ ਮੈਂ ਰਸਤੇ ਤੇ ਜਾਂਦਾ ਜਾਂਦਾ ਕੋਈ ਟੁੱਟਾ ਜ ਤੇ ਮੈਂ ਖਿੜਕੀ ਉਹਦੀ ਤੋੜ ਕੇ ਅੰਦਰ ਵੜ ਜਾਣਾ ਤੇ ਕੋਈ ਗਵਾਂਡੀ ਫੋਨ ਲਾ ਕੇ ਕਹਦੇ ਨਾ ਪੁਲਿਸ ਨੂੰ ਵੀ ਇਸ ਘਰ ਖਾਲੀ ਘਰ ਚ ਬੜੇ ਸਾਲਾਂ ਤੋਂ ਖਾਲੀ ਘਰ ਪਿਆ ਇੱਥੇ ਕੋਈ ਬੰਦਾ ਵੜਿਆ ਕੋਈ ਕਾਲਾ ਕੋਈ ਅਰਬੀ ਕੋਈ ਇੰਡੀਅਨ ਵੜਿਆ ਪੁਲਿਸ ਆ ਜੇ ਨਾ ਤੇ ਜੇ ਪੁਲਿਸ ਨੇ ਵੇਖਿਆ ਨਾ ਕਿ ਨਵੰਬਰ ਤੋਂ ਲੈ ਕੇ ਮਾਰਚ ਦੇ ਮਹੀਨੇ ਚ ਵੜਿਆ ਉਹ ਨਵੰਬਰ ਦਸੰਬਰ ਜਨਵਰੀ ਫਰਵਰੀ ਮਾਰਚ ਇਹ ਹੁੰਦੀ ਠੰਡ ਠੰਡੇ ਪੈਂਦੀ ਯੂਰਪ ਚ ਜੇ ਇਹ ਪੰਜਾਂ ਮਹੀਨਿਆਂ ਦੇ ਵਿੱਚ ਕੇਸ ਹੈ ਨਾ ਪੁਲਿਸ ਨੇ ਉਹਨਾਂ ਨੂੰ ਕੱਢਣਾ ਨਹੀਂ ਕਿਉਂਕਿ ਠੰਡੇ ਕਿੱਥੇ ਜਾਵੇ ਉਹ ਕਿਹੜਾ ਕੋਈ ਕ੍ਰਾਈਮ ਕਰ ਰਿਹਾ ਕੋਈ ਘਰ ਪੁਰਾਣਾ ਸੀ ਵੜ ਗਿਆ ਅਗਲਾ ਵਿਚਾਰਾ ਪੁਲਿਸ ਵੀ ਕੁਛ ਨਹੀਂ ਕਹਿੰਦੀ ਇੱਥੇ ਫਰਾਂਸ ਚ ਵਾਹ ਵੇਖਿਆ ਕਈ ਅਰਬੀ ਅਰਬੀ ਇੱਦੇ ਰਹਿੰਦੇ ਨੇ ਇੱਥੇ ਇਟਲੀ ਚ ਰਹਿੰਦੇ ਨੇ ਮੇਰੇ ਪਿੱਛੇ ਬਿਲਕੁਲ ਮੇਰੀ ਪਿੱਠ ਦੇ ਪਿੱਛੇ ਘਰ ਹੈ ਮੇਰੀਆਂ ਕੁੜੀਆਂ ਕਦੇ ਚੱਲ ਗਈਆਂ ਉਥੇ ਪੁਰਾਣੀ ਜਿਹੀ ਵਿਹਲੀ ਸੀ ਤੇ ਅੰਦਰੋਂ ਇੱਕ ਬੰਦਾ ਉਬੜ ਖਵਾ ਬੋਲਿਆ ਸੀ ਕਿ ਘਰ ਖਾਲੀ ਹੈ ਪਰ ਉਥੇ ਇੱਕ ਬੁੱਢਾ ਬਜ਼ੁਰਗ ਰਹਿ ਰਿਹਾ ਸੀ ਜਿਹੜੀ ਕੋਨੇ ਮਾਰੀ ਸੀ ਹਾਂ ਉਹ ਹੀ ਭਈ ਹੋਮਲੈਸਤ ਚਲੋ ਇੱਥੇ ਵੀ ਹੁੰਦੇ ਆ ਨਾ ਆਪਣੇ ਤੇ ਕਦੇ ਹੁਣ ਜਿਹੜਾ ਠੰਡ ਚ ਪਿੱਛੇ ਜਿਹੜਾ ਹੁਣ ਆ ਜਿਹੜਾ ਚਰਚ ਉਹਨਾਂ ਨੇ ਪੋਸਟ ਪਾਈ ਸੀ ਮਤਲਬ ਕਿ ਉਹ ਹਰ ਸਾਲ ਇਹਦਾ ਖੋਲਦੇ ਆ ਕਿ ਜਿਹਦੇ ਕੋਲ ਘਰ ਨਹੀਂ ਹੈਗਾ ਉਹ ਇੱਥੇ ਆ ਕੇ ਰਹਿ ਲੈ ਤੇ ਪਰ ਗੱਲ ਇਹ ਆ ਕਿ ਆਪਾਂ ਪੰਜਾਬ 'ਚ ਇਦਾਂ ਦਾ ਕੰਮ ਹੋਣਾ ਜਿੱਥੇ ਹਨਾ ਲੋਕੀ ਆਪਣੇ ਕਿੰਨੇ ਭਾਇਵਾਲੇ ਸਾਂਝ ਵਾਲੇ ਬੰਦੇ ਮੰਨਦੇ ਆਪਾਂ ਕਿ ਯਾਰ ਪੰਜਾਬ ਆਪਾਂ ਪੰਜਾਬੀ ਆ ਆਪਾਂ ਪੰਜਾਬੀ ਆ ਹਨਾ ਪਿੱਛੇ ਜੇ ਸੇਬਾਂ ਵਾਲਾ ਕਾਂਡ ਹੋ ਗਿਆ ਉਹ ਵੀ ਦੇਖੋ ਸੇਬਾਂ ਵਾਲਾ ਉਹ ਕਹਿੰਦੇ ਸੀ ਉਹ ਜਾ ਰਹੇ ਨਹੀਂ ਨਹੀਂ ਸੇਬਾਂ ਵਾਲਾ ਸੇਬਾਂ ਦੇ ਬਾਅਦ ਚੜੇ ਫਰੈਸ਼ੀ ਪਹਿਲਾਂ ਮੈਂ ਹੁਣ ਦਾਦਾ ਇਹ ਕਹਿੰਦੇ ਨਾ ਗੈਂਗਸਟਰ ਕਿੱਦਾਂ ਪੈਦਾ ਹੁੰਦੇ ਨੇ ਫਰੇਕਿਪਾ ਜੀ ਗੈਂਗਸਟਰ ਕਹਿੰਦੇ ਨਾ ਪੈਦਾ ਕਿੱਦਾਂ ਹੁੰਦੇ ਨੇ ਐਦਾਂ ਹੀ ਪੈਦਾ ਹੁੰਦੇ ਨੇ ਹੁਣ ਲੱਗ ਗਈ ਐਗਜ਼ੈਂਪਲ ਸਮਝ ਜ ਤੁਹਾਡੇ ਸਾਹਮਣੇ ਐਦਾਂ ਹੀ ਪੈਦਾ ਹੁੰਦੇ ਨੇ ਉਹ ਜਿਹੜੇ ਮੁੰਡਾ ਇੱਕ ਸਰਦਾਰ ਜੇ ਮੁੰਡਾ ਵਿਚਾਰਾ ਨਾ ਰੋਂਦਾ ਪਿਆ ਉਸਦੀ ਮਾਂ ਫੜੇ ਉਹ ਕਹਿੰਦਾ ਯਾਰ ਮੈਂ ਇੰਨੇ ਮਿਹਨਤ ਨਾਲ ਹੀ ਘਰ ਬਣਾਇਆ ਸੀ ਕਿੱਥੇ ਜਾਵਾਂਗੇ ਉਹ ਮੁੰਡਾ ਜੇ ਕੱਲ ਨੂੰ ਹਥਿਆਰ ਚੱਕ ਲੈਣਾ ਮੈਂ ਉਹਦੇ ਮੁੰਡੇ ਦੇ ਨਾਲ ਆ ਸ਼ਰਮੇ ਮੈਂ ਕਹਿੰਦਾ ਪੈਂਚ ਮੈਂ ਨਾਲ ਆ ਤੇ ਭਾਜੀ ਐਦਾਂ ਹੀ ਐਦਾਂ ਹੀ ਗੈਂਗਸਟਰ ਬੰਦੇ ਨੇ ਉਹ ਨਾ ਬੋਲਣ ਦੀ ਅਕਲ ਹੈ ਕਿ ਨਾ ਡੀਸੀਪੀ ਜਸਕਰਨਜੀਤ ਸਿੰਘ ਕੱਢ ਲਾਂ ਮਾੜੀ ਚ ਪੜਾਸ ਕੱਢ ਭੈ ਚ ਦਿਲ ਦੀ ਮੈਂ ਤਾਂ ਉਹਦਾ ਆਪਣੇ ਮੈਂ ਪੜਾਸ ਤਾਂ ਕੱਢ ਲਾਂਗੇ ਆਪਾਂ ਪਰ ਮੈਂ ਕਿਹਾ ਹੱਤੋਬੱਦੀ ਜਿਹੜੇ ਮੜੇ ਟਾਈਮ ਚ ਬਣੇ ਉਹ ਵੀ ਇਦਾਂ ਹੀ ਬਣੇ ਆ ਉਹਨਾਂ ਨੂੰ ਧੱਕੇ ਨਾਲ ਲੱਗੇ ਇਦਾਂ ਬੰਦੇ ਨੇ ਇਦਾਂ ਬੰਦੇ ਨੇ ਨਕਲੀ ਕੇਸਾਂ ਚ ਪਾ ਪਾ ਕੇ ਉਹਨਾਂ ਨੂੰ ਲੈ ਜਾਂਦੇ ਰਹੇ ਉਸ ਤੋਂ ਬਾਅਦ ਅਗਲੇ ਬਾਅਦ ਚ ਰੋਣ ਉਹਨਾਂ ਨੂੰ ਉਹਨਾਂ ਨਾਲ ਉੱਥੇ ਧੱਕਾ ਉਹਨਾਂ ਨੇ ਜਾ ਕੇ ਅੱਗੇ ਪੁਲਿਸ ਸਟੇਸ਼ਨ 'ਚ ਧੱਕਾ ਪਤਾ ਨਹੀਂ ਸਾਲੇ ਪੁਲਿਸ ਕੀ ਕਰਦੇ ਐਡੀ ਨਕਮੀ ਪੁਲਿਸ ਹੈ ਕੱਲ ਪਰਸੂ ਪਤਾ ਉਹ ਰੋਕਟ ਲਾਂਚਰ ਛੱਟ ਗਿਆ ਕੋਈ ਅੱਛਾ ਦੁਬਾਰਾ ਸੁੱਟ ਗਿਆ ਦੁਬਾਰਾ ਸੱਟ ਕੇ ਤੇ ਡੀਜੀਪੀ ਡੀਜੀਪੀ ਪਤਾ ਕੀ ਕਹਿਣ ਦੇ ਆਵੇ ਪੰਜਾਬ ਦਾ ਕੀ ਕਹਿਣ ਦੇ ਕਹਿੰਦਾ ਹਿੰਮਤ ਤੇ ਸਾਹਮਣੇ ਆ ਕੇ ਮਾਰੋ ਗੈਂਗਸਟਰ ਹੋਣਾ ਕੋਈ ਬੰਦਾ ਤੇਰੇ ਸਾਹਮਣੇ ਆ ਕੇ ਜੇ ਤੂੰ ਤੂੰ ਹੀ ਜਦੋਂ ਫੜਨ ਜਾਂਦੇ ਕੋਈ ਦੱਸ ਕੇ ਜਾਂਦੇ ਵੀ ਫੜਨ ਗਏ ਆ ਪਾਜੀ ਇੱਕ ਮਿੰਟ ਇੱਕ ਮਿੰਟ ਮੈਂ ਨਾ ਰਿਕਾਰਡਿੰਗ ਦੇਖ ਲਾ ਮੈਨੂੰ ਲੱਗਦਾ ਉਹ ਫੋਨ ਆਇਆ ਇਹ ਵਿੱਚ ਮਾਰਾ ਵੇਖ ਤੂੰ ਮੇਰਾ ਭਰਾ ਰਿਕਾਰਡਿੰਗ ਨਾ ਬੰਦ ਹੋ ਗਈ ਹੋਵੇ ਬਾਅਦ ਵਿੱਚ ਬੰਦਾ ਕਹਿੰਦਾ ਕਿ ਵੀਡੀਓ ਮੈਂ ਅਪਲੋਡ ਕਿੱਥੋਂ ਕਰੂਗਾ ਰਿਕਾਰਡਿੰਗ ਹੈ ਨਹੀਂ ਜੀ ਆ ਚੱਲਦਾ ਪਿਆ ਨਾ ਹਾਂ ਚੱਲਦਾ ਪਿਆ ਚੱਲਦਾ ਪਿਆ ਚੱਲਦਾ ਪਿਆ ਬਸ ਹੈ ਜੀ ਫ੍ਰਿਜ ਹੀ ਬੋਲ ਯਾਰ ਮੈਨੂੰ ਤਾਂ ਬਹੁਤ ਗੁੱਸਾ ਚੜਿਆ ਹੈ ਭੈਣਾ ਲਾਇਆ ਮਾਰ ਨਾ ਨਹੀਂ ਨਹੀਂ ਗੁੱਸਾ ਤਾਂ ਭਾਈ ਰੌਣਾ ਇਹ ਨਹੀਂ ਨਹੀਂ ਆਪਾਂ ਜੇ ਤੁਸੀਂ ਆਪਾਂ ਯੂਐਨਓ ਚ ਗੱਲ ਲੈ ਕੇ ਜਾ ਸਕਦੇ ਆ ਯੂਐਨਓ ਚ ਗੱਲ ਲੈ ਕੇ ਜਾ ਸਕਦੇ ਆ ਤੇ ਜ਼ਰੂਰ ਹਣਾ ਜਿਹੜੇ ਬੰਦੇ ਆਪਣਾ ਦੇਖਦੇ ਆ ਸ਼ੋ ਟਵਿੱਟਰ ਤੇ ਭਾਜੀ ਨੇ ਪੋਸਟ ਪਾਈ ਹੋਣੀ ਜਾਂ ਮੈਂ ਪਾਈ ਹੋਣੀ ਆ ਪਲੀਜ਼ ਉੱਥੇ ਆਓ ਯਾਰ ਤੁਸੀਂ ਜੇ YouTube ਦਾ ਵੀਡੀਓ ਦੇਖ ਸਕਦੇ ਜੇ 2 ਮਿੰਟ ਨਹੀਂ ਲੱਗਦੇ ਟਵਿੱਟਰ ਇੰਸਟਾਲ ਕਰਨ ਨੂੰ ਜਿੰਨੇ ਵਧ ਰੀ ਰੀ ਟਵੀਟ ਹੋ ਜਾਣਗੇ ਉੰਨਾ ਜ਼ਿਆਦਾ ਨੋਟੀਫਿਕੇਸ਼ਨ ਜਾਂਦੀਆਂ ਉਹਨਾਂ ਨੂੰ ਕਿ ਆਹ ਟਵੀਟ ਵੱਧ ਗਿਆ ਇੱਥੇ ਰੈਕਸ਼ਨ ਲਈਏ ਜਰੂਰ ਹੋ ਰਿਹਾ ਡੀਟ ਕਰੋ ਜੇ ਅੱਜ ਉਹਨਾ ਨਾ ਹੋਈ ਹੈ ਕੱਲ ਨੂੰ ਤੁਹਾਡੇ ਨਾਲ ਵੀ ਹੋ ਸਕਦੀ ਹੈ ਪੰਜਾਬ ਵਿੱਚ ਪੰਜਾਬ ਵਿੱਚ ਕਿ ਜਿੱਥੇ ਬੈਠੇ ਉੱਥੇ ਵੀ ਹੋ ਸਕਦੀ ਹੈ ਤੇ ਜੇ ਅੱਜ ਤੁਸੀਂ ਕਿਸੇ ਲਈ ਖੜੋਗੇ ਕੱਲ ਨੂੰ ਤੁਹਾਡੇ ਲਈ ਵੀ ਕੋਈ ਖੜੇਗਾ ਤੇ ਪੁਲਸ ਵਾਲਾ ਹੁਣ ਮੇਰੇ ਕੋਲ ਮੈਂ ਯਾਰ ਬਈ ਇਹ ਸਾਲਾ ਨਾ ਇੱਕ ਹੁੰਦਾ ਨਾ ਚੀਜ਼ ਕੀ ਆਪਾਂ ਆ ਚੈਨਲ ਤੇ ਬੈਠੇ ਆ ਜੇ ਦੂਜੇ ਚੈਨਲ ਹੁੰਦਾ ਉਹ ਚੰਗੀ ਤਰੀਕੀ ਬਣੇ ਕਰਦਾ ਮੈਂ ਇੱਥੇ ਸਾਲਾ ਗਾਲ ਘੱਟ ਨੂੰ ਦਿਲ ਨਹੀਂ ਕਰ ਰਿਹਾ ਹਾਂ ਚਲ ਕੋਈ ਨਹੀਂ ਖੈ ਰਹੀਏ ਪਰ ਗਾਲਾਂ ਭਾਂਦੀਆਂ ਨੇ ਗਾਲਾਂ ਭਾਂਦੀਆਂ ਨੇ ਜਿੱਦਾਂ ਤੁਸੀਂ ਕਰਨਾ ਝੂਠੇ ਝੂਠੇ ਪਰਚੇ ਪਾ ਕੇ ਕਿ ਗਾ ਜਾਊਂਗਾ ਕਹਿੰਦਾ ਨਦਰੀ ਇਦਾਂ ਹੀ ਬੋਲਿਆ ਨਾ ਇਹੀ ਬੋਲਿਆ ਸੀ ਨਾ ਤੇ ਇਦਾਂ ਬੋਲਿਆ ਉਹ ਫ੍ਰੈਂਚੀ ਕਹਿੰਦੇ ਨੇ ਤੁਸੀਂ ਸਾਨੂੰ ਕਈ ਮੁੰਡੇ ਕਮੈਂਟ ਕਰਦੇ ਹੁੰਦੇ ਨੇ ਇਹ ਨਹੀਂ ਹਿੰਮਤ ਤੇ ਪੰਜਾਬ ਆ ਕੇ ਬੋਲੋ ਬੋਲਿਆ ਨੇ ਆ ਇਦਾਂ ਦੇ ਕੁੱਤੇ ਬੰਦੇ ਸਾਨੂੰ 1 ਮਿੰਟ ਨਹੀਂ ਲਾਣਾ ਜੇਲ੍ਹ ਚ ਬੰਦ ਕਰਨ ਨੂੰ ਮੈਨੂੰ ਇਹ ਜਿਹੜੇ ਕਹਿੰਦੇ ਨਾ ਮੈਨੂੰ ਜਿਹੜੇ ਕਹਿੰਦੇ ਨਾ ਪੰਜਾਬ ਆ ਕੇ ਬੋਲੋ ਕੱਲ ਨੂੰ ਤੁਹਾਡੇ ਤੇ ਕੋਈ ਵਿਖਤਾ ਪੈ ਗਈ ਨਾ ਤਾਂ ਕਹੇ ਨੇ ਨਹੀਂ ਬੋਲਣਾ ਉਦੋਂ ਵੀ ਅਸੀਂ ਬੋਲਣਾ ਫਿਰ ਤੁਹਾਨੂੰ ਇਹ ਹੀ ਯਾਦ ਆਣਾ ਕੋਈ ਬੰਦੇ ਬਚੇ ਨੇ ਤਾਂ ਹੀ ਅਸੀਂ ਬੋਲ ਰਹੇ ਆ ਬਾਹਰ ਬੈ ਕੇ ਜੇ ਅਸੀਂ ਵੀ ਇੰਡੀਆ ਦੇ ਸਾਨੂੰ ਕਿਨੇ ਬੋਲਣ ਦੇਣਾ ਫਰਿਸ਼ੀ ਭਾਜੀ ਕਿਸੇ ਦਾ ਕਿਸੇ ਬੋਲਣ ਦੇਣਾ ਮੈਨੂੰ ਲੱਗਦਾ 에ਰਪੋਰਟ ਤੋਂ ਚੱਕਣਗੇ 에ਰਪੋਰਟ ਤੋਂ ਚੱਕਣਗੇ ਆਉਂਦੇ ਸਾਰੀ ਇੱਧਰ ਬਈ ਸੈਟਲੀ ਲਾਈਨ ਚ ਆਜੋ ਤੁਸੀਂ ਸੈਟਲੀ ਲੈਣ ਚ ਆਜੋ ਨਹੀਂ ਨਹੀਂ ਆਪੋ ਜਗ ਜਗਾੜ ਬੜਾ ਫਰਿਸ਼ੀ ਭਾਜੀ ਇਹ ਮੈਂ ਜਾਣਾ ਮੇਰਾ ਇੰਡੀਆ ਹਾਂ 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 ਤੇ ਚੱਲ ਜੇ ਬੰਦਾ ਜ਼ਰੂਰੀ ਭਾਏ ਦਿੱਲੀ 에ਰਪੋਰਟ ਤੇ ਉਤਰਨਾ ਓਏ ਭਾਈ ਉਹ ਜਗਾੜ ਨਾਲ ਜਾਣਾ ਬਥੇਰੀ ਜਗ੍ਹਾ ਨੇ ਹੋਰ ਵੀ ਉਹ ਦਾ ਸ਼ਬਦ ਇਹਦੇ ਮੇਕ ਦਾ ਮੇਕ ਦਾ ਦੀ ਮਠਰੂਆਂ ਨੂੰ ਬੋਡੀਗਾਰਡ ਹਲਾ ਲਾਂਗੇ ਨਾਲ ਚਾਰ ਆਓ ਇਹ ਤਾਂ ਵੀ ਆਤਰੀ ਸੇ ਇਧਰ ਵੀ ਆਤਰਾ ਕਿਸੀ ਨੇ ਮੈਨੂੰ ਡਰ ਲੱਗਦਾ ਕਹਿੰਦਾ ਮੇਰੀ ਪਾਗ ਨਾ ਖੋਲ ਜੇ ਕਹਿੰਦਾ ਕੋਈ ਹੁਣ ਨਹੀਂ ਕੋਈ ਤੇਰੀ ਪਾਗ ਖੋਲਦਾ ਜਾਂਦੇ ਜਾਂਦੇ ਹੁਣ ਵੀ ਇਕੱਲਾ ਤੁਰੇ ਫਿਰਦਾ ਓਏ ਸਾਰੇ ਡੇ ਡਰਾਮੇ ਕਰਦੇ ਆ ਨਾ ਅੱਛਾ ਫਰੈਸ਼ੀ ਪਾਜੀ ਹਾਂਜੀ ਹਾਂਜੀ ਜੋਧਵੀਰ ਮਾਨ ਉਹ ਜੋਧਵੀਰ ਮਾਨ ਕਹਿੰਦੇ ਹਸਨ ਮਾਨਕ ਕਦੇ ਤੇ ਹਿੰਦੀ ਬਲਿੰਗ ਦੀ ਕੀ ਗੱਲ ਹੋਈ ਹੈ ਉਹਦੇ ਬਾਰੇ ਤੁਸੀਂ ਚੱਲਣਾ ਪਾਓ ਮੈਂ ਨਹੀਂ ਪਾਣਾ ਉਹਦੇ ਉਹ ਖਬਰ ਤੂੰ ਸੁਣੀ ਹੋਣੀ ਹੈ ਹਾਂ ਮੈਂ ਸੁਣੀ ਹਾਂ ਉਹਦੇ ਬਾਰੇ ਤੂੰ ਹਾਂ ਹਾਂ ਚੱਲਣਾ ਪਾਓ ਤੇ ਉਹ ਜੋਧਵੀਰ ਮਾਨਕ ਤੁਹਾਨੂੰ ਪਤਾ ਹੀ ਉਹ ਕੁਲਦੀਪ ਮਾਨਕ ਦਾ ਮਾਮੇ ਦਾ ਮੁੰਡਾ ਸ਼ਾਇਦ ਹਨਾ ਕੁਲਦੀਪ ਮਾਨਕ ਦਾ ਮੇਰੇ ਰਿਸ਼ਤਾ ਨਹੀਂ ਪਤਾ ਹਨਾ ਕੀ ਆ ਮਾਮੇ ਦਾ ਮੁੰਡਾ ਨਾ ਨਾ ਲੱਗਦਾ ਹਾਂ ਹਾਂ ਕੁਲਦੀਪ ਮਾਨਕ ਨਾ ਨਾ ਲੱਗਦਾ ਹਾਂ ਨਾ ਨਾ ਲੱਗਦਾ ਤੇ ਉਹਦੀ ਆਵਾਜ਼ ਵੀ ਕੁਲਦੀਪ ਮਾਨਕ ਵਰਗੀ ਹੈ ਤੇ ਉਹ ਸੀਗਾ ਗਾਣੇ-ਗੁਣੇ ਨੇ ਗਾਏ ਹੁਣ ਪਿੱਛੇ ਜੇ ਹੁਣ ਚਲੋ ਹੁਣ ਤਾਂ ਬਹੁ ਆਪਣੇ ਰਿਸ਼ਤੇਦਾਰੀ ਚ ਉਹਨੇ ਕੰਟ੍ਰੈਕਟ ਕਰ ਲਾ ਹਿੰਦੀ ਜਿਹੜਾ ਹਿੰਦੀ ਆਪਣੇ ਵਾਲਾ ਹਿੰਦੀ ਨਹੀਂ ਹਿੰਦੀ ਸਵਾਲ ਨਹੀਂ ਹਿੰਦੀ ਬਲਿੰਗਨਾ ਦਾ ਬੰਦਾ ਠੀਕ ਹੈ ਉਹਨੇ ਕੰਟ੍ਰੈਕਟ ਭਾਈ ਉਹਨੇ ਇਦਾਂ ਦਾ ਕੀਤਾ ਕਿ ਕਹਿੰਦਾ ਕਿ ਮੈਂ ਘਰੋਂ ਬਾਹਰ ਜੇ ਜਾਣਾ ਵੀ ਹੁੰਦਾ ਨਾ ਕਦੇ ਤੇ ਉਹ ਵੀ ਇਹਨਾਂ ਨੂੰ ਦੱਸ ਕੇ ਜਾਣਾ ਕਿ ਮੈਂ ਘਰੋਂ ਬਾਹਰ ਚੱਲਿਆ 5 ਰੁਪਏ ਵੀ ਖਰਚਣੇ ਕਹਿੰਦਾ ਉਹ ਵੀ ਇਹਨਾਂ ਨੂੰ ਦੱਸ ਕੇ ਖਰਚਣੇ ਮੈਂ ਖਰਚੇ ਤੇ ਕਹਿੰਦਾ ਮੈਨੂੰ ਪੈਸਾ ਵੀ ਕਹਿੰਦਾ ਜਿਹੜੇ ਸਾਡਾ ਕੰਟ੍ਰੈਕਟ ਆ ਕਹਿੰਦਾ ਮੈਂ ਕੋਈ ਕੋਈ ਨਹੀਂ ਕਮਾਇਆ ਤੇ ਕਹਿੰਦਾ ਉਸ ਤੋਂ ਬਾਅਦ ਜਾ ਕੇ ਮੈਨੂੰ ਕੋਰਟ ਚ ਖੇਡਾ ਹੁਣ ਮੈਂ ਪਤਾ ਨਹੀਂ ਸ਼ਾਇਦ ਉਹਨੇ ਕੰਟਰੈਕਟ ਛੱਡਿਆ ਸੀ ਜਾਂ ਉਹ ਕਰ ਨਹੀਂ ਰਿਹਾ ਸੀਗਾ ਜਾਂ ਉਹ ਕਹਿੰਦਾ ਮੈਂ ਬੈ ਕੰਮਗਾ ਛੱਡਣਾ ਚਾਹੁੰਦਾ ਕਿ ਮੈਂ ਕੋਈ ਹੋਰ ਕੰਮ ਦੇਖ ਲਾਂ ਮੇਰੇ ਕੋਲ ਨਹੀਂ ਹੋਣਾ ਕਿਉਂਕਿ ਮੇਰੇ ਕੋਲ ਕੋਈ ਬਚਦਾ ਹੀ ਨਹੀਂ ਕਹਿੰਦਾ ਤੇ ਕਹਿੰਦਾ ਉਹਦੇ ਚੱਕਰ ਮੈਨੂੰ ਇਸ ਕੋਰਟ ਚ ਬੁਲਾ ਲਿਆ ਕਹਿੰਦਾ ਕੋਰਟ ਚ ਵੀ ਕਹਿੰਦਾ ਕਿ ਇਸ ਇਹਨੇ ਮੇਰੇ ਦੇ ਉੱਤੇ ਕਰਤਾ ਕਿ ਇਹ ਕੰਟਰੈਕਟ ਬ੍ਰੀਚ ਕਰਨ ਰਿਹਾ ਹੈ ਦਾ ਦਾ ਤੇ ਹੁਣ ਉਹ ਵਿਚਾਰਾ ਕੋਰਟ ਚ ਜਾ ਕੇ ਰੌਂਡਿਆ ਕਦੇ ਕਦੇ ਹੁਣ ਜਿਹੜੀ ਉਹ ਇੱਕ ਗਈ ਸੀ ਇੰਟਰਵਿਊ ਲੈਣ ਲਈ ਵੈਸੇ ਉਹ ਕੁੜੀ ਵੀ ਇੰਟਰਵਿਊ ਕਰਦੀ ਐ ਸ ਤੇ ਉਹਨੇ ਇੰਟਰਵਿਊ ਕੀਤੀ ਐ ਤੇ ਉਹ ਵਿਚਾਰ ਆਪਣੇ ਵਕੀਲਾਂ ਨਾਲ ਖੜਾ ਹੈ ਕਹਿੰਦਾ ਕਿ ਮੇਰੇ ਨਾਲ ਧੱਕਾ ਬਹੁਤ ਹੋਇਆ ਤੇ ਜਿਹੜੀ ਗੱਲ ਹੋਈ ਸੁਣੀ ਹੈ ਜਿੱਦਾਂ ਬੋਲਦਾ ਜਿੱਦਾਂ ਉਹ ਵਿਚਾਰ ਵਿਚ ਵਿਚ ਰੋ ਵੀ ਪਿਆ ਕਿ ਮੈਂ ਕਦੇ ਕਦੇ ਚਾਦਰ ਲੈ ਕੇ ਪਿਆ ਹਾਂ ਤੇ ਮੇਰੀ ਮੰਮੀ ਆ ਕੇ ਠੋਂਡਿਆ ਪੈਂਦੀ ਕਰੇ ਕੁਝ ਕਰਤਾ ਨਹੀਂ ਲਿਆ ਕਿਉਂਕਿ ਬਾਈ ਦੁਖੀ ਹੋ ਜਾਂਦਾ ਬੰਦਾ ਤੇ ਕੰਟਰੈਕਟਰ ਕਹਿੰਦਾ ਇਦਾਂ ਦਾ ਕੀਤਾ ਹੋਇਆ ਕਿ ਮੈਂ ਕੁਝ ਕਰ ਹੀ ਨਹੀਂ ਸਕਦਾ ਹੋਰ ਤੇ ਜਾਂ ਤਾਂ ਮੇਰੇ ਕੋਰਟ ਚ ਇਥੇ ਸੁਣਵਾਈ ਹੋ ਜੇ ਤੇ ਮੈਨੂੰ ਕਹਿੰਦਾ ਇਸਾ ਬ੍ਰਦਰ ਕਹਿ ਕਹਿ ਕੇ ਕੀ ਮੈਸਜ ਆ ਭਰਾ ਐ ਕੋਈ ਗੱਲ ਹੀ ਹਨਾ ਆਪਾਂ ਕਰ ਲੈਨੇ ਕਰ ਲੈਨੇ ਕੰਮ ਕਰ ਲੈਨੇ ਕੰਟਰੈਕਟ ਕਰ ਲੈਨੇ ਕਹਿੰਦਾ ਮੈਂ ਉਹਦਾ ਪੜਿਆ ਹੀ ਨਹੀਂ ਕਿ ਕੰਟਰੈਕਟ ਮੈਂ ਕਰ ਲਿਆ ਕਹਿੰਦਾ ਫਿਰ ਮੇਰੀ ਕੁੱਤੇ ਵਾਲੀ ਜ਼ਿੰਦਗੀ ਕੀਤੀ ਪਈ ਕਹਿੰਦੇ ਨੇ ਕਹਿੰਦਾ ਕਿ ਜਿੱਥੇ ਜਾਣਾ ਮੰਨ ਲਓ ਨਾਲ ਸਾਥੀ ਵੀ ਹੈਗੇ ਨੇ ਉਹਨਾਂ ਸਾਹਮਣੇ ਮੇਰੀ ਬੇਇੱਜ਼ਤੀ ਕਰ ਦੇਣੀ ਤੇ ਉਹ ਸੀਨ ਆ ਸਾਰਾ ਕਿ ਮਤਲਬ ਕਿ ਉਹ ਚਾਰਾ ਨਾ ਧੱਕਾ ਹੋਇਆ ਲੱਗਦਾ ਉਹਦੀ ਰੋਂਣ ਤੋਂ ਲੱਗਦਾ ਤਾਂ ਦੂਜਾ ਕਿਉਂ ਮੰਨ ਨਹੀਂ ਡਿਆ ਕਹਿੰਦਾ ਕੀ ਦੀ ਤੇ ਜ਼ਿੰਦਗੀ ਆਪਾਂ ਬਣਾਈ ਕਹਿੰਦਾ ਤਾਂ ਕੁਝ ਹੈ ਹੀ ਨਹੀਂ ਸੀ ਕਹਿੰਦਾ ਇਹਨੂੰ ਬਣਾਉਣ ਵਾਲਾ ਮੈਂ ਤਾਂ ਉਹ ਉਹ ਨਾਲੇ ਉਹ ਨਾਲੇ ਇੰਟਰਵਿਊ 'ਚ ਕਹਿ ਰਿਹਾ ਕਹਿੰ ਤੇ ਬੱਲ ਕਹਿੰਦਾ ਇਹ ਸਾਡੇ ਨਾਲ ਰਹਿੰਦਾ ਨਾ ਇਹਦੇ ਚੀਨੀ ਟੈਲੈਂਟ ਹੈਗਾ ਇਹਨੂੰ ਸਟਾਰ ਬਣਉਣਾ ਸੀ ਤੇ ਕਹਿੰਦੇ ਇੱਕ ਇੰਟਰਵਿਊ ਚ ਕਹਿੰਦਾ ਕਹਿੰਦਾ ਅਸੀਂ ਕਿਹੜਾ ਕੋਈ ਜੱਦੀ ਪੁਸ਼ਤੀ ਮੀਰ ਆ ਹੈ ਆਹੋ ਅਸੀਂ ਵੀ ਤੇ ਕਹਿੰਦਾ ਇੰਨੇ ਖਾੜਾ ਲਾਣਾ ਤੇ ਅਸੀਂ ਪੈਸੇ ਕਮਾਣੇ ਨੇ ਤੇ ਦੂਸਰੀ ਇੰਟਰਵਿਊ ਚ ਕਹਿੰਦਾ ਪਿਆ ਅਸੀਂ ਕਿਹੜਾ ਜੇ ਸਿਰ ਤੋਂ ਪਲਦੇ ਆ ਜੱਦੀ ਸਰਦਾਰ ਆ ਅਸੀਂ ਕਹਿੰਦਾ ਭੈ ਜੇ ਇੱਕ ਸਟੈਂਡ ਤੇ ਰਖ ਲਾ ਅੰਨੀ ਦਿਆ ਆਹੋ ਇੱਕ ਸਟੈਂਡ ਹੀ ਰਖਣ ਦਿਆ ਉਹ ਉਹ ਮਿਲ ਕੀ ਉਹ ਲੱਗਦਾ ਬੰਦਾ ਝੂਠਾ ਲੱਗਦਾ ਇੱਥੇ ਤੇ ਉਹ ਕਹਿੰਦਾ ਮੇਰ ਤਾਂ ਕੇਸ ਹੋਇਆ ਦੋਜੀ ਤਰੀਕ ਸੀ ਉਹਦੀ ਹਰ ਦੋ ਦਿਨ ਪਹਿਲਾਂ ਤੇ ਕਹਿੰਦਾ ਕਿ ਹੁਣ ਮੈਨੂੰ ਤਾਂ ਰੇਰ ਕਿ ਸਾਰੇ ਜਾਣੇ ਮੈਨੂੰ ਇਨਸਾਫ ਦਵਾਣ ਵਕੀਲ ਵੀ ਉਹਨੂੰ ਤਿੰਨ ਚਾਰ ਨਾਲ ਖੜੇ ਸੀ ਉਹਦੇ ਤੇ ਭਾਈ ਉਹ ਹਿੰਦੀ ਬਲਿੰਗ ਹੈ ਨਾ ਜਿਹੜਾ ਹਮਮ ਫ੍ਰੈਂਚ ਜਿਹੜਾ ਹਿੰਦੀ ਬਲਿੰਗ ਨਾ ਉਹ ਵਾਰ-ਵਾਰ ਹਰ ਇੰਟਰਵਿਊ ਚ ਇਹੀ ਕਹਿ ਰਿਹਾ ਵੀ ਕੋਰਟ ਚ ਵੇਖ ਲੈਨੇ ਆ ਤੇ ਯਾਰ ਕੋਰਟ ਚ ਤੇ ਨੋਰਮਲ ਗੱਲੇ ਤੂੰ ਇੰਸਾਈ ਹੁਣਾ ਕਿਉਂਕਿ ਕੌਂਟਰੈਕਟ ਚ ਬਿਲਕੁਲ ਤੂੰ ਇਦਾਂ ਲਿਖਿਆ ਹੋਣਾ ਨਾ ਵੀ 60% ਮੇਰੀ ਕਮਾਈ ਤੇ 40% ਹਸਨਮਾਨਕ ਦੀ ਕਮਾਈ ਬਿਲਕੁਲ ਵੀ ਜੋ ਵੀ ਹੁਕਮ ਤੇ ਕੌਂਟਰੈਕਟ ਬਿਲ ਐਸੀ ਗੱਲ ਤੇ ਰੋਣਾ ਵੀ ਕੌਂਟਰੈਕਟ ਆ ਮਾੜੇ ਨੇ ਕੌਂਟਰੈਕਟ ਤੂੰ ਤੇਰਾ ਸਹੀ ਬਿਲਕੁਲ ਇਦਾਂ ਹੀ ਹੋਣਾ ਹੈ ਵੀ ਤੂੰ ਸੱਚਾ ਹੀ ਪੜਨਾ ਜੱਜ ਨੇ ਜੱਜ ਪੁਲਿਸ ਤੇ ਜੱਜੇ ਉਹਨੇ ਤੇ ਸਬੂਤ ਵੇਖਣਦੇ ਨੇ ਸਮਝਿਆ ਗੱਲ ਤੇ ਸਬੂਤ ਤੇ ਤੇਰੇ ਕੋਲ ਹੈ ਵੇ ਕਿ ਤੂੰ ਹਸਨਮਾਨਕ ਨਾਲ ਕੌਂਟਰੈਕਟ ਕੀਤਾ ਹੈ ਹਸਨਮਾਨ ਨੇ ਥਲੇ ਸਾਈਡ ਵੀ ਕੀਤੀ ਨੇ ਓਕੇ ਭਾਜੀ ਉਹਦੋਂ ਬੰਦਾ ਨਵਾਂ ਕਰ ਲੈਂਦਾ ਯਾਰ ਸਾਡੇ ਨਾਲ ਵੀ ਇਹ ਹੁੰਦਾ ਜਦੋਂ ਬੰਦਾ ਹੌਲੀ-ਹੌਲੀ ਪਤਾ ਲੱਗਦਾ ਨਾ ਉਹਨੂੰ ਹੱਕਾਂ ਦਾ ਉਸ ਲੈਂਡ 'ਚ ਪੈ ਗਏ ਨਹੀਂ ਯਾਰ ਇਹ ਵੀ ਮੇਰਾ ਹੱਕ ਬੰਦਾ ਹੈ ਨਹੀਂ ਯਾਰ ਇਹ ਤੇ ਇਹ ਵੀ ਮੇਰਾ ਹੱਕ ਬੰਦਾ ਹੈ ਫਿਰ ਬੰਦਾ ਹੌਲੀ-ਹੌਲੀ ਆਵਾਜ਼ ਚੱਕਦਾ ਭਾਜੀ ਇਹ ਇਹ ਵੀ ਮੇਰਾ ਹੱਕ ਬੰਦਾ ਭਾਜੀ ਇਹ ਵੀ ਮੇਰਾ ਹੱਕ ਬੰਦਾ ਹੈ ਨਵੇਂ ਬੰਦੇ ਨੂੰ ਨਹੀਂ ਪਤਾ ਹੁੰਦਾ ਨਵਾਂ ਬੰਦਾ ਇਹੀ ਚੰਦਾ ਹੈ ਕਿ ਯਾਰ ਮੈਂ ਕਿਸੇ ਨਾਲ ਬੌਂਡ ਹੋ ਜਾ ਕੋਈ ਕੰਪਨੀ ਮੈਨੂੰ ਸੈਂਡ ਕਰ ਲੇ ਤੇ ਨਾਲੇ ਇਹ ਪੰਜਾਬ 'ਚ ਇਹ ਮੈਨੂੰ ਨਹੀਂ ਸਮਝ ਆਦੀ ਵੀ ਇਹ ਸਰਦਾਰਾਂ 'ਚ ਕੋਈ ਦੇ ਕੰਟਰੈਕਟ ਹੋਣ ਲੱਗ ਪਏ ਸਾਡੀ ਤੇ ਜ਼ੁਬਾਨ ਹੀ ਬੜੀ ਹੁੰਦੀ ਸੀ ਹੈ ਇਹਨਾਂ ਦਾ ਮੈਂ ਸੁਣਿਆ ਪਰ ਚਲੋ ਕੋਈ ਨਹੀਂ ਮੈਂ ਤਾਂ ਜਮਾਨੇ ਦਾ ਹੈ ਨਹੀਂ ਕਹਿੰਦੇ ਕਿ ਜਿੱਦਾਂ ਕਿ ਸਿੰਗਰ ਸਿੱਖਦੇ ਹੁੰਦੇ ਸੀ ਉਹ ਪੱਗ ਦੇ ਕੇ ਕਹਿੰਦਾ ਇੱਕ ਪੱਗ ਦੇ ਕੇ ਉਹ ਕਰ ਲੈਂਦੇ ਸੀ ਕਿ ਹਾਂ ਅੱਜ ਤੋਂ ਇਹ ਸਾਡਾ ਸ਼ਾਗਿਰਦ ਹੈ ਕੋਈ ਪੈਸਾ ਨਹੀਂ ਲੈਣਾ ਉਹ ਪੈਸਾ ਵੀ ਲੈਂਦੇ ਸੀ ਉਹ ਚੀਜ਼ ਦਾ ਹਨਾ ਤੇ ਕੰਟਰੈਕਟ ਤੋਂ ਜ਼ਿਆਦਾ ਆ ਜਿੱਦਾਂ ਹਨਾ ਆ ਚਲੋ ਸਿੰਗਰਾਂ ਦੀ ਕੋਈ ਖਾਨਾ ਸਰਮਾਨ ਦੀ ਆਪਾਂ ਗੱਲ ਸਾਈਡ ਤੇ ਰੱਖੀਏ ਥੋੜੀ ਚਲ ਕੰਟਰੈਕਟ ਜਿਹੜੇ ਕਰਦੇ ਨੇ ਸਿੰਗਰਾਂ ਦੇ ਛੋਟੇ ਸਿੰਗਰ ਤੇ ਵਾਧੂ ਕਮਾਈ ਕਰਦੇ ਨੇ ਅੱਜ ਕੱਲ ਤਾਂ ਯੂਟਿਊਬਰ ਵੀ ਕੰਟਰੈਕਟ ਕਰਨ ਲੱਗ ਪਏ ਨੇ ਭਾਈ ਯੂਟਿਊਬਰ ਵੀ ਸੈਨ ਹੋ ਰਹੇ ਨੇ ਜਿੱਦਾਂ ਮੰਨ ਲਓ ਹੁਣ ਮੇਰਾ YouTube ਚੈਨਲ ਆ ਮੈਨੂੰ ਵੀ ਬੜੇ ਈਮੇਲ ਆਉਂਦੀ ਐ ਇਦਾਂ ਪੰਜਾਬ ਚੋਂ ਤਿੰਨ ਚਾਰ ਬੰਦਿਆਂ ਦੀਆਂ ਤੁਹਾਨੂੰ ਵੀ ਸ਼ਾਇਦ ਆਉਂਦੀਆਂ ਹੋਣ ਤੁਸੀਂ ਤਾਂ ਸਪੈਮ ਚ ਪਾਈ ਹੋਣੀਆਂ ਸਾਰੀਆਂ ਚੱਕ ਚੱਕ ਠੀਕ ਆ ਫੈਨ ਕੇ ਜਵਾ ਮੈਂ ਪੜਦ ਰਹਿਣਾ ਪ੍ਰੋਮੋਸ਼ਨ ਦੀ ਇਦਾਂ ਦਾ ਉਹ ਇਦਾਂ ਕਰਦੇ ਕਿ ਤੁਹਾਡਾ ਚੈਨਲ ਆਪਾਂ ਮੈਨੇਜ ਕਰਾਂਗੇ ਠੀਕ ਆ ਥੰਬਨੇਲ ਆਪਾਂ ਲਾਵਾਂਗੇ ਸੀਈਓ ਜਿਹੜੇ ਹੁੰਦੇ ਟੈਗ ਜੇ ਉਹ ਆਪਾਂ ਤੁਹਾਨੂੰ ਦੱਸਾਂਗੇ ਤੁਹਾਨੂੰ ਆਪਾਂ ਸਟਾਰ ਬਣਾ ਦਾਂਗੇ ਮੈਨੂੰ ਪਿੱਛੇ ਜੇ ਨਾ ਹਨਾ ਬੰਦਾ ਹੈਗਾ ਸੀ ਉਹ ਕਹਿੰਦਾ ਭਾਜੀ ਤੁਹਾਨੂੰ ਬਿਗ ਬੋਸ ਚ ਵੜ ਦੇਣਾ ਅਗਲੇ ਸਾਲ ਤੱਕ ਉਹ ਭੈ ਮੈਂ ਕਿਹਾ ਠੀਕ ਹੈ ਮੈਂ ਕਿਹਾ ਠੀਕ ਹੈ ਮੈਂ ਕਿਹਾ ਭਾਈ ਫਿਰ ਕੰਮ ਕਰਕੇ ਦਦਾ ਹਨਾ ਕੀ ਹਿਸਾਬਤਾ ਬਣਾ ਕਹਿੰਦਾ ਭਾਈ ਤੁਸੀਂ ਜਿਹੜੀ ਕਮਾਈ ਕਰਨੀ ਹੈ ਨਾ ਚਾਦੇ ਚੈਨਲ ਦਾ ਬੈਂਕ ਅਕਾਊਂਟ ਸਾਡਾ ਨਾਲ ਲਿੰਕ ਹੋ ਜਾਣਾ ਹੈ ਈਮੇਲ ਸਾਡੀ ਨਾਲ ਲਿੰਕ ਹੋ ਜਾਣੀ ਹੈ ਆਪਾਂ ਮੈਨੇਜਰ ਭਾਜਣਾ ਤੇਰੇ ਚੈਨਲ ਦਾ ਤੇ 40% ਕਮਾਈ ਸਾਡੀ 60% ਕਮਾਈ ਤੁਹਾਡੀ ਤੇ ਮੈਂ ਕਿਹਾ ਕੀ ਕਰੋਗੇ ਹਨਾ ਮੈਂ ਕੀ ਕਰੋਗੇ ਹਨਾ ਹਿਸਾਬ ਦੱਸੋ ਮੈਨੂੰ ਕਹਿੰਦਾ ਭਾਈ ਸਾਰਾ ਤਾਨੂੰ ਕਨਸੈਪਟ ਆਪਾ ਦਿਆ ਕਰਨਾ ਐਡੀਟਿੰਗ ਆਪਾ ਕਰੇਗਾ ਨਹੀਂ ਸਕ੍ਰਿਪਟ ਆਪਾ ਕਰੇਗਾ ਨਹੀਂ ਮੈਂ ਕਿਹਾ ਫਿਰ ਮੈਂ ਕੀ ਮੈਂ ਕੀ ਕਰੂੰਗਾ ਇਹਦਾ ਕੁਝ ਨਹੀਂ ਬਈ ਦੀਓ ਮੇਰੇ ਹਰੇ ਘੜਾ ਜੇ ਵੀਂਢੀ ਪਿਆ ਕਹਿੰਦਾ ਬਸ ਤੀ ਬਈ ਵੀਡੀਓ ਬਣਾਉਣੀ ਹੈ ਲੰਗਾ ਠੀਕ ਆ ਮੈਂ ਕਿਹਾ ਤੂੰ ਉਦਾਂ ਮੇਰਾ ਨਾ 10 ਦਿਨ ਕਾਰੀਦਾ ਮੈਂ ਮੈਨੂੰ ਮੈਨੇਜਰ ਨਹੀਂ ਲਾਉਣ ਲੱਗਾ ਮੈਂ ਚੈਨਲ ਦਾ ਮੈਨੇਜਰ ਕਿਉਂ ਲਾਵਾਂ ਕਿਸ ਨੂੰ ਮੈਂ ਐਂ ਛੋੜ ਤੂੰ 10 ਦਿਨ ਕਰ ਕੰਮ ਮੈਂ ਮੈਂ ਉਹਨੂੰ ਉਦਾਂ ਹੀ 5 ਰੁਪਏ ਦੇਤਾ ਵੈਸੇ ਉਹਨੇ ਮੈਨੂੰ ਕਿਹਾ ਸੀ ਭਾਈ ਸਾਡੀ ਇੰਨੀ ਫੀਸ ਇੰਨੀ ਫੀਸ ਆ ਭਲੇ ਲੈਣੇ ਆਪਾਂ ਚੈਨਲ ਚੋਂ ਕੱਢਦੇ ਉਹਦੇ ਲੈਣੇ ਮੈਂ 5 ਰੁਪਏ ਤਾਂ ਮੈਂ ਕਰ ਦੂਜੇ ਦਿਨ ਮੈਂ ਫਿਰ ਮੈਸੇਜ ਕਰਾਂ ਮੈਂ ਕਿਹਾ ਹਾਂਜੀ ਭਾਈ ਸਕ੍ਰਿਪਟ ਸਕ੍ਰਿਪਟ ਕਹਿੰਦਾ ਭਾਈ ਬੰਦੇ ਲੱਗੇ ਹੋਏ ਨੇ ਬੰਦੇ ਲੱਗੇ ਹੋਏ ਅੱਛਾ ਬਾਅਦ ਮੈਂ ਵੀਡੀਓ ਅਪਲੋਡ ਕਰਤੀ ਮੈਂ ਕਹਿੰਦਾ ਇਹਨਾਂ ਨੇ ਕੰਪਨੀਆਂ ਖੋਲ ਗਏ ਨਾ ਉਹ ਬੰਦਿਆਂ ਨੂੰ ਸائن ਕੀਤਾ ਦੀਮ ਮਠਾਰੂ ਖੇਦੇ ਨਾਲ ਸائن ਹੈ ਦੀਮ ਮਠਾਰੂ ਦਾ ਕੋਈ ਥੰਬਨੇਲ ਕੋਈ ਨਹੀਂ ਬਣਾਉਂਦਾ ਦੀਮ ਮਠਾਰੂ ਖੁਦ ਨਹੀਂ ਬਣਾਉਂਦਾ ਜਿਹੜੇ ਆਪਸੋ ਦਾ ਫਣੀ ਵਾਲੇ ਉਹ ਮੈਨੂੰ ਪਤਾ ਕਿਹੜੇ ਬੰਦੇ ਬਣਾਉਂਦੇ ਆ ਉਹ ਕੋਈ ਹੋਰ ਬੰਦਾ ਬਣਾਉਂਦਾ ਦੀਮ ਮਠਾਰੂ ਦਾ ਤਿੰਨ ਚਾਰ ਪੰਜਾਬ ਚ ਚੈਨਲ ਨੇ ਜਿਹੜੇ ਆਲਰੇਡੀ ਖੇਨਾ ਲਿੰਕ ਨੇ ਉਹਨਾਂ ਦੀ ਕਮਾਈ ਉਹਨਾਂ ਕੋਲ ਨਹੀਂ ਜਾਂਦੀ ਉਹਨਾਂ ਦੀ ਕਮਾਈ ਪਹਿਲਾਂ ਉਹ ਕੰਪਨੀ ਕੋ ਜਾਂਦੀ ਹੈ ਫਿਰ ਉਹਨਾਂ ਨੂੰ ਕਮਾਈ ਉਹ ਵੰਡਦੇ ਨੇ ਆ ਆ ਕੇ ਤੇ ਕਦੇ ਕਦੇ ਤਾਂ ਕੰਪਨੀ ਵਾਲੇ ਵੀ ਨਾ ਕਹਿੰਦੇ ਨੇ ਕਿ ਤੁਹਾਡੇ ਵਿਊ ਘਟੋ ਰਹੇ ਨੇ ਤੁਸੀਂ ਇਦਾਂ ਦਾ ਵੀਡੀਓ ਪਾ ਦਿਓ ਇਦਾਂ ਇੰਦਰਗੀਰਤ ਵੀ ਛਦਾਈ ਨੇ ਛਦਾਈ ਨੇ ਹਾ ਛਦਾਈ ਨੇ ਲੁੱਟਦੇ ਨੇ ਮੈਨੂੰ ਇੱਕ ਮੁੰਡੇ ਦਾ ਫੋਨ ਆਇਆ ਫ੍ਰੈਸ਼ੀ ਭਾਜੀ ਮੈਨੂੰ ਕਹਿੰਦਾ ਭਾਜੀ ਇੱਕ ਕੰਪਨੀ ਏ ਤੇ ਮੇਰੇ ਨਾ ਮੈਂ ਚੈਨਲ ਆਪਣਾ ਮੋਨਟਾਈਜ਼ ਕਰਾਣਾ ਹੈ ਮਤਲਬ ਕਿ ਪੈਸੇ ਲਵਾਣੇ ਨੇ ਤੇ 50000 ਰੁਪਏ ਮੰਗਦੇ ਪਏ ਨੇ ਤੂੰ ਦਸੀ ਨਾ ਗੱਲ ਮੈਂ ਕਹਾਂ 50000 ਰੁਪਏ ਯਾਰ ਸਿਰਫ ਤੁਸੀਂ ਨਾ ਮਤਲਬ ਇੱਕ ਬਟਨ ਦਬਣਾ ਹੈ ਤੇ ਚੈਨਲ ਮੋਨਟਾਈਜ਼ ਹੋ ਜਾਣਾ ਮੈਂ ਤੇ ਫ੍ਰੈਸ਼ੀ ਨੇ ਦੋ ਚੈਨਲ ਇਕੱਠਿਆਂ ਨੇ ਮੋਨਟਾਈਜ਼ ਕੀਤੇ ਨੇ ਇਦਾਂ ਹੀ ਭਾਈਓ ਕੋਈ ਕਿਸੇ ਕੋ ਨਹੀਂ ਹੈ ਯਾਰ ਆਹੀ ਆਪਕੀ ਤਿੰਨ ਸਾਰੇ ਕੋਈ ਚੱਕਰ ਨਹੀਂ ਇਹ ਤਾਂ ਮੈਂ ਮੋਨਟਾਈਜ਼ ਚੈਨਲ ਦਾ ਜਿਹੜਾ ਹੁੰਦਾ ਵਾ ਇਹ ਤਾਂ ਅਪਲਾਈ ਕਰਨ ਦੀ ਗੱਲ ਵੱਖਰੀ ਮੋਨਟਾਈਜ਼ ਨਕਲੀ ਵਿਊ ਕਰਾ ਕੇ ਨਕਲੀ ਸਬਸਕ੍ਰਾਈਬਰ ਕਰਾ ਕੇ ਯਾਰ ਨਕਲੀ ਵਾਚ ਆਵਰ ਪਵਾ ਕੇ ਮੋਨਟਾਈਜ਼ ਕੀਤੇ ਹੋਏ ਚੈਨਲ 60 60 70 70 80 80 ਹਜ਼ਾਰ ਦੇ ਪੰਜਾਬ ਚ ਵਿੱਚ ਆ ਰਹੇ ਨੇ ਭਾਜੀ ਕੰਪਨੀਆਂ ਵੱਲੋਂ ਤੇ ਉਹ ਜਨਤਾ ਨੂੰ ਲੱਗਦਾ ਹੈ ਕਿ ਹਾਂ ਜਨਤਾ ਨੂੰ ਲੱਗਦਾ ਹੈ ਕਿ ਇਹ ਪੈਸੇ ਕਮਾਉਣ ਵਾਲਾ ਚੈਨਲ ਹੈ ਅਰੇ 1000 ਸਬਸਕ੍ਰਾਈਬਰ ਆਲਰੇਡੀ ਹੈਗੇ ਨੇ ਰੀਅਲ ਸਬਸਕ੍ਰਾਈਬਰ ਨੇ ਉਹਨਾਂ ਨੂੰ ਇਦਾਂ ਲੱਗਦਾ ਕਿ ਜੇ ਆਪਾਂ ਇੱਥੇ ਵੀਡੀਓ ਪਾਵਾਂਗੇ ਤਾਂ ਸਾਡੇ ਸਿੱਧੇ ਭੰਜਣੇ ਆ ਇਦਾਂ ਨਹੀਂ ਹੁੰਦਾ ਭਾਜੀ ਸਬਸਕ੍ਰਾਈਬਰ ਜਿਹੜੇ ਤੁਹਾਡੇ ਹੁਣ ਮੇਰੇ ਜਿਹੜੇ ਰੋਸਟਿੰਗ ਵਾਲੇ ਸਬਸਕ੍ਰਾਈਬਰ ਹਨਾ ਜੇ ਮੈਂ ਕੱਲ ਉਹ ਤੇ ਗੱਡੀਆਂ ਦੇ ਰਿਵਿਊ ਦੇਣ ਡੱਪੂਗਾ ਨਾ ਕਿਸੇ ਨੇ ਉਹ ਵੀਡੀਓ ਨੂੰ ਦੇਖਣੀ ਨਹੀਂ ਦੇਖਣੀ ਨਾ ਤੁਹਾਨੂੰ ਪਤਾ ਨਾ ਕੀ ਹਿਸਾਬ ਤਾਂ ਬੰਦਾ ਇਦਾਂ ਦੀ ਲੁੱਟ ਚ ਨਾ ਆਓ ਤੇ ਜਿਹੜੇ ਵੀ ਬੰਦੇ ਆ ਸੋਚਦੇ ਨੇ ਕਿ ਆਪਾਂ ਕੰਟਰੈਕਟ ਕਰ ਲਿਆ ਕੰਪਨੀ ਸਾਨੂੰ ਇੱਥੇ ਤੇ ਲੈ ਕੇ ਜਾਊਗੀ ਜੇ ਤੁਸੀਂ ਤੁਹਾਡੇ ਚ ਖੁਦ ਟੈਲੈਂਟ ਆ ਤੁਸੀਂ ਖੁਦ ਚੱਲੋਗੇ ਕਿਸੇ ਨੇ ਤੁਹਾਡਾ ਸਾਈਨ ਹੋ ਕੇ ਤੁਹਾਨੂੰ ਨਹੀਂ ਚਲਾਉਣਾ ਉਹਨੇ ਆਪਣਾ ਫਾਇ ਉਹਨਾਂ ਨੂੰ ਪਤਾ ਹੈ ਕਿ ਆਪਾਂ ਇਹਨਾਂ ਬਣਾ ਕੁਛ ਨਹੀਂ ਆ ਜੇ ਤੁਸੀਂ ਕੁਛ ਹੈਗੇ ਤੁਸੀਂ ਕੱਲੇ ਵੀ ਬਣਾ ਦਦੇ ਹੁਣ ਆਪਾਂ ਭਾਈ ਖੁਦ ਚਲਾਉਨੇ ਆ ਆਪਣਾ ਚੈਨਲ ਤੁਸੀਂ ਵੀ ਆਪਣਾ ਚਲਾਉਨੇ ਖੁਦ ਆਪਾਂ ਤਾਂ ਕਿਸੇ ਨੂੰ ਕਿਹਾ ਨਹੀਂ ਕਦੇ ਮੈਂ ਥੰਬਨੇਲ ਆਪਾਂ ਤੋਂ ਆਪਨੇ ਹੈਲਪੇ ਕਰ ਦਿੱਤੀ ਕਰ ਦਿੱਤੀ ਥੰਬਨੇਲ ਤੁਸੀਂ ਮੈਨੂੰ ਬਣਾ ਦੇ ਦੋ ਤਿੰਨ ਵਾਰੀ ਪਰ ਉਦਾਂ ਕਿਸੇ ਨੂੰ ਕਿਉਂ ਕਰਨਾ ਯਾਰ ਹਨਾ ਇਹ ਤਾਂ ਕੰਟਰੈਕਟਰ ਵਾਲਾ ਕੰਮ ਨਾ ਕਰੋ ਇਹ ਕਰਦੇ ਕੰਟਰੈਕਟਰ ਹੀ ਨੇ ਭਾਜੀ ਮਹੀਨੇ ਬਿੰਦੇ ਪੈਸੇ ਵਿਚਾਰੇ ਉੱਠ ਕੇ ਜਾਂਦੇ ਨੇ ਉਹ ਵਿਚਾਰੇ ਕਰਦੀਆਂ ਦਿਖਾਦੇ ਆਏ ਦੋ ਦੋ ਲੱਖ ਕਮਾਉਂਦੇ ਨੇ ਇਹ ਬੈਠੇ ਨਾਲ 40% ਫਿਰ ਲੇ ਕੱਟ ਲੈਂਦੇ ਇਹ ਪੈ ਫਰੀ ਦੀ ਫਰੀ ਦੀ ਕਮਾਈ ਖਾਂਦੇ ਫਿਰ ਆਹੋ ਉਹ ਬਈ ਫਰੀਦੀ ਤੇ ਉਹ ਜਿਹੜਾ ਹਿੰਦੀ ਬਲਿੰਗਣੀ ਆ ਪ੍ਰੋਡਿਊਸਰ ਉਹਨੇ ਆਪ ਆਪ ਕੇ ਆ ਕਹਿੰਦਾ ਸੀ ਨਾ ਫੇਕ ਵਿਊ ਬੜੇ ਕਰਾਏ ਨੇ ਅੱਛਾ ਹਾਂ ਕਹਿੰਦਾ ਹਸਨ ਮਾਨਕ ਦੇ ਨਾ ਅਸੀਂ ਫੇਕ ਵਿਊ ਬਹੁਤ ਕਰਾਏ ਕਹਿੰਦਾ ਮੈਂ ਆਪਣੀ ਜੇਬੋਂ ਪੈਸਾ ਖਰਚਿਆ ਫੇਕ ਵਿਊਆਂ ਦਾ ਇਹ ਇਹ ਸਾਲਾ ਯਾਰ ਆ ਮੱਖੀ ਕਿੱਥੋਂ ਆ ਜਾਂਦੀ ਜਾਣੀ ਜਦੋਂ ਮੈਂ ਪੋਡਕਾਸਟ ਕਰਾਂ ਮੱਖੀ ਪਤਾ ਨਹੀਂ ਕਿੱਥੋਂ ਆ ਜਾਂਦੀ ਯਾਰ ਕੀ ਬਾਰੇ ਕੀ ਪਤਾ ਵੀ ਸਕੀਨ ਹੋਵੇ ਸੁਣਨ ਦੀ ਪੋਡਕਾਸਟ ਕਹਿੰਦੇ ਨਹੀਂ ਇਹ ਟੈਨ ਲੱਗਦੇ ਇਹ ਕੋਈ ਸਬਸਕ੍ਰਾਈਬਰ ਲੱਗਦੀ ਸਾਡੀ ਨਹੀਂ ਨਹੀਂ ਇਹ ਹਿਸਾਬ ਨਹੀਂ ਮੇ ਫੇਕ ਵੀਵਰ ਹਿਸਾਬ ਰ ਕੀ ਹੁੰਦਾ ਵਾ ਉਹ ਤੋਂ ਇਹ ਸ਼ੋਅ ਕਰਦੇ ਨੇ ਅੱਗੇ ਤੇ ਜਾਂ ਹੁਣ ਮੰਨ ਲਓ ਮੇਰਾ ਇੱਕ ਚੈਨਲ ਆ ਮੈਂ ਖਦਾ ਸਿੰਗਰ ਦਾ ਗਾਣਾ ਪਾਦਾ ਮਰਨਾਂ ਕੋਈ ਸਿੰਗਰ ਸਾਈਨਾ ਹਸਨ ਮਾਨ ਕੀ ਮਾਲ ਮਰਨਾਂ ਸੈਨਾ ਮੈਂ ਉਹਤੇ 2 ਮਿਲੀਅਨ ਕਰਾਤੇ ਕੱਲ ਨੂੰ ਕੋਈ ਨਵਾਂ ਸਿੰਗਰ ਮੇਰੇ ਕੋਲ ਆਊਗਾ ਨਾ ਮੈਂ ਉਹਨੂੰ ਕਹਾਂਗਾ ਦੇਖਿਆ ਚੈਨਲ ਦੀ ਰੀਚ ਇੰਨੀ ਆ 2 ਮਿਲੀਅਨ ਵੀ ਹੁੰਦੇ ਆ ਤੂੰ ਮੈਨੂੰ ਇੰਨੇ ਪੈਸੇ ਦੇ ਫਿਰ ਮੈਂ ਆਪਣੇ ਚੈਨਲ ਤੇ ਪਾਉਂਗਾ ਲੱਗੀ ਸਮਝ ਉਹ ਵਿਊ ਦਿਖਾ ਕੇ ਤੇ ਦੂਜਾ ਕਿਹਨੂੰ ਦੂਜਾ ਕਿਹਦੀ ਉਹ ਬਣਾ ਲੈਂਦੇ ਨੇ ਦੂਜਾ ਕਿਹਨੂੰ ਵਰਗਾ ਬਣਾ ਲੈਂਦੇ ਤੇ ਹ ਹਸਨ ਮਾਨ ਦੇ ਇੱਕ ਮਿੰਟ ਇੱਕ ਇੱਕ ਗੱਲ ਹੋਰ ਸੁਣੋ ਤੇ ਜਿਹੜਾ ਬੰਦਾ ਕੋਈ ਵਿਚਾਰਾ ਗਰੀਬ ਗਾਣਾ ਦਿੰਦਾ ਕਿ ਪੈਸੇ ਲੈ ਕੇ ਕਿ ਨਵੇਂ ਚੈਨਲ ਤੇ ਗਾਣਾ ਦਿੰਨੇ ਆ ਉਹ ਬਾਅਦ ਜਦੋਂ ਵਿਊ ਦੇਖਦਾ ਕਿ ਮੇਰੇ 10000 ਵਿਊ ਰਹਿ ਗਏ ਆ ਉਹ ਵਿਚਾਰਾ ਸ਼ਰਮੋ ਸ਼ਰਮੀ ਕਹਿੰਦਾ ਕਿ ਯਾਰ ਉਹ ਗਾਣਾ ਵੀ ਕੀਤਾ ਲੋਕਾਂ ਨੇ ਗਾਣਾ 10000 ਰੁਪਏ ਨੇ ਸੁਣਿਆ ਉਹ ਫੇਰ ਆਪਣਾ ਨਕਲੀ ਪਾ ਲੈਂਦਾ ਕਹਿ ਕੇ ਇਹ ਸੀਨ ਹੁੰਦਾ ਸਾਰਾ ਹਾਂਜੀ ਇਹ ਸਨਮਨ ਦੇ ਟੋਪੀ ਤਾਂ ਵਾਪਸ ਬਿਲਕੁਲ ਬਿਲਕੁਲ ਮੈਂ ਕਹਿੰਦਾ ਹਸਨ ਮਾਨਕ ਦੇ ਟੋਪਕ ਤੇ ਇਹ ਟੋਪਕ ਅਜੇ ਫ੍ਰੈਸ਼ ਹੀ ਭਾਈ ਬਹੁਤ ਜ਼ਿਆਦਾ ਨੇ ਟੋਪਕ ਜਲਦੀ ਜਲਦੀ ਖਤਮ ਕਰੀਏ ਆਪਾਂ ਕਿ ਪ੍ਰੋਗਰਾਮ ਹੀ ਸਾਡਾ हां हो गया पेंटिमरदा हो गया इने मिनट तो हो गया है ना अच्छा ਤੇ ਵੇਖ ਲੈ ਜਨ ਉਹ ੱੱਕਾ ਹੀ ਏ ਵਿਚਾਰੇ ਨਾਲ ਚਲੋ ਕੌਂਟਰੈਕਟ ਬਿਲਕੁਲ ਇਦਾਂ ਹੀ ਕਰਦੇ ਨੇ ਮੈਂ ਵੀ ਇਹੀ ਕਹਿਣ ਡਿਆ ਵੀ ਜੱਜ ਸਾਹਿਬ ਜਿੱਦੂ ਜੱਜ ਨੇ ਕੌਂਟਰੈਕਟ ਵੇਖਣਾ ਉਹਨੇ ਇਹੀ ਕਹਿਣਾ ਵੀ ਹਾਂ ਵੀ ਹਸਨ ਮਾਨਕ ਨੂੰ 40% ਤੁਸੀਂ ਲਿਖਿਆ ਇੱਥੇ ਤੇ 60% ਹਿੰਦੀ ਬਲੇਗ ਨੂੰ ਲਿਖਿਆ ਤੇ ਬਿਲਕੁਲ ਇਦਾਂ ਹੀ ਲਿਖਿਆ ਉਹ ਤੇ ਤੂੰ ਇਨੇ ਤੇ ਸਹੀ ਪਹਿਜਣਾ ਜੱਜ ਸਾਹਮਣੇ ਪਰ ਕਹਿਣ ਦਾ ਮਤਲਬ ਏ ਵੀ ਕਿ ਇਨਸਾਨੀਅਤ ਇਦਾਂ ਨਹੀਂ ਚਲਦੀ ਯਾਰ ਤੁਸੀਂ 40 ਉਹ 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 ਸ਼ੋਗਨਾਂ ਡਿਆ ਹਸਨ ਮਾਨਕ ਵੀ ਮੈਨੂੰ ਕਿੰਨੀ ਵਾਰੀ ਪੇਮੈਂਟ ਹੋਈ ਇੱਕ ਵਾਰੀ ਉਹਨੂੰ 35000 ਰੁਪਇਆ ਇੱਕ ਵਾਰੀ 25000 ਰੁਪਇਆ ਇੱਕ ਵਾਰੀ 15000 ਰੁਪਇਆ ਇੱਕ ਕੀ ਦੇਂ ਡਿਆ ਉਹਨੂੰ ਤੇ ਟੋਟਲ ਮਿਲਾ ਕੇ 2.5 ਲੱਖ ਬਣਿਆ ਜਿਹਦਾ ਉਹਦੇ ਕੋਲ ਗਿਆ ਵੇ ਮੈਂ ਕਿ ਦੋ ਸਾਲ ਹੋ ਗਏ ਨੇ ਗੇਚ ਦੋ ਸਾਲਾਂ ਚ 2.5 ਲੱਖ ਕਮਾਇਆ ਮੁੰਡੇ ਨੇ ਸਿਰਫ ਤੇ ਸਾਰੀ ਕਮਾਈ ਤੇ ਇਹ ਲੈ ਜਾਂਦਾ ਸੀ ਚਲੋ ਜੇ ਪ੍ਰੋਡਿਊਸਰ ਨੇ ਪੈਸਾ ਲਾਇਆ ਯਾਰ ਉਹਨੇ ਵੀ ਕਵਰ ਕਰਨਾ ਵੇ ਬਿਲਕੁਲ ਸਹੀ ਏ ਐਤਾਂ ਦੀ ਗੱਲ ਨਹੀਂ ਪਰੇ ਇਨਸਾਨ ਨੂੰ ਇਨਸਾਨ ਸਮਝੋ ਜੇ ਤੁਸੀਂ ਮਾਲਕੀ ਉਹੀ ਤੁਹਾਡਾ ਇਨਕਮ ਸੋਰਸ ਹੈ ਨਾ ਉਹੀ ਤੁਹਾਨੂੰ ਹਸਨਮਾਨ ਕੀ ਕਮਾ ਕੇ ਲਿਆ ਰਿਹਾ ਨਾ ਪੈਸੇ ਤੇ ਉਹਦੇ ਨਾਲ ਯਾਰ ਤੁਸੀਂ ਬੰਦਿਆਂ ਨੂੰ ਚੱਲੋ ਉਹਨੂੰ ਸਾਰਾ ਦੱਸ ਦੋ ਵੀ ਭਾ ਆ ਪੇਮੈਂਟ ਦੇ ਰਿਹਾ ਬੰਦਾ ਲੱਖ ਰੁਪਏ ਦੇ ਰਿਹਾ ਸਹੀ ਹੈ ਇਹਦੇ ਚ ਆਪਾਂ ਮਜੀਸ਼ਨ ਵੀ ਕੱਢਨੇ ਆ ਆ ਵੀ ਕੱਢਨੇ ਆ ਇਹ ਵੀ ਕੱਢਨੇ ਆ ਆਵੇ ਬੱਚੇ ਤਾਂ ਕਰ ਲਾ ਹੁਣ ਤੂੰ ਹਸਾਬ ਤਾਂ ਬਸ ਬਸ ਬਈ ਇਦਾਂ ਇੱਧਰ ਸਾਹਮਣੇ ਜਰ ਤੁਸੀਂ ਟਰਾਂਸਪੇਰੈਂਟ ਰੱਖੋ ਗਾਇਕ ਨੂੰ ਸਿੰਗਰ ਨੂੰ ਪਿਆਵੇਂ ਹੋਈ ਉਹ ਤੋਂ ਸਾਹਮਣੇ ਰੱਖੋ ਅਗਲਾ ਮਜਬੂਰੀ ਵੀ ਤੁਹਾਡੀ ਸਮਝਦੇ ਕਿ ਵਾਕੇ ਯਾਰ ਹਨਾ ਤੇ ਸੇਗਰ ਦੀ ਵੀ ਤੇਲ ਦਾ ਖਰਚਾ ਤੇ ਸਿੰਗਰ ਦੀ ਵੀ ਗਲਤੀ ਬਾਜੀ ਇੱਥੇ ਆ ਕਿ ਜਦੋਂ ਘੁੱਗੀ ਮਾਰਨ ਲੱਗਦਾ ਨਾ ਬੰਦਾ ਭਾਵੇਂ ਕੋਈ ਕਦਾ ਪੜੇ ਲਿਖਿਆ ਨਾਲ ਲੈ ਜੇ ਚੰਗੀ ਤਰ੍ਹਾਂ ਡਾਇਰੈਕਟ ਨੂੰ ਪੂਰਾ ਪੜੇ ਕਿ ਕੀ ਆ ਕਿਉਂਕਿ ਇੱਕ ਵਾਰੀ ਘੁੱਗੀ ਵੱਜ ਗਈ ਕੋਰਟ ਨੇ ਉਹੀ ਮੰਨਣਾ ਕਿ ਤੁਸੀਂ ਮੰਨਿਆ ਤੁਸੀਂ ਇਹ ਸਾਈਨ ਕੀਤੇ ਕੋਰਟ ਨੇ ਥੋੜੀ ਇਨਸਾਫ ਦੇਣਾ ਭਾਵੇਂ ਜਨਾ ਮਾਰੀ ਰੋਈ ਜਾਵੇ ਕਿ ਆ ਗੱਲ ਇਦਾਂ ਇਹ ਗੱਲਾਂ ਨੇ ਤੇ ਬਾਜੀ ਹੋਰ ਟੌਪਿਕ ਕਰੀਏ ਇਸ ਮਾਨਿਕ ਦਾ ਛੱਡੀਏ ਟੌਪਿਕ ਤੁਹਾਡੇ ਕੋਲ ਇੱਕ ਆਪਣੀ ਪਹੁੰਚੀ ਪਈ ਹੈ ਕਹਿੰਦੇ ਆਪਣੇ ਪੰਜਾਬੀਆਂ ਨੇ ਥਾ ਥਾ ਮੱਲਾ ਮਾਰੀਆਂ ਨੇ ਤੇ ਇੱਕ ਆਪਣੀ ਪੰਜਾਬਣ ਚੱਲੀ ਹੈ ਹੋਰ ਮੱਲ ਮਾਰਨ ਹਾਏ ਮੀਤੀ ਕਲੇਰ ਹੈ ਮੀਤੀ ਕਲੇਰ ਚ ਲੇਈ ਪਈ ਚੱਲੀ ਬਹਿ ਗਈ ਜਾਚ ਹੈ ਨਾ ਹਾਂ ਮੈਨੂੰ ਲੱਗਦਾ ਕਿਤੇ ਕਰਨਾ ਐਡੀਟਿੰਗ ਜਨਾ ਫਚਾਨ ਬਕੇ ਫੇਕ ਕੀਤਾ ਭਾਜੀ ਮੈਨੂੰ ਲੱਗਦਾ ਕਿਤੇ ਕਰੇ ਜੌਨੀ ਸੈਂਸਰੇ ਨੇ ਮੇਲ ਭੇਜੀ ਕੋ ਕਿਉਂ ਇੱਕ ਦਿਨ ਪਹਿਲਾਂ ਨਾ ਪੋਸਟ ਪਈ ਸੀ ਇੱਕ ਇੱਕ ਦਿਨ ਪਹਿਲਾਂ ਜਦੋਂ ਉਹ ਇੰਸਟਾਗ੍ਰਾਮ ਤੇ ਜਦੋਂ ਉਹਨੇ ਆ ਟਿਕਟੋਕ ਤੇ ਨਹੀਂ ਪਾਈ ਕਿ ਜੌਨੀ ਸੈਂਸਰੇ ਮੈਨੂੰ ਈਮੇਲ ਕੀਤੀ ਹੈ ਉੱਤੋਂ ਇੱਕ ਦਿਨ ਪਹਿਲਾਂ ਨਾ ਇੰਸਟਾਗ੍ਰਾਮ ਤੇ ਪੋਸਟ ਪਈ ਸੀ ਉਹ ਚ ਉਹਨੇ ਲਿਖਿਆ ਸੀ ਪੀਪਲਸ ਆਰ ਫਨੀ ਔਨ ਇੰਟਰਨੈਟ ਮਲਕੀ ਉਹਨੂੰ ਲੱਗਾ ਕਿਸੇ ਨੇ ਮੈਨੂੰ ਲੱਗਾ ਪਹਿਲਾਂ ਫੋਟੋ ਕਿਸੇ ਹੋਰ ਨੇ ਬਣਾ ਕੇ ਉਹਨੂੰ ਭੇਜੀ ਸੀ ਜੈ ਵਾਇਰਲ ਕੀਤੀ ਸੀ ਕਿ ਜੌਨੀ ਸੈਂਸ ਨੇ ਮੀਤੀ ਕਲੇ ਨੂੰ ਮੈਸੇਜ ਕੀਤਾ ਈਮੇਲ ਕੀਤੀ ਹੈ ਤੇ ਬਾਅਦ ਵਿੱਚ ਉਹਨੇ ਟਿਕਟੋਕ ਪਾ ਦਿੱਤੀ ਕਿ ਮੈਂ ਜਾਂਚ ਚੱਲੀ ਆ ਤੇ ਉਸੇ ਜੌਨੀ ਸੈਂਸ ਕੋ ਚੱਲੀ ਆ ਹੋ ਸਕਦਾ ਹੈ ਗਈ ਵੀ ਹੋਵੇ ਬਟ ਮੈਨੂੰ ਲੱਗਦਾ 50% ਚਾਂਸ ਹੈ ਕਿ ਉਹ ਉਹਨੇ ਐਡਿਟ ਕੀਤਾ ਐਵੇਂ ਉਹਨਾਂ ਸੁਰਖੀਆਂ ਚ ਰੈਂਜਿਆਤਾਂ ਦੀ ਗੰਦੇ ਮੰਦੀ ਚੀਜ਼ ਕਰਕੇ ਖੁਸ਼ੀ ਵੇਖੋ ਉਹਨੂੰ ਕਿੰਨੀ ਸੀ ਹੈ ਇਹ ਮੈਚ ਚੱਲੇ ਆ ਜੌਨੀ ਸੈਂਸ ਕੋ ਚੱਲੇ ਪਹਿਲੀ ਪੰਜਾਬਣ ਵੇ ਅਹ ਯਾਰ ਮੈਂ ਮਤਲਬ ਕਿ ਮਤਲਬ ਕਿ ਬੰਦਾ ਭੱਜਦਾ ਹੈ ਯਾਰ ਮੇਰੀ ਨਾ ਮੈਨੂੰ ਦੁੱਖ ਲੱਗਣੇ ਰਾਤ ਨੂੰ ਉਹ ਖੁਸ਼ ਹੋ ਰਹੀ ਹੈ ਇਹ ਯਾਰ ਯਾਰ ਇੱਕ ਨੇ ਥੱਲੇ ਕਮੈਂਟ ਵੀ ਕੀਤਾ ਸੀ ਕਹਿੰਦਾ ਰਿਟਰਨ ਟਿਕਟ ਦੇ ਨਾਲ ਨਾ ਰਿਟਰਨ ਟਿਕਟ ਦੇ ਨਾਲ ਨਾਲ व्हीलचेयर ਦੀ অপਸ਼ਨ ਵੀ ਲਾ ਲਈ ਆਹ ਉਹ ਲੈ ਘਰ ਕੰਦਾ ਬਹੁਤ ਹੈ ਨਹੀਂ ਉਹ ਮੈਨੂੰ ਲੱਗਦਾ ਨਹੀਂ ਬਈ ਉਹ ਉਹਨੇ ਗੱਪ ਮਾਰੀ ਮੈਨੂੰ ਲੱਗਦਾ ਬਟ ਗੱਲ ਇਹ ਹੈ ਕਿ ਦੇਖੋ ਤੁਸੀਂ ਗਾਣੇ ਇਹਦੇ ਪੰਜਾਬੀ ਤੇ ਲਗ ਰੀਲਾ ਪਉਂਦੀ ਆ ਸਾਰੇ ਟਿਕਟੋਕਾਂ ਹਣਾ ਤੇ ਬਾਅਦ ਕੋਈ ਕਵੇ ਕਿ ਤੂੰ ਪੰਜਾਬਣ ਹੋ ਕੇ ਕੀ ਕਰ ਰਹੀ ਆ ਫਿਰ ਇਹਨੇ ਕਹਿੰਦਾ ਮੈਂ ਤਾਂ ਦਿੱਲੀ ਬੋਰਨ ਆ ਮੈਂ ਤਾਂ ਪੰਜਾਬ ਦੀ ਹੈ ਨਹੀਂ ਤੇ ਫਿਰ ਪੰਜਾਬੀ ਉਹ ਨਹੀਂ ਨਹੀਂ ਇਹ ਬੜੇ ਡਰਾ ਹਾਂ ਤੇ ਫੈਨ ਪੇਜ ਤੇ ਵੀ ਨਹੀਂ ਲਿਖਿਆ ਪੰਜਾਬ ਇੰਡੀਆ ਕੁਛ ਦੱਗਰ ਕੇ ਲਿਖਿਆ ਨਾ ਅੱਛਾ ਹਾਂ ਹਾਂ ਆਪਣੇ ਬਾਇਓ ਚ ਲਿਖਿਆ ਲਿਖਿਆ ਲਿਆ ਤੇ ਉਹੀ ਗੱਲਾਂ ਫਿਰ ਤੁਸੀਂ ਬੰਦੇ ਵੀ ਪੰਜਾਬੀ ਹੋ ਤੁਹਾਨੂੰ ਵੀਊ ਵੀ ਪੰਜਾਬੀ ਦੇਣ ਤੁਹਾਨੂੰ ਲੋਕ ਦੇਖਣੇ ਪੰਜਾਬੀ ਤੇ ਬਾਅਦ ਜਦੋਂ ਆਜਾ ਮਮੜ ਕੇ ਤੁਸੀਂ ਪੰਜਾਬ ਦਾ ਨਾਂ ਕਿੱਦਾਂ ਖਰਾਬ ਕਰ ਰਹੇ ਹੋ ਜਾਂ ਕੀ ਕਰ ਰਹੇ ਹੋ ਫਿਰ ਕਹਣਾ ਨਾ ਮੈਂ ਤਾਂ ਪੰਜਾਬੀ ਹੈ ਹੀ ਨਹੀਂ ਮੈਂ ਦਿੱਲੀ ਬੋਲਦਾ ਮੈਂ ਤਾਂ ਹੈ ਹੀ ਨਹੀਂ ਮੈਂ ਤਾਂ ਆ ਬਿਲਕੁਲ ਬਿਲਕੁਲ ਚ ਚਵਲਾ ਮਾਰਦੀ ਏ ਤੇ ਬੇਸ਼ਰਮ ਹੋ ਗਈ ਫਰਜੀ ਭਾਜੀ ਬੇਸ਼ਰਮ ਹੋ ਗਈ ਉਹ ਤੇ ਮੈਂ ਕਿ ਮੈਂ ਕਿ ਕੀਤੀ ਹੋ ਸਕਦੀ ਮੇਲ ਜੇ ਉਹਨੇ ਕੀਤੀ ਮੇਲ ਤਾਂ ਫਿਰ ਇੱਕ ਮੂਵੀ ਪੰਜਾਬੀਆਂ ਨੂੰ ਹੋਰ ਦੇਖਣ ਨੂੰ ਮਿਲੂਗੀ ਹਾਂ ਪਰ ਮੈਨੂੰ ਪਰ ਫਰਜੀ ਭਾਜੀ ਤੈਨੂੰ ਨਹੀਂ ਜਿਹੜੀ ਮਿੱਟੀ ਕਲੇਰ ਹੈ ਹਾਂ ਹਾਂ ਜਿਹੜੀ ਮਿੱਤੀ ਕਲੀਅਰ ਹੈ ਤੇਰੇ ਹਿਸਾਬ ਨਾਲ ਮਤਲਬ ਕਿ ਇਸ ਕੁੜੀ ਦੀ ਮੈਂਟੈਲਿਟੀ ਕਿਦਾਂ ਦੀ ਹੈ ਸੋਚ ਕਿਦਾਂ ਦੀ ਹੈ ਇਸ ਕੁੜੀ ਦੀ ਤੂੰ ਕੀ ਅਬਜ਼ਰਵ ਕੀਤਾ ਤੈਨੂੰ ਵੇਖ ਕੇ ਕਿ ਕੈਸਟ ਇੱਕੇ ਸਟਾਈਲ ਦੀ ਕੁੜੀ ਹੈ ਕੀ ਜਾਂਦੀ ਹੈ ਭਾਜੀ ਦੇਖੋ ਐਡਵਾਂਸਡ ਆਣਾ ਆਲਰੇਡੀ ਤੁਹਾਨੂੰ ਪਤਾ ਹੀ ਹੋਣਾ ਨੈਟ ਤੇ ਪਹਿਲਾਂ ਤਾਂ ਹਾਂ ਮੈਨੂੰ ਪਤਾ ਐਡਵੋਸਟ ਤੇ ਬਾਅਦ ਵਿੱਚ ਜਦੋਂ ਇੱਥੇ ਕੈਨੇਡਾ ਸੀਗੀ ਮੇਕਅਪ ਆਰਟਿਸਟ ਸੀਗੀ ਬਹੁਤ ਜ਼ਿਆਦਾ ਮਤਲਬ ਕਿ ਇਹਨਾਂ ਸਿੰਗਰਾਂ ਨਾਲ ਵੀ ਕੰਮ ਕੀਤਾ ਸਿੱਧੂ ਮੂਸੇ ਵਾਲੇ ਨਾਲ ਵੀ ਕੰਮ ਕੀਤਾ ਤਿੰਜਾਰ ਹੋਰ ਸਿੰਗਰਾਂ ਨਾਲ ਕੰਮ ਕੀਤਾ ਸੋਖ ਸਿੰਘ ਹੈਡ ਨਾਲ ਵੀ ਇਹਨੇ ਕੰਮ ਕੀਤਾ ਤੇ ਬਾਅਦ ਉਦੋਂ ਤੱਕ ਬਿਲਕੁਲ ਸਹੀ ਸੀ ਔਰ ਤੱਕ ਦੇ ਆਪਣਾ ਕਰਦੀ ਸੀ ਬਟ ਇੱਕ ਵਾਰੀ ਆ ਗਿਆ ਇਹ ਇੰਡੀਆ ਉਹ ਤੇ ਜਿਹੜੇ ਸ਼ੋਅ ਚ ਤੂੰ ਗਿਆ ਸੀ ਜਿਹੜੇ ਸ਼ੋਅ ਚ ਤੂੰ ਗਿਆ ਸੀ ਉਹ ਸ਼ੋਅ ਚ ਮੀਤੀ ਕਲੇਰ ਵੀ ਗਈ ਸੀ ਪਤਾ ਹੈ ਹਾਂ ਉਹ ਆ ਉਹ ਤਾਂ ਫਾਰਮ ਪਟਾਉ ਮੀਤੀ ਕਲੇਰ ਨੂੰ ਬੁਲਾਇਆ ਉਹ ਸ਼ੋਅ ਚ ਫਾਰਮ ਪ੍ਰੋਟੈਸਟ ਦੀ سپورਟ ਲਈ ਲੈ ਨਾ ਹੋਵੇ ਲੋ ਬਾਸੀ ਨੇ ਬਾਸੀ ਨਹੀਂ ਨਹੀਂ ਮੇਰੀ ਗੱਲ ਤਾਂ ਸੁਣੋ ਉਸ ਤੋਂ ਬਾਅਦ ਗਈ ਇੰਡੀਆ ਤੇ ਸਨਾਜ ਗਿੱਲਿਆਂ ਦੀ ਦੋ ਤਿੰਨ ਵੀਡੀਓ ਵਾਇਰਲ ਹੋਈਆਂ ਕਿਸੇ ਕੁਝ ਕਰ ਦੇਦੀਆਂ ਤੇ ਸਨਾਜ ਗਿੱਲ ਚਲ ਗਈ 빅 બોਸ ਉਸ ਤੋਂ ਬਾਅਦ ਵਾਪਸ ਆਈ ਤੇ ਉਤ ਤੋਂ ਬਾਅਦ ਵਾਪਸ ਆ ਕੇ ਇਹਨੇ ਵੀ ਥੋੜਾ ਜਿਹਾ ਕੰਮ ਜਾਂ ਸ਼ੁਰੂ ਕੀਤਾ ਇਹਦੇ ਤਿੰਨ ਚਾਰ ਇਹ ਇੱਕ ਦੋ ਤਿੰਨ ਕੁੜੀਆਂ ਦੀਆਂ ਫਰੈਂਡ ਹੁੰਦੀਆਂ ਐ ਅਮਿਰਤਾ ਸਮਰਾ ਸੀ ਤਿੰਨ ਚਾਰ ਇੱਥੇ ਆ ਗਈਆਂ ਸੀ ਕੈਨੇਡਾ ਦੀਆਂ ਉਹ ਵੀ ਮੇਕਅਪ ਆਰਟਿਸਟ ਦੀ ਕੁੜੀਆਂ ਫੇਮਸ ਜਦੋਂ ਇਹਨੇ ਪਹਿਲੀ ਵੀਡੀਓ ਪਾਈ ਉਹਨਾਂ ਨੇ ਸਾਰੇ ਨੇ ਪੋਸਟਾਂ ਪਾ ਦੀਆਂ ਸੀ ਕਿ ਸਾਨੂੰ ਅੱਜ ਤੋਂ ਬਾਅਦ ਇਹਦਾ ਲਿੰਕ ਨਾ ਕਰੋ ਮੀਤੀ ਨਾਲ ਕਿ ਮੇਰੀ ਫਰੈਂਡ ਸੀ ਜਾਂ ਕੁਝ ਵੀ ਸੀ ਹੁਣ ਇਹਦਾ ਹਿਸਾਬ ਇਹ ਹੈ ਕਿ ਇਹ ਜਿੱਥੇ ਰਹਿੰਦੀ ਸੀ ਬਲੇ ਬ੍ਰੈਮਟਨ ਜਾਂ ਕਿਤੇ ਉੱਥੋਂ ਮੂਵ ਹੋ ਕੇ ਇਹਨੇ ਖਾਲੀ ਜਗ੍ਹਾ ਕਿਤੇ ਵੈਨਕੂਵਰ ਚ ਘਰ ਲੈ ਲਿਆ ਉੱਥੇ ਖਾਲੀ ਰਹਿੰਦੀ ਐ ਇੱਕ ਨੇ ਕਾਲਾ ਹਾਇਰ ਕੀਤਾ ਪਿਆ ਕਾਲਾ ਮੇਨੇ ਪੋਸਟ ਪਾਈ ਸੀ ਕਿ ਮੈਨੂੰ ਇੰਡੀਆ ਨਹੀਂ ਚਾਹੀਦਾ ਮੈਂ ਬੰਦਾ ਹਰਿਆਣਾ ਫੋਟੋ ਸ਼ੂਟ ਕਰਨ ਵਾਸਤੇ ਸਾਰ ਦਿਨੋਂ ਤੋਂ ਫੋਟੋ ਸ਼ੂਟ ਕਰ ਰਹੇ ਹੁੰਦੇ ਜਿੰਦੀ ਜਦਾਂ ਮਰਜ਼ੀ ਕਰ ਕਰ ਕੇ ਪੈਸਾ ਮੇਨ ਰਹਿ ਗਿਆ ਬਈ ਮੈਂਟੈਲਿਟੀ ਸ਼ੋਨੇ ਦੀ ਜਿਉਂ ਕਿਉਂਕਿ ਜ਼ਿੰਦਗੀ ਚ ਮੈਨੂੰ ਲੱਗਾ ਏਜ ਵੀ ਵਾਧੂ ਹੋ ਗਈ ਹੁਣ ਇਹਨੇ ਸੋਚਿਆ ਨਹੀਂ ਕਿ ਇਹਨੇ ਵਿਆਹੂ ਕਰਵਾਉਂਦਾ ਹੁਣ ਇਹਨੂੰ ਆ ਕਿ ਵੈਸੇ ਜਨਤਾ ਨਾਲ ਜੋ ਦੇਖਣਾ ਸਾਰਾ ਦੇਖ ਹੀ ਲਿਆ ਰਚਿਆ ਬਚਿਆ ਤਾਂ ਨਹੀਂ ਦੇਖਣ ਨੂੰ ਪਿਛੇ ਕੁਝ ਪਰ ਹੁਣ ਪੈਸਾ ਇਹਦੇ ਮੈਂਟੈਲਿਟੀ ਜੇ ਮੇਨ ਹੈ ਕਿ ਮੈਂ ਪੈਸਾ ਕਮਾਉਣਾ ਹੈ ਇਹਨੇ ਘਰ ਵੀ ਲਿਆ ਤੇ ਹੋਰ ਬਸ ਉੱਥੇ ਰਹਿੰਦੀ ਆ ਤੇ ਪਿੱਛੇ ਜੇ ਇੱਕ ਤਿੰਨ ਚਾਰ ਮੁੰਡੇ ਫੋਲੋ ਕਰਦੇ ਤੇ ਘਰੇ ਪਹੁੰਚ ਗਏ ਸੀ ਪੰਜਾਬੀ ਕਦੇ ਸਟੋਰ ਸਟੋਰ ਚ ਦੇਖ ਲਈ ਹੋਣੀ ਉਹ ਫੋਲੋ ਕਰਦੇ ਘਰੇ ਪਹੁੰਚ ਗਏ ਇਹਨੇ ਪੁਲਸ ਬੁਲਾ ਲਈ ਬਾਅਦ ਇਹਨੇ ਪੋਸਟ ਪਾਈ ਸੀ ਕਹਿੰਦੀ ਕਿ ਗਾਇਸ ਮੈਨੂੰ ਤੁਸੀਂ ਇੰਟਰਨੈਟ ਤੇ ਪਿਆਰ ਕਰਦੇ ਹੋ ਪਿਆਰ ਕਰੋ ਪਰ ਮੈਨੂੰ ਫੋਲੋ ਨਾ ਕਰੋ ਪਿਆਰ ਤਾਂ ਤੈਨੂੰ ਪਤਾ ਹੀ ਹੈ ਕਿਹੜਾ ਕਰਦੇ ਆ ਹਮ ਇੱਕ ਇੰਟਰਵਿਊ ਕਹਿੰਦੀ ਇੰਟਰਵਿਊ ਕਹਿੰਦੀ ਮੈਂ ਸਰੀ ਗਈ ਉੱਥੇ ਮੈਨੂੰ ਨਾ ਮੈਂ ਸਰੋਡ ਤੇ ਖੜੀ ਤੇ ਉੱਥੇ 15 ਵੀ ਮੁੰਡੇ ਮੀਤੀ 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 ਕਹਿੰਦੀ ਮੇਰੇ ਫੈਨ ਸੀਗੇ ਸਾਰੇ ਮੈਨੂੰ ਆਗੇ ਮੈਨੂੰ ਫੋਟ ਮੈਂਟੈਲਿਟੀ ਬਈ ਮੇਨ ਪੈਸਾ ਹੀ ਐ ਤੇ ਕੋਈ ਇਹਦੇ ਚ ਕੋਈ ਵੱਡੀ ਇੱਜ਼ਤ ਹੈ ਨਹੀਂ ਜਿੱਦਾ ਤਾਜਵੀਰ ਕੁੜੀ ਕਰਦੀ ਆ ਤੁਸੀਂ ਦੇਖਿਆ ਨਾ ਅੱਜ ਕੱਲ ਕੀ ਕਰਦੀ ਪਈ ਐ ਤੇ ਜਾਣ ਬੇਕੇ ਨਾ ਟਿਕਟੋਕ ਤੇ ਆ ਕੇ ਨਾ ਪਕਾਈਆਂ ਮਾਰਦੀਆਂ ਨੇ ਇਹੋ ਜੀਆਂ ਸਿੰਸ ਵਾਲੀ ਪਕਾਈ ਮਾਰ ਲਈ ਜਾਂ ਤੇ ਚਾਹ ਹੋਰ ਜਦ ਤੱਕ ਮਿੱਤਕਲੇ ਸਾਰੇ ਦਿਨ ਭੋਰ ਦਿੰਦੀ ਆ ਗਾਇਸ ਮੈਨੂੰ ਕਦੇ ਆ ਲੱਗਦਾ ਮੈਂ ਬੇਸਮੈਂਟ ਚ ਮੁੰਡਾ ਰੱਖ ਲਾਂ ਹਾਏ ਮੁੰਡਾ ਕਿਹੜਾ ਚੱਲੂਗਾ ਇਹ ਜਾਣ ਬੇਕੇ ਦੁਬਾਰਾ ਹਿੱਟ ਹੋਣ ਦੇ ਤਰੀਕੇ ਨੇ ਕਿ ਕੋਈ ਬੰਦਾ ਦੇਖ ਕੇ ਮੈਨੂੰ ਤੇ ਜਾ ਕੇ ਫਿਰ ਔਨਲੀ ਫੇਸ ਤੇ ਜਾਵੇ ਤੇ ਆ ਕੇ ਸਬਸਕ੍ਰਿਪਸ਼ਨ ਲਵੇ ਇੱਕ ਉਹ ਆ ਕਮਲ ਉਹ ਵੀ ਸਾਰਾ ਦਿਨ ਮੇਰਾ ਹੁਣ ਉਹ ਉਹਦੇ ਪਿਛੇ ਲੱਗੀ ਐ ਪ੍ਰੋਡਿਊਸਰ ਪਿੱਛੇ ਪ੍ਰੋਡਿਊਸਰ ਦੇ ਮੇਰੀ ਵੱਖੀ ਪਾੜ ਪਤਾ ਨਹੀਂ ਹੁਣ ਭਾਈ ਤੁਸੀਂ ਬਾਤ ਕਹਿੰਦੇ ਲੁੱਕੀ ਗਾਲਾਂ ਤੁਸੀਂ ਕਾਹਤੋਂ ਘੜਦੇ ਉਹ ਇਹਨਾਂ ਨੂੰ ਹੁਣ ਹਾਰ ਪਾਈ ਐ ਭੈਣ ਚੋਦ ਹੋਰ ਗਾਲਾਂ ਨਾ ਘੱਡੀ ਐ ਦਾ ਸਾਧ ਹੋਈ ਆ ਸਾਰਾ ਦਿਨ ਨੱਟ ਤੇ ਰੀਲਾਂ ਦਾ ਹੀ ਚੱਲਦਾ ਰਹਿੰਦਾ ਤੇ ਰੀਲਾਂ ਦਾ ਅਸਰ ਨਿਆਣੇ ਤੇ ਪੈਂਦਾ ਹੀ ਪੈਂਦਾ ਐ ਹਰ ਚੀਜ਼ ਦਾ ਪੈਂਦਾ ਹੁਣ ਉਹ ਵਿਚਾਰੀ ਕੀ ਕਰਨਗੇ ਹੁਣ ਸਾਡੇ ਭਾਈ ਆਪਾਂ ਗਾਲ ਨਹੀਂ ਘੜਦੇ ਤੁਸੀਂ ਕਿੰਨੀ ਗਾਲਾਂ ਘੜਦੇ ਹੋ ਆਪਾਂ ਕਮੇਟੀ ਕਰੀ ਦੀ ਹੈ ਹਨਾ ਸਾਡੇ ਚੈਨਲ ਨੂੰ ਨਾ ਆਪਾਂ ਰੀਲ ਤੇ ਕਦੇ ਪਾਈ ਦੀ ਨਾ ਕਦੇ ਪਾਈ ਦੀ ਸਾਡੇ ਚੈਨਲ ਨੂੰ ਕੋਈ ਆ ਕੇ ਦੇਖੂਗਾ ਆਪਣੀ ਮਰ ਜੇ ਪਰੀਲ ਤੇ ਕੋਈ ਪਾਈਏ ਤੇ ਕੋਈ ਹੋਈ ਬੁੜੀ ਪੋਣੇ ਜੀ ਚੰਨੀ ਗੱਲ ਨਾ ਹੋਵੇ ਇਹ ਸਾਲੇ ਤਾਂ ਰੀਲਾਂ ਦੇ ਭੈਣੋ ਸਾਰਾ ਦਿਨ ਗੰਦ ਪੁੰਦੇ ਰਹਿੰਦੇ ਨੇ ਜਿਹੜਾ ਮਰਜੀ ਦੇਖ ਸਕਦਾ ਆਹੋ ਨਹੀਂ 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 ਐਸੇ ਕਰਕੇ ਜਦੋਂ ਜਦੋਂ ਫਰੇਸ਼ੀ ਭਾਜੀ ਆ ਰੀਲਾਂ ਨਹੀਂ ਜਿਹੜੇ ਬਣਾਉਂਦੇ ਵੇ ਹੁਣ ਇਹ ਨਸ਼ਾ ਜਿਹੜਾ ਨਸ਼ਾ ਹਨਾ ਆਮ ਆਮ ਇਹਨਾਂ ਨੂੰ ਕੋਈ ਨਹੀਂ ਪਤਾ ਕਿ ਉਹਦਾ ਕੀ ਅਸਰ ਹੁੰਦਾ ਹੁਣ ਗੁਰਚੇਤ ਚਿੱਤਰਕਾਰ ਦੀ ਤੂੰ ਇੰਟਰਵਿਊ ਦੇਖੀ ਹੈ ਹਾਂ ਹਾਂ ਮੈਂ ਦੇਖੀ ਦੇਖੀ ਗੁਰਚੇਤ ਚਿੱਤਰਕਾਰ ਵਿਚਾਰਾ ਕਿਦਾਂ ਰੋਂਦਾ ਪਿਆ ਸੀ ਪੀ ਮੇਰਾ ਜਿਹੜਾ ਉਹ ਸੰਧੂ ਦਾ ਮੁੰਡਾ ਵੀ ਮਰ ਗਿਆ ਹਨਾ ਮੇਰਾ ਸਾਲੇ ਦਾ ਮੁੰਡਾ ਵੀ ਮਰ ਗਿਆ ਜਿਹੜਾ ਉਹਦੇ ਨਾਲ ਆਂਦਾ ਹੁੰਦਾ ਸੀ ਫੈਮਿਲੀ ਚਾਰਟ ਵਿੱਚ ਸਰਦਾਰ ਜਿਆ ਕੀ ਨਾਮ ਮੁੰਡੇ ਦਾ ਹਾਂ ਹਾਂ ਤੇ ਮੈਂ ਉਹਦੇ ਚਿੱਟੇ ਨਾਲ ਮੋਤਾਂ ਆਈਆਂ ਹਨਾ ਜਿਨ੍ਹਾਂ ਜਿਨ੍ਹਾਂ ਤੇ ਇਹ ਬੀਤੀ ਹੋਵੇ ਨੇ ਉਹਨਾਂ ਨੂੰ ਪਤਾ ਹੁੰਦਾ ਹੁਣ ਮੈਂ ਚਿੱਟਾ ਲਾਂਦਾ ਸੀ ਹਨਾ ਮੈਨੂੰ ਪਤਾ ਉਹ ਕਿੱਦਾਂ ਛੁੱਟਿਆ ਪੈਂ ਉਹ ਛੁੜਿੰਦੇ ਨੇ ਯਾਰ ਚਿੱਟੇ ਤੇ ਛੁੜਿੰਦੇ ਹੀ ਨਹੀਂ ਹਨਾ ਉਹਦੇ ਵਾਸਤੇ ਵਿਲ ਪਾਵਰ ਚਾਹੀਦੀ ਹੈ ਤੇ ਪਰ ਹਾਂ ਇਹਨਾਂ ਲੋਕਾਂ ਨੂੰ ਅਹਿਸਾਸ ਨਹੀਂ ਬਾਜੀ ਉਦਾਂ ਉਹ ਗਰਚੇਸ਼ਿਤਰ ਦਾ ਇੰਟਰਵਿਊ ਤੇ ਦੇਖੋ ਰੌਂਡ ਆ ਪਿਆ ਵਿਚਾਰਾ ਹਣਾ ਦੋ ਜੀ ਦੱਸਿਓ ਨੇ ਕਿ ਮੇਰੇ ਦੋ ਮੁੰਡੇ ਚ ਲੱਗੇ ਉਹ ਮੁੰਡਾ ਆਪਾਂ ਫੈਮਲੀ ਤੁਸੀਂ ਵੀ ਦੇਖੀ ਹੋਣੀ ਆ ਗਰਚੇਸ਼ਿਤਰ ਕਰ ਦੇਖੋ ਕਿੰਨਾ ਫੇਮਸ ਸੀਗਾ ਪੁਰਾਣੇ ਜਦੋਂ ਫੈਮਲੀ ਵੀਡੀਓ ਬਣਾਉਂਦਾ ਸੀ ਉਸ ਟਾਈਮ ਵੀਡੀਓ ਸੀ ਡੀਸੀ ਜਿਹੜੀ ਚੱਲਦੀ ਸੀ ਪਿੰਡਾਂ 'ਚ ਉਹਨਾਂ ਦਾ ਬਹੁਤ ਵਧੀਆ ਬਿਜ਼ਨਸ ਸੀ ਉਹਨੇ ਵਾਧੂ ਪੈਸੇ ਕਮਾਏ ਉਤੋਂ ਤੇ ਉਹੜਾ ਜਦੋਂ ਮੁੰਡੇ ਨਾਲ ਤਾਂ ਹੋਇਆ ਉਹਨੇ ਪਹਿਲਾਂ ਹਾਰ ਟੈਗੀ ਦੱਸਿਆ ਸੀ ਹਣਾ ਉਹੜਾ ਨਾਲ ਦਮਾ ਸੁੱਧੂ ਜਨ ਨਾਲ ਮੁੰਡਾ ਰਹਿੰਦਾ ਹੁੰਦਾ ਸੀ ਹਾਂ ਹਾਂ ਤੇ ਉਹ ਕਹਿੰਦਾ ਯਾਰ ਚਿੱਟੇ ਨਾ ਮੌਤ ਹੋ ਗਈ ਹਣਾ ਤੇ ਜਿਹੜੇ ਤੁਸੀਂ ਗੱਲ ਕਰਨ ਲੱਗੇ ਮੈਨੂੰ ਪਤਾ ਗਲਤੀ ਉੱਥੇ ਲੈ ਕੇ ਜਾਣੀ ਆ ਜਿਹੜੀ ਆਪਾਂ ਰੀਲਾਂ ਪਾਉਂਦੇ ਇੱਥੇ ਜੋ ਵੀ ਕੀ ਨਸ਼ਾ ਇੱਥੋਂ ਹੁੰਦਾ ਹੈ ਨਸ਼ਾ ਉੱਥੋਂ ਹੁੰਦਾ ਆ ਪਤਨ ਸਾਰਾ ਦਿਨ ਲਾਗੇ ਖਾਈ ਫਿਰਦੇ ਐ ਇਹ ਕਰਦੇ ਆ ਹੁਣ ਉਹ ਚੀਜ਼ਾਂ ਇਹਨਾਂ ਨੂੰ ਲੱਗਦੀਆਂ ਰੀਲ ਵਾਲਿਆਂ ਨੂੰ ਕਿ ਬਹੁਤ ਜ਼ਿਆਦਾ ਸੌਖੀਆਂ ਨੇ ਮੈਂ ਭਈ ਆਪਣੇ ਇੱਥੇ ਨਾਲ ਕੇ ਮੁੰਡੇ ਦੇਖੇ ਨੇ ਚਿੱਟੇ ਵਾਲੇ ਉਹਨਾਂ ਨੂੰ ਘਰਦਿਆਂ ਦੇ ਤਰਲੇ ਕਰਦੇ ਦੇਖੇ ਨੇ ਕਿ ਘਰ ਦੇ ਕਹਿੰਦੇ ਕਿ ਵਾਪਸ ਆ ਜਾ ਇੱਥੋਂ ਲੋਕੀ ਕਹਿੰਦੇ ਕਿ ਕੈਨੇਡਾ ਭੇਜਾਂਗੇ ਆਪਾਂ ਮੁੰਡਾ ਕਿ ਜਿਹੜਾ ਨਸ਼ਾ ਛੱਡ ਦੋ ਇੱਥੇ ਨਸ਼ਾ ਕਰਦਾ ਪਰ ਨਹੀਂ ਹੁੰਦਾ ਯਾਰ ਜਿਹਨੇ ਨਸ਼ਾ ਕਰਾ ਉਹਨੇ ਉਹਨਾਂ ਨੂੰ ਤਰਲੇ ਕਰਦੇ ਦੇਖੇ ਨੇ ਉਹ ਮੁੰਡੇ ਮੈਸੀ ਕਰ ਕਰਕੇ 10 ਦਾ 20 20 ਡਾਲਰ ਮੰਗਦੇ ਫਿਰਦੇ ਨੇ ਭਰਾਵਾ ਕਿ ਅੱਜ 20 ਡਾਲਰ ਦੇ ਦੇ ਮੈਨੂੰ ਅੱਜ ਇਹ ਦੇ ਦੇ ਉਹ ਦੇ ਦੇ ਤੇ ਅਗਲਾ ਵੀ ਬੰਦਾ ਫੋਨ ਨਹੀਂ ਚੱਕਦਾ ਬਾਅਦ ਚ ਬੰਦਨ ਲੱਗਦਾ ਵੀ ਯਾਰ ਭੈ ਜ ਰੋਜ਼ ਹੀ ਮੰਗਣ ਲੱ ਪੈਂਦਾ ਹਣਾ ਕਿੰਨੇ ਕੁ ਦੇਈ ਜਾਵਾਂ ਇਹ ਸੀਨ ਹੁੰਦਾ ਤੇ ਇਹ ਜਿਹੜੇ ਰੀਲਾ ਪਾਉਂਦੇ ਨੇ ਕਿ ਨਸ਼ੇ ਵਾਲਾ ਅੱਜ ਆਪਾਂ ਆ ਖਾਲੀ ਅੱਜ ਆਪਾਂ ਉਹ ਖਾਲਿਆ ਇਹਨਾਂ ਨੂੰ ਪਤਾ ਨਹੀਂ ਕਿਹੜੀ ਹਵਾ ਚ ਪਾਈ ਫਿਰਦੇ ਨੇ ਕਿ ਜਿੱਦਾ ਬਹੁਤ ਵਧੀਆ ਚੀਜ਼ ਹੈ ਬਹੁਤ ਜਰਵੀ ਚੀਜ਼ ਹੈ ਹਾਂ ਉਹ ਨਾ ਪਾਇਆ ਕਰੋ ਮੈਨੂੰ ਤੇ ਕਪਲ ਅੰਕਲ ਦਾ ਫੋਨ ਆਇਆ ਹੀ ਤੂੰ ਮੈਨੂੰ ਕਪੜਾ ਅੰਕਲ ਕਹਿੰਦਾ ਵੀ ਤੁਸੀਂ ਗਾਲਾਂ ਨਾ ਕੱਢਿਆ ਕਰੋ ਮੈਂ ਕਹਿੰਦਾ ਅੰਕਲ ਜੀ ਨਹੀਂ ਕੱਢਦੇ ਪੱਕ ਗਾਲਾਂ ਤੇ ਮੈਂ ਕਹਿੰਦਾ ਅੰਕਲ ਜੀ ਤੁਸੀਂ ਵੀ ਤੇ ਬੜਾ ਹਨਾ ਕਰਦੇ ਵੀ ਤੁਸੀਂ ਵੀ ਇਦਾਂ ਕਰੋ ਕਹਿੰਦਾ ਸੀ ਵੀ ਨਹੀਂ ਮੈਂ ਪੁੱਤਰ ਨਹੀਂ ਕਰਦਾ ਵੀ ਮੈਂ ਕਹਿੰਦਾ ਮੈਂ ਉਹਨਾਂ ਨੂੰ ਐਗਜ਼ਾਮਪਲ ਦਿੱਤੀਆਂ ਵੀ ਆ ਤੁਸੀਂ ਰੀਲਾ ਬਣਾਈਆਂ ਤੇ ਈਸ਼ਾਨ ਬੱਗੇ ਦੀ ਮੈਂ ਜ਼ਿਆਦਾ ਉਹਨਾਂ ਨੂੰ ਮਿਲ ਦੱਸਿਆ ਮੈਂ ਕਹਿੰਦਾ ਈਸ਼ਾਨ ਬੱਗਾ ਜਿਹੜਾ ਹਨਾ ਵੀ ਉਹ ਵੀ ਇਦਾਂ ਇਹੀ ਗਾਣਿਆਂ ਤੇ ਰੀਲਾ ਬਣਾਉਂਦੇ ਯਾਨੀ ਕਿ ਨਸ਼ਾ ਪ੍ਰਮੋਟ ਹੀ ਉਹ ਵੀ ਕਰਦਾ ਤੇ ਕਪੜਾ ਅੰਕਲ ਮੈਨੂੰ ਕਹਿੰਦੇ ਵੀ ਨਹੀਂ ਅਸੀਂ ਨਹੀਂ ਬਣਾਉਂਦੇ ਅੱਜ ਤੋਂ ਬਾਅਦ ਤੇ 3-4 ਦਿਨ ਪਹਿਲਾਂ ਮੈਂ ਵੇਖਿਆ ਫੇਰ ਬਣਾਈ ਸੀ ਉਹਨੇ ਸ਼ਾਨ ਬੱਗਾ ਨਾ ਮੈਂ ਤਾਂ ਹੀ ਪਿਛਲੀ ਵੀਡੀਓ ਚ ਕਪਲ ਐਂਗਲ ਤੇ ਬੋਲਿਆ ਸੀ ਉਹੀ ਆਂਦਾ afgan ਦਾ ਸਮਾਨ ਗੋਰੀਏ ਉਹੀ ਆਂਦਾ afgan ਪਰ ਐਂਗਲ ਜੀ ਤੁਸੀਂ ਵਾਦਾ ਤੋੜਤਾ ਮੇਰੇ ਨਾਲ ਤੇ ਗਿਆ ਸ਼ਾਨ ਦੀ ਅੱਜ ਤੂੰ ਬਾਰੇ ਰੀਲ ਨਹੀਂ ਤੈਨੂੰ ਵੇਖਣ ਨੂੰ ਮਿਲੇਗੀ ਨਸ਼ੇ ਵਾਲੀ ਤੇ ਹੀ ਐਂਗਲ ਜੀ ਪਣੀ ਵੀ ਜਵਾਰ ਤੇ ਤੱਕ ਕੈਮ ਆ ਮੈਂ ਗਾਲ ਨਹੀਂ ਕੱਢੀ ਇਹਨਾਂ ਨੂੰ ਪਿਛਲੀ ਵੀਡੀਓ ਚ ਕੋਈ ਸ਼ਾਨ ਦਾ ਕੀ ਚੱਕਰ ਚੱਲਦਾ ਪਿਆ ਮੈਂ ਇਹਨਾਂ ਦੇ ਵਲੌਗ ਚ ਦੇਖਿਆ ਨਹੀਂ ਬੜਾ ਚਰਦਾ ਸ਼ਾਨ ਬੱਗਾ ਬਹੁਤ ਚਿਰ ਹੋ ਗਿਆ ਮੈਨੂੰ ਲੱਗਦਾ ਮੇਰਾ ਚਾਹਤ ਇੰਤਜ਼ਾਰ ਵੀ ਨਾ ਗਿਆ ਕਦੇ ਨਹੀਂ ਦੇਖਿਆ ਇਹਨਾਂ ਦਾ ਵਲੌਗ ਜ ਸ਼ਾਨ ਬੱਗਾ ਨਾ ਕਰੇ ਕਪਲ ਪਪਾ ਦਾ ਬਰਥਡੇ ਸੀ ਉੱਥੇ ਵੀ ਨਹੀਂ ਆਇਆ ਪਹਿਲਾਂ ਬਰਥਡੇ ਦੇ ਘਰੇ ਵੜੇ ਰਹਿੰਦਾ ਸੀ ਪਿੱਛੇ ਜਿਓ ਤਿੰਨ ਚਾਰ ਜਗ੍ਹਾ ਤਿਆਰ ਹੋ ਕੇ ਗਏ ਸੀ ਜਿਵੇਂ ਜਦੋਂ ਮੰਗਣੀ ਵਾਲੀ ਗੱਲ ਹੋਈ ਉਦੋਂ ਵੀ ਘਰੇ ਦੇਖਿਆ ਮੈਨੂੰ ਜਿੱਥੇ ਲੱਗਦਾ ਜਿਹੜੀ ਲਾਸਟ ਇੱਕ ਬਰਥਡੇ ਨਹੀਂ ਸੀ ਸਿਮਰਨ ਰੁੱਲਾ ਦਾ ਜਿੱਚ ਨੇ ਉਹਨੂੰ ਹੱਕ ਕੀਤਾ ਸੀ ਭੱਜ ਕੇ ਮੈਂ ਜਲਦੀ ਫੜ ਲਈ ਜਲਦੀ ਫੜ ਲਈ ਉਹ ਵੀਡੀਓ ਬਾਲੀ ਲੋਕਾਂ ਨੇ ਵਾਇਰਲ ਕੀਤੀ ਸੀ ਬੋਲੇ ਹੈ ਗੱਲ ਤੋਂ ਬਾਅਦ ਨਹੀਂ ਮੈਂ ਕਦੇ ਵਲੌਗ ਚ ਦੇਖਿਆ ਇਹਦੇ ਚ ਸ਼ਾਨ ਬੱਗਾ ਕਦੇ ਨਹੀਂ ਦੇਖਿਆ ਅੱਛਾ ਹਾਂ ਮੈਨੂੰ हां 아니 ਮੈਂ ਕਰ ਰਹਿਆ ਸੀ ਪੋਕ ਮੈਂ ਕਹਿੰਦਾ ਮੀਨਾ ਮੀਨਾ ਨਹੀਂ ਤਾਂ ਬਾਪਾ ਦਾ ਬਰਥਡੇ ਹੋਏ ਤੇ ਪਾਪਾ ਦੇ ਬਰਥਡੇ ਤੱਕ ਅੱਗੇ ਹੁੰਦਾ ਈਸ਼ਾਨ ਵੱਗਾ ਆਇਆ ਹੀ ਨਹੀਂ ਤੇ ਨਾ ਇਹਨਾਂ ਨੇ ਕਿਤੇ ਪੋਸਟ ਪੁੱਜਾਂਗੇ ਸਟੋਰੀ ਇਕੱਠੇ ਪਾਈ ਆ ਪਰ ਸਿਮਰਨ ਨਰੂਲਾ ਸਿਮਰਨ ਨਰੂਲਾ ਨੇ ਪੰਜਕ ਦਿਨ ਪਹਿਲਾਂ ਰੀਲ ਬਣਾਈ ਈ ਹੀ ਫਗਾਨ ਵਾਲੀ ਹਾਂ ਮੈਂ ਕਹਿੰਦਾ ਰੀਲ ਬਣਾਈ ਹੋਊਗੀ ਨੇ ਬਟ ਮੈਂ ਦੱਸਣਾ ਵਲੌਗ ਜੀ ਨਹੀਂ ਆਉਂਦਾ ਪਤਾ ਨਹੀਂ ਕੀ ਚੱਕਰ ਹੈ ਜਾਂ ਫਿਰ ਅਗਲੇ ਨੇ ਕਿਹਾ ਹੋਊਗਾ ਕਿ ਪਾਜੀ ਹੁਣ ਵਿਆਹ ਤੇ ਕਰੋ ਤੇ ਕੀ ਜਲਦੀ ਵਿਆਹ ਕਰਨਾ ਤੇ ਹਾਂ ਦੇਖਿਆ ਹੁਣ ਕਹਿੰਦੇ ਆਪਾਂ ਗਲਤ ਨਹੀਂ ਕੁਝ ਕਰਦੇ ਤਮਨੇ ਲਾਤਾ ਉਹ ਜਿਹੜੀ ਇਹਨਾਂ ਘਰੇ ਦੂਜੀ ਰਹਿੰਦੀ ਆ ਸਿਮਰਨ ਕੋਰ ਕਿਹੜੀ ਆੜੀ ਹਣੇ ਨਾ ਰਹਿੰਦੀ ਇਹਨਾਂ ਘਰੇ ਤਮਨੇ ਲਾਤਾ ਉਹਦਾ ਤੇ ਇੱਕ ਮੁੰਡੇ ਦਾ ਇੰਗੇਜਮੈਂਟ ਹੋ ਗਈ ਗਾਇਜ਼ ਠੀਕ ਆ ਅੱਛਾ ਇੰਗੇਜਮੈਂਟ ਕਿਸ ਦੇ ਤੇ ਗਏ ਨੇ ਤੇ ਜਾਂਦੇ ਨੇ ਰਸਤੇ 'ਚ ਬੋਲ ਰਹੇ ਨੇ ਸਿਮਰਨ ਦੀ ਇੰਗੇਜਮੈਂਟ ਹੈ ਅੱਜ ਸਿਮਰਨ ਦੀ ਕਪਲ ਪਾਪਾ ਵੀ ਬੋਲ ਰਹੇ ਨੇ ਪੁੱਤ ਤੇਰੀ ਐ ਇੰਗੇਜਮੈਂਟ ਅੱਜ ਤੈਨੂੰ ਕੋਪਾ ਕੁਛ ਨਹੀਂ ਕਹਿਣਾ ਤੇ ਮਮਾ ਵੀ ਕਹਿ ਰਹੀ ਨੇ ਕਿ ਅੱਜ ਮੈਨੂੰ ਕੁਸ਼ਣ ਅੱਜ ਮੇਰੀ ਬੇਟੀ ਨੂੰ ਕੁਛ ਨਹੀਂ ਕਹਿਣਾ ਕੰ ਅੱਧਾ ਜਿਦਾ ਅਗੇਂਜਮੈਂਟ ਚ ਵੜਦੇ ਨੇ ਉਧਰ ਜਾ ਕੇ ਵੀ ਆਹ ਦੇਖੋ ਮੰਗਣੀ ਵਾਲਾ ਮੁੰਡਾ ਆ ਗਿਆ ਤੇ ਕੁੜੀ ਕਹਿ ਰਹੀ ਆਹਖ ਮੇਰਾ ਦੁਲਾ ਆ ਗਿਆ ਸਿਮਰਨੂਰਲਾ ਅੱਛਾ ਸਿਮਰਨੂਰਣੀ ਜਿਹੜੀ ਉਹਨਾਂ ਦੇ ਘਰੇ ਸਿਮਰਣਾ ਹੈ ਜਿਹੜੀ ਉਹ ਮੋਟੀ ਹੋਈ ਹਣੀ ਦੂਜੀ ਸਿਮਰਨ ਕਹਿ ਰਿਆ ਉਹ ਕਹਿ ਰਹੀ ਮੇਰਾ ਦੁਲਾ ਆ ਰਿਹਾ ਆਪਾਂ ਹੁਣ ਸਟੇਜ ਤੇ ਚੱਲੇ ਆ ਹੁਣ ਸਾਡੀ ਮੰਗਣੀ ਆ ਮੇਰੇ ਦੁਲੇ ਨੂੰ ਕੁਝ ਖਵਾ ਦੋ ਤੇ ਬਾਅਦ ਚ ਪਤਾ ਲੱਗਦਾ ਸਾਲੇ ਦੋਵਾਂ ਦਾ ਵਿਆਹ ਹੀ ਨਹੀਂ ਹੈਗਾ ਕਿ ਹੋਰ ਦੀ ਵਿਆਹ ਤੇ ਗਏ ਨਹੀਂ ਕਿ ਹੋਰ ਦੀ ਮੰਗਣੀ ਤੇ ਗਏ ਨਹੀਂ ਤੇ ਥੰਬਨੇਲ ਇਹਨਾਂ ਦੋਵਾਂ ਦਾ ਲਾਤਾ ਹੁਣ ਕੱਲ ਨੂੰ ਦੇਖ ਲੈ ਆਪਾਂ ਸਾਹਮਣੇ ਲਾ ਦਾਂਗੇ ਗਲਤ ਕੋਈ ਤਾਂ ਸਾਨੂੰ ਇਹਨਾਂ ਨੇ ਬੜੀ ਸ਼ਿੱਤੀ ਬੋਲਣਾ ਕਿ ਸਾਡੇ ਥੰਬਨੇਲ ਗਲਤ ਬਣਾ ਬਣਾ ਕੇ ਲਾਉਂਦੇ ਨੇ ਖੱਡੇ ਵਲੌਗ ਚ ਹਜਿ ਚੀਜ਼ਾਂ ਚੱਕ ਲੈਂਦੇ ਜਾਂਦੀਆਂ ਨੇ ਜਿਹਦੇ ਸਾਨੂੰ ਪਤਾ ਹੀ ਨਹੀਂ ਹੈ ਹੁਣ ਤੁਸੀਂ ਦੱਸੋ ਤੁਸੀਂ ਕਿਹਦੀ ਲੋਕਾਂ ਦਾ ਵਿਊ ਲੈਣਦੇ ਤੁਹਾਨੂੰ ਕਿਹਨੇ ਵਧੀਆ ਤਰੀਕਾ ਨਾਲ ਕਿ ਥੰਬਨੇਲ ਆਪਣੀ ਕੁੜੀ ਦਾ ਲਾ ਦਿਓ ਤੇ ਵਿਆਹ ਖੇ ਹੋਰ ਦਾ ਆਹ ਵੇਖ ਲਓ ਤੂੰ ਹੀ ਨਹੀਂ ਛਦਾਈ ਬਣਾਉਂਦੇ ਲੋਕਾਂ ਨੂੰ ਆਓ ਤੇ ਉਹ ਵੀ ਉਧਰ ਛਦਾਈ ਬਣਾਈ ਜਾਂਦੇ ਆ ਇੰਡੀਅਨ ਮਮ ਕੁਕਿੰਗ ਵਾਲੇ ਅੱਜ ਦੇਖਿਓ ਕੱਲ ਵਲੌਗ ਆਇਆ ਕੋਜੀ ਸਾਹਿਬ ਦੀ ਨਵੀਂ ਸਾਲੀ ਫੌਜੀ ਸਾਹਿਬ ਸਾਹਿਬ ਫੌਜੀ ਸਾਹਿਬ ਦੀ ਨਵੀਂ ਸਾਲੀ ਤਾਂ ਸੜਦੀ ਹੈ ਨੇਲੇ ਤੇ ਦਿਲ ਆ ਹੂੰ ਉਹ ਯਾਰ ਅੱਛਾ ਉਹਨਾਂ ਦੇ ਉਹਨਾਂ ਦੇ ਘਰੇ ਕੋਈ ਸਬਸਕ੍ਰਾਈਬਰ ਆਈ ਹੈ ਉਹ ਫੌਜੀ ਮੈਨੂੰ ਹੁਣ ਕਹਿਣਾ ਤੇ ਜਿਹੜਾ ਹਨਾ ਏਜ ਵਾਧੂ ਹੈ ਪਰ ਉਹ ਮੈਨੂੰ ਲੱਗਦਾ ਥੋੜਾ ਚਲਾਕ ਜਿਹਾ ਬੰਦਾ ਨੇ ਚਾਲੂ ਜਿਹਾ ਬੰਦਾ ਉਹਨੂੰ ਉਹ ਤਾਂ ਤਾਂ ਕਹਿਣਾ ਸਾਲੀ ਬਣਾ ਲਿਆ ਕਹਿੰਦਾ ਤੁਸੀਂ ਤਾਂ ਮੇਰੇ ਸਾਲੀ ਸਹਿਬਾ ਹੋ ਤੁਸੀਂ ਤਾਂ ਮੇਰੇ ਇੱਥੇ ਤੇ ਲੱਗਦੇ ਤੇ ਬੜਾ ਜਗਾੜੀ ਫੌਜੀ ਏ ਉਹ ਤੇ ਐਂਕਲ ਬੜਾ ਜਗਾ ਅੱਛਾ ਫਰੈਸ਼ੀ ਪਾਜੀ ਸੱਚ ਮੈਨੂੰ ਹੁਣ ਖਬਰ ਦਾ ਪਤਾ ਲੱਗਾ ਜਿੱਤੇ ਜਸਨੀਤ ਨੇ ਠੱਗੇ ਹਾਂ ਬੰਦੇ ਉਦਾਂ ਇੱਕ ਹੋਰ ਯੂਟਿਊਬਰ ਨੇ ਠੱਗਲੇ ਨੇ ਲੱਗਾ ਪਤਾ ਨਹੀਂ ਪਤਾ ਇੰਡੀਆ ਦੀ ਯੂਟਿਊਬਰ ਏ ਨਮਰਾ ਕਦੀਰ ਉਹਦਾ ਨਾਮ ਹੈ ਨਮਰਾ ਕਦੀਰ ਕੁੜੀ ਮੈਂ ਵੇਖੀ ਬੜੀ ਸੋਹਣੀ ਕੁੜੀ ਏ ਵਿਆਹੀ ਏ ਅੱਛਾ ਯੂਟਿਊਬ ਤੇ ਉਹਦੇ ਸਬਸਕ੍ਰਾਈਬਰ ਨੇ 6 ਲੱਖ ਅੱਛਾ ਇੰਸਟਾਗ੍ਰਾਮ ਤੇ ਉਹਦੇ ਫੋਲੋਅਰ ਨੇ 2 ਲੱਖ 6000 ਠੀਕ ਆ ਤੇ ਬੜੀਆਂ ਵਧੀਆ ਰੀਲਾਂ ਬਣਾਉਂਦੀ ਤੂੰ ਹੀ ਦੇਖੀ ਹੋਣੀ ਸਾਰਿਆਂ ਨੇ ਵੇਖੀ ਹੋਣੀ ਉਹਨੂੰ ਨਾ ਰੀਲਾਂ ਮੈਂ ਦੇਖੀ ਹੋਵੇ ਨਾ ਨਹੀਂ ਬਤਾਉਂ ਦੇਖੀ ਤਾਂ ਜ਼ਰੂਰ ਹੋਗੀ ਤੇ ਉਹ ਉਹ ਕੁੜੀ ਨੇ ਪਤਾ ਕੀਤਾ ਵਿਆਹੀ ਸੀ ਤੇ ਉਹ ਕੁੜੀ ਨੇ ਨਾ ਮਤਲਬ ਕਿ ਕਿਸ ਨਾਲ ਸੈਟਿੰਗ ਕਰ ਲਈ ਇੰਸਟਾਗ੍ਰam ਤੇ ਕਿਸੇ ਬਿਜ਼ਨਸਮੈਨ ਨਾਲ ਉਹਦੇ ਨਾਲ ਗੱਲਾਂ ਕਰਦੀ ਰਹੀ ਹੋਟ ਮੋਟ ਜਿੱਦਾਂ ਦੀ ਫੋਨਾਂ ਤੇ ਗੱਲਾਂ ਕਰਦੇ ਨੇ ਤੇ ਮੁੜ ਕੇ ਉਹਦੇ ਕੋਲ ਉਹਨੂੰ ਕਹਿੰਦੀ ਵੀ ਮੈਂ ਤੇਰਾ ਕੀਤਾ ਹੈਗਾ ਰਿਲੇਸ਼ਨ ਵੀ ਬਣਾਇਆ ਹੋਏਗਾ ਅਪਚ ਸਰੀਰਕ ਠੀਕ ਠੀਕ ਤੇ ਉਹ ਉਹਨੇ ਹੁਣ ਧਮਕੀ ਉਹਨੂੰ ਦਿੱਤੀ ਵੀ ਮੈਨੂੰ 80 ਲੱਖ ਦੇ ਬਿਜ਼ਨਸਮੈਨ ਨੂੰ ਨਹੀਂ ਤੇ ਮੈਂ ਆਪਣੀਆਂ ਤੇ ਤੇਰੀਆਂ ਫੋਟੋਆਂ ਜਿਹੜੀਆਂ ਪਬਲੀਕਲੀ ਵਾਇਰਲ ਕਰ ਦਾਂਗਾ ਅੱਛਾ ਠੀਕ ਆ ਠੀਕ ਠੀਕ ਹਾਂ ਤੇ ਵਿਆਹੀ ਹੈ ਵੇਖੋ ਘਰ ਵਾਲੇ ਨੇ ਰਲ ਕੇ ਪਲਾਨ ਕੀਤਾ ਵੇ ਆਪਣੀ ਘਰ ਬਣਾਈ ਹਾਂ ਕੀ ਬਾਤ ਹੈ ਇਕੱਠਿਆਂ ਨੇ ਪਲਾਨ ਕੀਤਾ ਹੈ ਮਾਡਰਨ ਇੰਡੀਆ ਬਿਜ਼ਨਸਮੈਨ ਆ ਮਾਡਰਨ ਇੰਡੀਆ ਬਦਲ ਰਹਾ ਹੈ ਇੰਡੀਆ ਉਹ ਕੀ ਕਹਿੰਦੇ ਸੀ ਭਗਵੰਤ ਮਾਨ ਬਦਲ ਬਦਲਾ ਨਹੀਂ ਬਦਲਾ ਲਿਆ ਹਾਂਗੇ ਇਹਦੇ ਕੁਝ ਕਹਿੰਦੇ ਨਹੀਂ ਸੀ ਬਦਲਾ 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 ਆਓ ਅਵੇ ਬਦਲਾ ਆ ਗਿਆ ਬੈਂਜੇ ਸ਼ਰੇਮਬਲ ਡਰਾਵ ਜਰਾ ਚਲਾਈ ਜਾਂਦੇ ਬਨੇ ਲੋਕਾਂ ਦੇ ਘਰਾਂ ਵਿੱਚ ਕਿੱਡਾ ਜ਼ੁਲਮ ਹੋ ਰਿਹਾ ਫਿਰ ਅਸੀਂ ਭਾਈ ਮੈਂ ਤੁਹਾਨੂੰ ਇਹਨਾਂ ਗੱਲ ਪਰਸਪਸਾ ਉਹ ਖੁਸ਼ੀਨ ਰੁੱਲਾ ਹੋਣੀ ਨਹੀਂ ਉਹ ਕਿ ਰਿਪੋਰਟਕਾਸਟ ਗਏ ਹੈਣਾ ਉੱਬੜ ਚੜਦਾ ਮੈਂ ਪਾ ਪੋਡਕਾਸਟ ਪਹਿਲਾਂ ਸੁਣਿਆ ਸੀ ਹੈਣਾ ਉਹ ਹੁਣ ਤੁਹਾਨੂੰ ਪਤਾ ਆਪਣੀ YouTube ਦੀ ਜਿਹੜੀ ਪੇਮੈਂਟ ਆਉਂਦੀ ਹੈ ਹੈਣਾ ਪਹਿਲਾਂ ਆਪਾਂ ਨੂੰ ਘਰੇ ਲੈਟਰ ਆਉਂਦੀ ਹੈ ਵੈਰੀਫਾਈ ਕਰਦੇ ਨੇ ਬੈਂਕ ਅਕਾਊਂਟ ਮੰਗਦੇ ਨੇ ਫਿਰ ਜਾ ਕੇ ਤੁਹਾਡੇ ਘਰੇ ਅਕਾਊਂਟ ਬਣੀ ਹੁੰਦੀ ਹੈ ਉਹ ਪੋਡਕਾਸਟ ਪਰ ਕਿਦਾਂ ਕ ਮਾਰ ਰਿਹਾ ਕਹਿੰਦਾ ਸਾਨੂੰ ਤਾਂ ਪਤਾ ਹੀ ਨਹੀਂ ਸੀ YouTube ਤੋਂ ਪੈਸੇ ਆਉਂਦੇ ਨੇ ਤੇ ਪਹਿਲੇ ਮਹੀਨੇ ਆਪਾਂ ਬਲੌਗ ਪ ਤੇ ਖੁਸ਼ੀ ਕਹਿੰਦੀ ਓ ਮਾਈ ਗੋਡ 25000 ਕਿੱਥੋਂ ਆ ਗਿਆ ਤੇ ਮੈਂ ਕਹਾਂ ਹੁਣ ਕੀ ਹੁਣ ਤਾਂ ਕੀ ਕਰੀਏ ਤੇ ਕਹਿੰਦਾ 25000 ਖਰਚ ਦੋ ਖੁਸ਼ੀ ਕਹਿੰਦੀ ਖਰਚ ਦੋ ਕਹਿੰਦਾ ਮੈਂ ਖਰਚਤਾ ਅਗਲੇ ਮਹੀਨੇ ਮੇਰੇ ਕੋਲ ਫਿਰ 50000 ਆ ਗਿਆ ਖੁਸ਼ੀ ਕਹਿੰਦੀ ਇਹ ਤਾਂ ਕੀ ਕਰੀਏ ਇਹ ਕਿੱਥੋਂ ਆ ਗਿਆ ਕਹਿੰਦਾ ਮੈਂ ਕਹਾਂ ਖਰਚ ਦੋ ਕਿਹਾ ਅਗਲੇ ਮਹੀਨੇ ਮੇਰੇ ਕੋਲ 1.5 ਲੱਖ ਆ ਗਿਆ ਤੇ ਮੈਂ ਕਦੇ ਪੈਸੇ ਆਏ ਕਿੱਥੋਂ ਜਾਂਦੇ ਨੇ ਮੈਨੂੰ ਪਤਾ ਹੀ ਨਹੀਂਗਾ ਹਨਾ ਮਾਨੂੰ ਤਾਂ ਪਤਾ ਨਹੀਂ ਸੀ ਕਿ ਜਿਉਟੂ ਤਾਂ ਪੈਸੇ ਹੁੰਦੇ ਨੇ ਉਹਨੂੰ ਕਹਾਂ ਸਾਲਿਆ ਖੱਪੜ ਖਾਏਗਾ ਇਹਨਾਂ ਕਰੇ ਲੈਟਰ ਆਉਂਦੀ ਆ ਅਖੜੇ ਵੈਰੀਫਾਈ ਕਰਦੇ ਨੇ ਕਿ ਬੰਦਾ ਅਸਲੀ ਹੈਗਾ ਕਿ ਨਹੀਂਗਾ ਤੇ ਫਿਰ ਜਿਹੜੇ ਪੈਸੇ ਆਉਂਦੇ ਨੇ ਹਨਾ ਸਭ ਪੈਸੇ ਆਉਂਦੇ ਤੈਨੂੰ ਪਤਾ ਹੀ ਨਹੀਂ ਦੱਸ ਐਡਾ ਫੁੱਟ ਲੋਕ ਜਨਤ ਉਹ ਜਿਹੜੇ ਅੱਛਾ ਇਹ ਜਿਹੜੇ ਵਿਵੇਕ ਹੋਰੇ ਨੇ ਉਹ ਕਹਿੰਦੇ ਆਹੋ ਵਿਵੇਕ ਖੁਸ਼ੀ ਚੌਧਰੀ ਖੁਸ਼ੀ ਵਿਵੇਕ ਅੱਛਾ ਅੱਛਾ ਆਹ ਐਡਾ ਬੁਲਣ ਡਿਆ ਸੀ ਤੇ ਤੂੰ ਖੁਸ਼ੀ ਨੇ ਰੂਲਾ ਕਹਿ ਗਿਆ ਨਾ ਪਹਿਲਾਂ ਮੈਂ ਤਾਂ ਮੈਂ ਕਿਹਾ ਹੈ ਖੁਸ਼ੀ ਨਾ ਰੂਲਾ ਕਿਹੜੀ ਅੱਛਾ ਗਲਤੀ ਨਾਲ ਬਲ ਗਿਆ ਤਾਂ ਨਿਆਣੀ ਹੈ ਵਿਚਾਰੀ ਹਜੇ ਖੁਸ਼ੀ ਚੌਧਰੀ ਕਹਿਣਾ ਸੀਗਾ ਆਹੋ ਖੁਸ਼ੀ ਚੌਧਰੀ ਚ ਆਹੋ ਤੇ ਦੱਸ ਕਿੱਡਾ ਫੋਡੂ ਬਣਾਉਂਦੇ ਨੇ ਨਾ ਕਿ ਆ ਅੱਜ ਦਿਦਰਾ ਆਪਾਂ ਕਰ ਲੈਨੇ ਆ ਸਾਨੂੰ ਤਾਂ ਪਤਾ ਹੀ ਨਹੀਂ ਪੈਸੇ ਹੁੰਦੇ ਤਾਂ ਸਾਨੂੰ ਤਾਂ ਪਤਾ ਹੀ ਨਹੀਂਗਾ ਤੇ ਮੈਨੂੰ ਪਿਛੇ ਦੇਖ ਕੇ ਨੇ ਮੈਸੇਜ ਕੀਤਾ ਉਹ ਬੰਦਾ ਨਾ ਇਨਾ ਘਰੇ ਕੰਬੈਨ ਇੱਕ ਮੂੰਹ ਲੱਗ ਜਾਂਦਾ ਕਦੇ ਪੰਜਾਬੀ ਬਲੌਗਰ ਕਰੇ ਤੇ ਉਹ ਕਹਿੰਦਾ ਭਾਜੀ ਤੁਹਾਨੂੰ ਪਤਾ ਫੌਜ ਚ ਭਾਜੀ ਲੱਗੇ ਰਹੇ ਨੇ ਮੈਂ ਕਿਹਾ ਹਾਂ ਪਤਾ ਕਹਿੰਦਾ ਤੁਹਾਨੂੰ ਪਤਾ ਜੰਗਾ ਦੀਆਂ ਸਟੋਰੀਆਂ ਸੁਣਾਉਂਦੇ ਰਿਹਾ ਆਪਾਂ ਜੰਗ ਇਹ ਲੜੀ ਮੈਂ ਇਹ ਲੜੀ ਮੈਂ ਕਿਹਾ ਹਾਂਜੀ ਪਤਾ ਕਹਿੰਦਾ ਪਰ ਪਤਾ ਚਿੰਦਰਾ ਕਰ ਰਹੇ ਉਹ ਤਾਂ ਲੰਗਰੀ ਸੀਗਾ ਮੈਨੂੰ ਪਤਾ ਹੀ ਨਹੀਂ ਪਤਾ ਇਹ ਗੱਲ ਦਾ ਪਰ ਕਹਿੰਦਾ ਮੈਂ ਤਾਂ ਅਗਰ ਮੈਂ ਲੈ ਕੇ ਜਾਂਦਾ ਰਿਹਾ ਭਾਜੀ ਮੇਰਾ ਨਾਣਾ ਲਿਓ ਪਰ ਕਹਿੰਦਾ ਪੂਰੇ ਪਿੰਡ ਨੂੰ ਵਜਲਾ ਕਹਿੰਦਾ ਤਾਂ ਫੋਚ ਲਾਂਗਰੀ ਲੱਗਾ ਸੀਗਾ ਤੇ ਚੰਗਣ ਸਟੋਰੀ ਕਾ ਤੋ ਸੁਣਾਉਂਦੇ ਨੇ ਕਿ ਆਪਾਂ ਕਰਨ ਚਲਾਈ ਜਾਓ ਕਰਨ ਚਲਾਈ ਵੇ ਸੱਚ ਇਹ ਮੈਨੂੰ ਗੱਲਾਂ ਤੂੰ ਫਿਰ ਗੱਲ ਯਾਦ ਆ ਗਈ ਫਿਰ ਇਹ ਭਾਜੀ ਇੱਕ ਨਾ ਅਮਰੀਕਾ ਦੇ ਵਿੱਚ ਨਵਾਂ ਨਵੀਂ ਖਬਰ ਆਈ ਅਮਰੀਕਾ ਚ ਨਾ ਗੜੀ ਗੜੀ ਅਮਰੀਕਾ ਚ ਇੱਕ ਬੰਦੇ ਨੇ ਇੱਕ ਬੁੱਢਾ ਸੀ ਹੂੰ ਤੂੰ ਜਕੀਨ ਹੀ ਨਹੀਂ ਕਰ ਸਕਦਾ ਭਾਈ ਭਾਜੀ ਉਹ ਬੰਦਾ 62 ਸਾਲ ਤੱਕ 62 ਸਾਲ ਤੱਕ ਗੁੰਗਾ ਤੇ ਬੋਲਾ ਬਣਿਆ ਰਿਆ ਆਪਣੇ ਘਰ ਦੇ ਨੇ ਸਾਹਮਣੇ ਆਪਣੀ ਘਰ ਵਾਲੀ ਦੇ ਸਾਹਮਣੇ ਨਾ ਕਹਿੰਦਾ ਮੈਂ ਗੁੰਗਾ ਹੋ ਗਿਆ ਮੈਂ ਬੋਲਾ ਵਾਂ ਮੈਨੂੰ ਸੁਣਿੰਦਾ ਨਹੀਂ ਕੁਛ 62 ਸਾਲ ਤੱਕ ਬੰਦਾ ਝੂਠ ਬੋਲਦਾ ਰਿਹਾ ਪੁੱਛ ਕਿਉਂ ਕਿਉਂ ਘਰ ਵਾਲੀ ਬਹੁਤਾ ਬੋਲਦੀ ਸੀ ਉਹਦੀ ਕਹਿੰਦਾ ਮੇਰੇ ਸੱਚੀ ਸੱਚੀ ਗੱਲ ਏ ਸੱਚੀ ਕੱਟਦਾ ਹੈ ਬੰਦੇ ਦਾ ਨਾਂ ਸੀ ਇੱਕ ਬੰਦੇ ਨੂੰ ਬੰਦੇ ਦਾ ਨਾਂ ਪੜ ਲਾਂਦੇ ਇਹ ਅਮਰੀਕਾ ਦੇ ਨਾ ਉੱਥੇ ਦੀ ਗੱਲ ਏ ਵਾਟਰ ਬੈਰੀ ਕੋਈ ਸ਼ਹਿਰ ਏ ਅਮਰੀਕਾ ਚ ਠੀਕ ਹੈ ਉੱਥੇ ਦੀ ਗੱਲ ਏ ਬੰਦੇ ਦਾ ਨਾਂ ਸੀ ਇਸ ਤਰ੍ਹਾਂ ਬੈਰੀ ਬੰਦੇ ਦਾ ਨਾਂ ਸੀ ਬੈਰੀ ਅੱਛਾ ਹੈ ਤੇ ਉਹਨਾਂ ਨੇ ਹਾਂ ਤੇ ਉਹ ਉਹ ਨਾ ਬੋਲਾ ਬਣ ਗਿਆ ਗੁੰਗਾ ਬਣ ਗਿਆ 84 ਸਾਲਾਂ ਦਾ ਹੋਣ ਉਹਦੀ 84 ਸਾਲ ਉਮਰ ਏ ਤੇ 62 ਸਾਲ ਵਿਆਹ ਹੋ ਗਿਆ ਉਹਨਾਂ ਦਾ ਕੋਈ 20 22 ਸਾਲ ਦੀ ਉਮਰ ਚ ਬਿਲਕੁਲ ਉਹਨੂੰ ਜਨਾਨੀ ਦਾ 2 ਸਾਲਾਂ ਚ ਪਤਾ ਲੱਗ ਗਿਆ ਵੀ ਇਹ ਤਾਂ ਬਹੁਤ ਬੋਲਦੀ ਦਿਮਾਗ ਉਹ ਖਾਂਦੀ ਮੈਂ ਇਹਦੇ ਨਾਲ ਸਾਰੀ ਜ਼ਿੰਦਗੀ ਕਿੱਦਾਂ ਕੱਢਾਂਗਾ ਮੈਨੂੰ ਵਧੀਆ ਆਈਡੀਆ ਲੱਗਾ ਉਹਨੇ ਇੱਕ ਦਿਨ ਇੱਕ ਦਿਨ ਭਾਨਾ ਮਾਰਿਆ ਤੇ ਉਹ ਪਤਾ ਨਹੀਂ ਕੋਈ ਐਕਸੀਡੈਂਟ ਪੜਾ ਝੂਠਾ ਮੂਠਾ ਕਰਾ ਲਿਆ ਤੇ ਕਹਿੰਦਾ ਵੀ ਮੈਂ ਹੁਣ ਅੱਜ ਤੋਂ ਬਾਅਦ ਨਾ ਬੋਲਾ ਗੁੰਗਾ ਹੋ ਗਿਆ ਤੇ ਹੁਣ ਖਾਸਾ ਹੋਇਆ ਹੈ ਇੱਕ ਦਿਨ ਉਹਨੂੰ YouTube ਤੇ ਫੜ ਲਿਆ ਅੱਛਾ YouTube ਵੇਖ ਰਿਆ ਸੀ ਨਾਲ ਡਾਂਸ ਕਰ ਲਿਆ ਉਹਨੂੰ ਫੜ ਲਿਆ ਤੇ ਉਹ ਤੇ ਕੇਚ ਕੀਤਾ ਉਹਦੀ ਘਰ ਵਾਲੀ ਨੇ ਕਹਿੰਦੀ ਤੂੰ ਇਹਨੇ ਮੈਨੂੰ ਝੂਠ ਬੋਲਿਆ ਵੇ ਚੱਲੇ ਕੋਈ ਨਾ ਐਂਡ ਦੇ ਭਾਂਡਾ ਅਦਾਲਤ ਚ ਕੇਸ ਏ ਉਹਦੀ ਘਰ ਵਾਲੀ ਨੇ ਕੇਸ ਕੀਤਾ ਵੇ ਕਹਿੰਦੀ ਨੇ ਮੈਨੂੰ ਪਾਗਲ ਬਣਾਇਆ 62 ਸਾਲ ਤੱਕ ਅਤੇ ਮੈਨੂੰ ਹਰਜਾਨਾ ਚਾਹੀਦਾ 62 ਸਾਲ ਜਿੰਨਾ ਹਾਂ ਵੇਹ ਲਾ ਲੋ ਕੀ ਕਿਦਾਂ ਕਿਦਾਂ ਦੀਆਂ ਯਰ ਸ਼ਕੀਮਾਂ ਤੇ ਫ੍ਰੈਸ਼ੀ ਭਾਜੀ ਪੌਡਕਾਸਟ ਮੈਨੂੰ ਲੱਗਦਾ ਸਾਡਾ ਵੱਡਾ ਹੀ ਜਾਣ ਰਿਹਾ ਮੈਂ ਤਾਂ ਅੱਜ ਕਹਾਣੀ ਸੁਣਾਣੀ ਸੀ ਓਸ਼ੋ ਦੀ ਚਲੋ ਕੋਈ ਨਾ ਅਗਲੀ ਸੁਣਾ ਦੇ ਹੁਣ ਆਪਾਂ ਨਾ ਮੈਂ ਤੁਹਾਨੂੰ ਕਹਿਣਾ ਸੀ ਵੈਸੇ ਜਨਤਾ ਸਾਹਮਣੇ ਕਹਿ ਦਿੰਨਾ ਕੀ ਥੋੜਾ ਨਾ ਪੋਡਕਾਸਟ ਵੀ ਆਪਾਂ ਤੀਜੇ ਚੌਥੇ ਦਿਨ ਪਾ ਦਿਆ ਕਰੀਏ ਇੰਨਾ ਟਾਈਮ ਨਹੀਂ ਜਨਤਾ ਇਹ ਨਾ ਭੁੱਲੀ ਜਾਵੇ ਸਾਨੂੰ ਜਨਤਾ ਜਨਤਾ ਤੇ ਤੂੰ 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 ਲੇਟ ਕੀਤਾ ਇਹਨੇ ਲੇਟ ਕਰਿਆ ਤੈਨ੍ਹ ਜੀ ਬਿਮਾਰ ਹੋਇਆ ਸੀ 10 12 ਦਿਨ ਬੋਏ ਬਿਮਾਰ ਰਿਹਾ ਇਹਦੇ ਕਰਕੇ ਡਿਲੇਟ ਹੋਇਆ ਮੈਂ ਤੇਨੂੰ ਦੋ ਜਣੇ ਕਰੀਏ ਕਰੀਏ ਗਲੇ ਦਾ ਚੱਕਰ ਆ ਜੀ ਵੀ ਨਿਕਲਿਆ ਚੰਗੀ ਤਰ੍ਹਾਂ ਸਹੀ ਹੋਇਆ ਗਲੇ ਦਾ ਚੱਕਰ ਆ ਤੇ ਕੋਈ ਨਾ ਹੁਣ ਕੋਈ ਚੱਕਰ ਨਹੀਂ ਤੀਜੇ ਚੌਥੇ ਦਿਨ ਬਾਈ ਪੋਡਕਾਸਟ ਵੀ ਪਾ ਦਿਆ ਕਰਨਾ ਤੇ ਆਹ ਪੋਡਕਾਸਟ ਦਾ ਐਪੈਂਡ ਕਰਦੇ ਆ ਕਿਉਂਕਿ ਫੌਜੀ ਸਾਹਿਬ ਦੀ ਨਵੀਂ ਸਾਲੀ ਕਿਉਂਕਿ ਫੌਜੀ ਸਾਹਿਬ ਕੀ ਇਹ ਗੱਲ ਸੱਚ ਹੈ ਇੱਕ ਮਿੰਟ ਵਿੱਚ ਦੱਸਿਓ ਕੀ ਗੱਲ ਸੱਚ ਹੈ ਤੇ ਮੀਤੀ ਕਲੇਰ ਚੱਲੀ ਏ ਉੱਥੇ ਜੋਨੀ ਸੀਸ ਕੋਲ ਕੀ ਗੱਲ ਸੱਚ ਇੱਕ ਜੰਦੇ ਸਾਹਿਬ ਨਾਲ ਤੇ ਕੀ ਜੰਦੇ ਤੁਹਾਨੂੰ ਹੋਰ ਗੱਲ ਦੱਸਾਂ ਇਹਦਾ ਨਾ ਵਲੌਗ ਦੇਖਿਓ ਫੌਜੀ ਸਾਹਿਬ ਵਾਲਾ ਹਣਾ ਇਹ ਨਾ ਉਹਨੂੰ ਵੀ ਬਾਦ ਛੱਡਣ ਚੱਲੇ ਸੀ ਘਰੇ ਅੰਟੀ ਨੂੰ ਕਿ ਆਪਾਂ ਘਰੇ ਛੱਡੋਨੇ ਆ ਅੱਗੇ ਆ ਗਿਆ ਟੋਲ ਪਲਾਜ਼ਾ ਹੁਣ ਟੋਲ ਪਲਾਜ਼ੇ ਤੇ ਗਿਆ ਤਾਂ ਪੈਸੇ ਭਰਨੇ ਬਣੇ ਅੰਟੀ ਨੂੰ ਟੋਲ ਤੇ ਛੱਡ ਆਏ ਕਹਿੰਦੇ ਇਥੋਂ ਬਸ ਮੈਸੇਜ ਉਹ ਇਹਦੀ ਉਹ ਪੈ ਲੂ ਇਹ ਡਾਕ ਕੰਜੂਸ ਟੱਬਰ ਹੈ ਯਾਰ ਫਰੇਸ਼ੀ ਭਾਜੀ ਅੰਤ ਇਹਨੂੰ ਤੋਂ ਕਿੱਥੇ ਕਿੰਨੇ ਤੇ ਬੱਸ ਮਿਲ ਜਾਣੀ ਹੈ ਟੋਲ ਤੋਂ ਪਿੱਛੇ ਘੱਡੀ ਤੋੜ ਲਈ ਔਖਾ ਵੇਜ ਚਲੋ ਕੋਈ ਚੱਕਰ ਨਹੀਂ ਕਰਦੇ ਆਪਾਂ ਪੋਡਕਾਸਟ ਦਾ ਅੰਤ ਤੇ ਲਈਏ ਇਜਾਜ਼ਤ ਜਨਤਾ ਤੋਂ ਫਿਰ ਬਈ ਬਿਲਕੁਲ ਬਿਲਕੁਲ ਤੇ ਨਾਲੇ ਵਿੱਚ ਵਿੱਚ ਨਾ ਇਹ ਹੁਣ ਆਪਾਂ ਜੇ ਕਿਸੇ ਪੋਡਕਾਸਟ ਸਾਡੇ ਕੋਲ ਸਟੋਰੀ ਨਾ ਸੁਣਾਣ ਹੋਈ ਤੇ ਫ੍ਰੈਂਚ ਭਾਜੀ ਪਾ ਇੱਕ ਦਿਨ ਸੋਚਦੇ ਨਹੀਂ ਪਏ ਸੀ ਕਿ ਕਦੀ ਤੂੰ ਕੱਲਾ ਆ ਗਿਆ ਕੋਈ ਸਟੋਰੀ ਸੁਣਾ ਆ ਗਿਆ ਮੈਂ ਕੱਲਾ ਆ ਗਿਆ ਮੈਂ ਸਟੋਰੀ ਸੁਣਾ ਆ ਗਿਆ ਅਜਿਹਾ ਨਾ ਹੁਣ ਆਪਾਂ ਮਤਲਬ ਕਿ ਅ ਰੈਗੂਲਰ ਆਇਆ ਕਰਾਂਗੇ ਇਹਦੇ ਤੇ ਵੀ ਤੇ ਉਹਦੇ ਤੇ ਵੀ ਕਿਉਂਕਿ ਕੰਮ ਸ਼ਮ ਚੱਲ ਰਹੇ ਨੇ ਜਿੱਤੇਕ ਬਹੁਤ ਲੈਵਲਾਂ ਦੇ ਕੰਮ ਕਰਨਾ ਚਾਹ ਰਹੇ ਆ ਸੀਪੀ ਵਧੀਆ ਕੰਮ ਦੇਈ ਹੈ ਹਨਾ ਇਹ ਆਹ ਕੰਪੀਟੀਸ਼ਨ ਹੀ ਵਾਧੂ ਆ ਰਿਹਾ ਹੁਣ ਅੱਜਕੱਲ ਇੰਡਸਟਰੀ 'ਚ ਤੇ ਕੋਈ ਚੱਕਰ ਨਹੀਂ ਕੰਪੀਟੀਸ਼ਨ ਇਹ ਆਪਣਾ ਸਾਬੀ ਭਾਈ ਦਾ ਵਿਆਹ ਰਿਹਾ ਨਾ ਪੜ ਗਿਆ ਨਾਲ ਮੈਂ ਕੰਪੀਟੀਸ਼ਨ ਉਹਨਾਂ ਨੂੰ ਗਿਆ ਇਹ ਅੱਛਾ ਹਾਂ ਠੀਕ ਠੀਕ ਨਹੀਂ ਨਹੀਂ ਯਾਦ ਕਰਦਾ ਸਾਰੇ ਜਾਣੇ ਵਧੀਆ ਕੰਮ ਕਰੋ ਤੇ ਸਾਰੇ ਜਾਣੇ ਵਧੀਆ ਉਹਦੇ ਕੰਟੈਂਟ ਲਿਆਓ ਪਤਾ ਇਹੀ ਕਹਿੰਨੇ ਆ ਪਰ ਇਹ ਗੱਲ ਇਹ ਆ ਕਿ ਕੋ ਵਧੀਆ ਕੰਟੈਂਟ ਲਿਆਓ ਯਾਰ ਹੁਣ ਫੋਜੀ ਸਾਹਿਬ ਦੀ ਸਾਲੀ ਦਾ ਬਾਕੀ ਕਰਨਾ ਫੋਜੀ ਸਾਹਿਬ ਦੀ ਸਾਲੀ ਦਾ ਬਾਕੀ ਕਰਨਾ ਬਾਕੀ ਇੱਕੋ ਫੋਜੀ ਸਾਹਿਬ ਦੀ ਸਾਲੀ ਤੋਂ ਕੀ ਕਰਨਾ ਤੇ ਇੱਕ ਹੋਰ ਕੰਟਰੋਵਰਸੀ ਫਰੇਈ ਸੀ ਭਾਜੀ ਜਿੱਤੇ ਪੰਜ ਗੱਲ ਕਰਨੀ ਸੀ ਇੰਦਰੀਜਸ ਵਾਲ ਭਾਜੀ ਦੀ ਤੇ ਉਹ ਹੋਰ ਰਤੇਸ਼ ਲੱਖੀ ਦੀ ਕਰ ਲੀਏ ਕਰ ਲੀਏ ਮਣੀ ਜੀ ਗੱਲ ਤੋਂ ਦੋ ਮਿੰਟ ਕਰ ਹੀ ਲੈਨੇ ਕਰ ਲੋ ਕਰ ਲੈਨੇ ਚਲ ਕਰ ਲੈਨੇ ਆ ਐ ਰਤੇਸ਼ ਲੱਖੀ ਨੇ ਪਤਾ ਹੈ ਕਿਹਾ ਸੀ ਵੀ ਗੋਲਡੀ ਬਰਾੜ ਫੜਿਆ ਗਿਆ ਹੈ ਨਾ ਤੇ ਬਾਅਦ ਚ ਉਹਨੇ ਕਿਹਾ ਵੀ ਨਹੀਂ ਫੜਿਆ ਗਿਆ ਭਵੰਤਵਾਨ ਨੇ ਵੀ ਕਿਹਾ ਫੜਿਆ ਗਿਆ ਤੇ ਹੁਣ ਯਾਰ ਸਾਨੂੰ ਮੈਨੂੰ ਰਤੇਸ਼ ਲਖੀ ਬਹੁਤ ਵਧੀਆ ਲੱਗਦਾ ਫਿਰ ਅਚੀ ਤੈਨੂੰ ਕਿਹਦਾ ਲੱਗਦਾ ਰਿਪੋਰਟਰ ਰਤੇਸ਼ ਲਖੀ ਬਈ ਬਹੁਤ ਰਿਪੋਰਟਾਂ ਜਿਆ ਵਧੀਆ ਲੱਗਦੀਆਂ ਨੇ ਮੈਂ ਤਾਂ ਜਦੋਂ ਹੁਣ ਹੋਰ ਸਿੱਧੂ ਮਸੂਏ ਦੇ ਕੰਡ ਤੋਂ ਬਾਅਦ ਜ਼ਿਆਦਾ ਲੋਕੀ ਸੁਰਖੀਆਂ 'ਚ ਆਇਆ ਨਾ ਪਰ ਪਹਿਲਾਂ ਉਹ ਗੈਂਗਸਟਰਾਂ ਦੀਆਂ ਸਟੋਰੀਆਂ ਸੁਣਾਉਂਦਾ ਹੁੰਦਾ ਸੀ ਕਿ ਕਿਹੜਾ ਕਿੱਥੋਂ ਕਿੱਥੋਂ ਹੈ ਨਾ ਮੈਨੂੰ ਰੋਲ ਦੇਖਦਾ ਹਾਂ ਉਹਨੂੰ ਤੇ ਮੈਨੂੰ ਤਾਂ ਵਧੀਆ ਲੱਗਦਾ ਯਾਰ ਬੰਦਾ ਹਨਾ ਜੈਨੂਅਲ ਸਟੋਰੀ ਹੁੰਦੀਆਂ ਨੇ ਪਰਸਨਲ ਉਹ ਵੀ ਸਟੋਰੀ ਹੁੰਦੀਆਂ ਨੇ ਬਹੁਤ ਰਿਸਰਚ ਕਰਦਾ ਯਾਰ ਬਹੁਤ ਜ਼ਿਆਦਾ ਮਿਹਨਤ ਕਰਦਾ ਤੇ ਅਸੀਂ ਬੜੇ ਯਾਨ ਹਿੰਦੀ ਵੀ ਉਹਨੂੰ ਪਸੰਦ ਕਰਦਾ ਕਿਉਂਕਿ ਹਿੰਦੀ ਦੇ ਸਵਾਲ ਦੀ ਮੈਂ ਤਕਰੀਬਨ ਵੀਡੀਓ ਮੈਂ ਵੇਖਦਾ ਵੇਖਦਾ ਹਿੰਦੀ ਦੇ ਸਵਾਲ ਦੀਆਂ ਤੇ ਹਿੰਦੀ ਦੇ ਸਵਾਲ ਮਹੀਨਾ ਡੇਢ ਪਹਿਲਾਂ ਵੀ ਕਹਿੰਦਾ ਸੀ ਵੀ ਰਤੇਸ਼ ਲੱਖੀ ਜਿਹੜਾ ਨਾ ਭਾਜੀ ਉਹਦਾ ਚੈਨਲ ਸਬਸਕ੍ਰਾਈਬ ਕਰ ਲਓ ਬਹੁਤ ਵਧੀਆ ਰਿਪੋਰਟਿੰਗ ਕਰਦਾ ਪਰ ਚੰਗੀ ਗੱਲ ਨਹੀਂ ਬੰਦਿਆਂ ਨੂੰ ਦੱਸੀ ਜਾਂਦੀ ਨਾ ਜਦੋਂ ਕੋਈ ਇਹੇ ਬਾਰੇ ਕੋਈ ਬੰਦਾ ਮਾੜਾ ਜਾਂ ਬੋਲੇ ਨਾ ਉਹ ਗੱਲ ਬੜੀ ਜਲਦੀ ਉਹਦੇ ਕੋ ਪਛਾਈਆਂ ਜਾਂਦੀਆਂ ਨੇ ਪਰ ਜਿੱਥੇ ਸਿਫਤ ਕੀਤੀ ਹੁੰਦੀ ਨਾ ਉਹ ਗੱਲਾਂ ਨਹੀਂ ਪਛਾਈਆਂ ਜਾਂਦੀਆਂ ਤੇ ਰਤੇਸ਼ ਲਖੀ ਭਾਜੀ ਜੇ ਤੁਸੀਂ ਸਾਡੀ ਵੀਡੀਓ ਵੇਖਦੇ ਹੋ ਮੈਂ ਤੁਹਾਨੂੰ ਦੱਸਾਂ ਇੰਦੀ ਚ ਸਵਾਲ ਨੇ ਤੁਹਾਡੀ ਡਿਕਵਰੀ ਬੜੀ ਵਾਰੀ ਸਿਫਤ ਕੀਤੀ ਏ ਫਿਰ ਰਤੇਸ਼ ਲਖੀ ਇੱਕ ਬੰਦਾ ਜਿਹੜਾ ਸਹੀ ਬੋਲਦਾ ਸੱਚ ਬੋਲਦਾ ਤੇ ਇਹਦਾ ਚੈਨਲ ਸਬਸਕ੍ਰਾਈਬ ਕਰ ਲਓ ਤੇ ਹੁਣ ਨਾ ਹੁਣ ਸਰਕਾਰ ਸਰਕਾਰ ਜੇ ਕੋ ਮਾੜੇ ਮੋਟਾ ਗਲਤ ਕੰਮ ਕਰੇ ਤੇ ਉਹਨਾਂ ਤੇ ਕੌਣ ਨਜ਼ਰ ਰੱਖਦਾ ਹੈ মিডিਆ ਨਜ਼ਰ ਰੱਖਦਾ ਰਿਪੋਰਟਰ ਨਜ਼ਰ ਰੱਖਦੇ ਨੇ ਨਾ ਤੇ ਹੁਣ ਜੇ ਰਿਪੋਰਟਰ ਹੀ ਵਿੱਕ ਜਾਣ ਰਤੇਸ਼ ਲਖੀ ਨਹੀਂ ਵਿਕਿਆ ਪਰ ਇੰਡੀਆ ਦਾ ਜਿਹੜਾ ਮੈਜੋਰਟੀ ਏ 90% মিডিਆ ਵੀ ਕਿਹਾ ਹੀ ਏ ਅੱਜ ਤੱਕ ਜੀ ਨਿਊਜ਼ ਸਾਰਾ মিডিਆ ਵੀ ਕਿਹਾ ਯਾਰ ਡੇਲੀ ਪੋਸਟ ਹੋ ਗਿਆ ਪੰਜਾਬ ਚ ਲਾ ਲੋ ਪਰ ਉਹ ਪੰਜਾਬ ਵੀ ਤਕਰੀਬਨ ਸਾਰਿਆਂ ਨੂੰ ਪਤਾ ਹੀ ਏ ਤੇ ਇਹ ਚੈਨਲ ਜਾਨੀ ਕਿ ਤਕਰੀਬਨ মিডিਆ ਵੀ ਕਿਹਾ ਹੀ ਏ ਹੁਣ ਜੇ ਪੱਤਰਕਾਰ ਵੀ ਵਿਕ ਜਾਣ মিডিਆ ਵੀ ਵਿਕ ਜੇ ਤੇ ਇਹਨਾਂ ਨੂੰ ਜਾਣ ਸਰਕਾਰ ਨੂੰ ਲਗਾਮ ਲਾਉਂਦਾ মিডিਆ ਤੇ মিডিਆ ਨੂੰ ਕੌਣ ਲਗਾਮ ਲਾਏਗਾ মিডিਆ ਨੂੰ ਜੇ ਆਪਾਂ ਆਮ ਲੋਕੀ ਆਮ ਲੋਕੀ ਜੇ ਬੋਲਾਂਗੇ ਜਾਂ ਕਿ ਸਾਨੂੰ ਚੰਗੇ ਲੱਗੇ ਮਾੜੀ ਲੱਗੀ ਆਮ ਲੋਕੀ ਬੋਲਾਂਗੇ ਔਰ ਕੋਣ ਬੋਲ ਸਕਦਾ ਆ ਤੇ ਹੁਣ ਸਾਡੇ ਕੋਲ ਪਲੇਟਫਾਰਮ ਕੀ ਹੈ ਆਪਾਂ ਕਿੱਦਾਂ ਆਵਾਜ਼ ਪਿਚਾਵਾਂਗੇ ਸੋਸ਼ਲ ਮੀਡੀਆ ਹੀ ਨਾ ਹਾਂ ਇਦੀ ਤਾਂ ਆਵਾਜ਼ ਪਿਚਾਵਾਂਗੇ ਨਾ ਵੀ ਆ ਆ ਸਰਕਾਰ ਗਲਤ ਕਰ ਰਹੀ ਆ رپورਟਰ ਯਾਰ ਗਲਤ ਕਰ ਰਹੀ ਆ ਹੁਣ ਰਤੇਸ਼ ਲਖੇ ਸੀ ਪਾਜੀ ਅਸੀਂ ਤੁਹਾਡੇ ਫੈਨ ਆ ਤੇ ਇਹ ਫਰੀडम ਆਫ ਸਪੀਚ ਹੈ ਸਾਨੂੰ ਬੋਲਣ ਦਾ ਹੱਕ ਹੈ ਆਪਾਂ ਬੋਲ ਸਕਦੇ ਮੈਂ ਇਹਨਾਂ ਦੀ ਨਾ ਆ ਵੀਡੀਓ ਵੇਖੀ ਜਿੱਦੇ ਚ ਨਾ ਇਹ ਹਿੰਦੀ ਚ ਸਵਾਲ ਨੂੰ ਕਹਿ ਰਹੇ ਸੀ ਵੀ ਇਹ ਫੇਸਬੁੱਕ ਹੀ ਇਹਨੇ YouTube ਵੀ ਇਹਨੇ ਇਹ ਮੂੰਹ ਚੱਕ ਕੇ ਮਤਲਬ ਕਿ ਕੋਈ ਰਿਸਰਚ ਨਹੀਂ ਕਰਦੇ ਤੇ ਇਦਾਂ ਬੋਲਣ ਲੱਗ ਪੈਂਦੇ ਨੇ ਮਤਲਬ ਕਿ ਨਹੀਂ ਰਿਸਰਚ ਚਲੋ ਨੇ ਕਿਹੜਾ ਸਾਨੂੰ ਕਿਹਾ ਕਹਿੰਦਾ ਤੇ ਉਹ ਇੰਦੀ ਜੀ ਸਵਾਲ ਨੂੰ ਪਿਆ ਸੀ ਪਰ ਫਿਰ ਵੀ ਮੈਂ ਉਹਦੇ ਬਿਹਫ ਤੇ ਕਹਦਾ ਨਾ ਹਾਲਾਂਕਿ ਮੈਨੂੰ ਨਹੀਂ ਇੰਦੀ ਜੀ ਸਵਾਲ ਵੀਰੇ ਨੇ ਕਿਹਾ ਵੀ ਤੂੰ ਬੋਲੀ ਤੇ ਨਾ ਉਹ ਕਦੀ ਵੀ ਨਹੀਂ ਵੀਰੇ ਨੇ ਕਿਹਾ ਯਾਰ ਹੁਣੀ ਦਨ ਕਦੀ ਵੀ ਨਹੀਂ ਕਹਿੰਦਾ ਉਹ ਬਿੰਨੂ ਕੋਈ ਨੂੰ ਵਾਹੇ ਮੈਨੂੰ ਦੁੱਖ ਲੱਗਦਾ ਹੁੰਦਾ ਮੈਂ ਦੋਨੇ ਕਿਉਂਕਿ ਮੈਨੂੰ ਪਤਾ ਇੰਦੀ ਜੀ ਸਵਾਲ ਕਿਦਾਂ ਦਾ ਹੈ ਨਾ ਅਸੀਂ ਉਹਦੀ ਚੰਗੀਆਂ ਚੀਜ਼ਾਂ ਵੀ ਵੇਖੀ ਦੀਆਂ ਨੇ ਦੇ ਰਤੇਸ਼ ਲਖੀ ਤੱਕ ਹੋ ਸਕਦਾ ਜਿਨੇ ਵੀ ਉਹ ਖਬਰ ਪਹਚਾਈ ਹੋਗੀ ਉਹਨੇ ਇਹ ਨਹੀਂ ਪਹਚਾਇਆ ਹੋਣਾ ਵੀ ਇੰਦੀ ਜੇ ਸਵਾਲ ਤੇਰੀ ਤੇਰੇ ਚੈਨਲ ਦੀ ਮਸ਼ਹੂਰੀ ਵੀ ਕਰਦਾ ਫਰੀਜ ਕਹਿੰਦਾ ਸਬਸਕ੍ਰਾਈਬ ਕਰੋ ਇਹ ਨਹੀਂ ਗੱਲ ਰਤੇਸ਼ ਲਖੀ ਨੂੰ ਕਹਿਣ ਦੀ ਸੀ ਹੁਣੀ ਨਹੀਂ ਦਸੀ ਹੁਣੀ ਇਹੀ ਦੱਸਿਆ ਨਾ ਵੀਰੇ ਆ ਚਾ ਰਤੇਸ਼ ਲਖੀ ਪਾ ਜੀ ਕਾ ਰਹੇ ਨੇ ਹੁਣ ਇੰਦੀ ਜੇ ਸਵਾਲ ਨੇ ਨਾ ਆਪਣੇ ਤੌਰ ਤੇ ਉਹਨੇ ਤਫਤੀਸ਼ ਕੀਤੀ ਪੀ ਜਦੋਂ ਵੀ 골ਡ ਦੀ ਬਰਾੜ ਪੋਸਟ ਪਾਉਂਦਾ ਹੈ ਹੁਣ ਜਦੋਂ ਕੋਈ ਬੰਦਾ ਪੋਸਟ ਪਾਵੇ ਹਨਾ ਜਸਟ ਨਾਉ ਦੀ ਪਾਉਂਦਾ ਹੈ ਪੀ ਕਦੀ ਨਹੀਂ ਉਹਦੀ ਪੋਸਟ ਪਾਏ ਨੂੰ ਹੋਏ ਹੁੰਦੇ 2 ਮਿੰਟ ਜਾਂ 3 ਮਿੰਟ ਜਾਂ 4 ਮਿੰਟ ਇਦਾਂ ਦਾ ਕਿਹੜਾ ਰ ਉਦੋਂ ਇਹ ਪੋਸਟ ਪਾਵੇ 골ਡੀ ਬ੍ਰਾਡ ਤੋਂ ਦਾ ਸਕਰੀਨਸ਼ਾਟ ਲੈ ਲੈ ਇਦਾਂ ਦਾ ਕਿਹੜਾ ਰਿਪੋਰਟਰ ਹੈ ਹਨਾ ਵੀ ਇਹ ਇਹ ਜਾਣਦੇ ਇਹਨਾਂ ਨੂੰ ਕੋਈ ਪ੍ਰੋਵਾਈਡ ਕਰਦਾ ਰਿਪੋਰਟਰਾਂ ਨੂੰ ਜਾਂ ਇਹਨਾਂ ਨੇ ਆ ਫੇਕ ਬਣਾਏ ਬੀ ਚੱਕਰ ਕੀ ਹੈ ਇਹ ਕਿਸੇ ਦੇ ਵੀ ਮਨਛਾ ਇਹ ਸਵਾਲ ਕਿਸੇ ਦੇ ਵੀ ਉੱਠ ਸਕਦਾ ਪਰ ਹੁਣ ਸਾਡੇ ਕੋ ਮਾਧਿਅਮ ਹੈ ਅਸੀਂ ਮਾਧਿਅਮ ਨਾਲ ਆਹੀ ਬੋਲ ਸਕਦੇ ਆ ਜੇ ਇਹੀ ਫਰੈਂਚ ਅਸੀਂ ਯੂਟਿਊਬਰ ਨਾ ਹੁੰਦੇ ਤੇ ਮੇਰੇ ਮਨ ਚ ਇਹ ਸਵਾਲ ਆਇਆ ਹੁੰਦਾ ਤੇ ਮੈਂ ਆਪਣੇ ਆਪਣੇ ਦਿਲ ਚ ਹੀ ਰੱਖ ਕੇ ਬਹਿ ਜਾਂਦਾ ਹਾਂ ਸਾਰੀ ਉਮਰ ਪਰ ਹੁਣ ਸਾਡੇ ਕੋ ਮਾਧਿਅਮ ਹੈ ਅਸੀਂ ਬੋਲ ਸਕਦੇ ਆ ਵੀ ਇਹ ਕੱਲ ਇਦਾਂ ਕਿਦਾਂ ਹੋ ਸਕਦੀ ਆ ਜਸਟ ਨਾਓ ਹੀ ਹਰ ਵਾਰੀ ਕਾ ਤੂੰ ਇਹਨਾਂ ਨੂੰ ਪੋਸਟ ਮਿਲਦੀ ਏ ਜਸਟ ਨਾਓ ਵਾਲੀ 2 ਮਿੰਟ ਅਗੋ 10 ਮਿੰਟ ਅਗੋ ਹਨਾ 15 ਮਿੰਟ ਅਗੋ ਜਾਂ 30 ਮਿੰਟ ਅਗੋ ਵਾਲੀ ਪੋਸਟ ਕਿਉਂ ਨਹੀਂ ਮਿਲਦੀ ਇਹਨਾਂ ਨੂੰ ਵੀ ਨੇਚਰ ਹੋ ਗਿਆ ਹੈ ਗੋਲਡੀ ਬਰਾੜ ਨੂੰ ਪੋਸਟ ਕੀਤੇ ਉਹਨੂੰ ਸਰ ਜਿਹੜੀ ਪੋਸਟ ਇਹਨਾਂ ਨੂੰ ਉਹੀ ਮਿਲਦੀ ਏ ਵੀ ਹੁਣੇ ਪੋਸਟ ਪਾਈ ਨੇ ਹਰ ਸਕਰੀਨਸ਼ਾਟ ਇਦਾਂ ਹੀ ਹੁੰਦਾ ਹਰ ਖਬਰ ਤੇ ਕੁਝ ਨਹੀਂ ਛਡਾਉਂਦਾ ਜਸਟ ਨਾਓ ਵਾਲਾ ਤੇ ਇਦਾਂ ਤੂੰ ਰਤੇਸ਼ ਲਖੀ ਸਾਹਿਬ ੜਕ ਗਏ ਨੇ ਵੀ ਇਦਾਂ ਕਾ ਤੂੰ ਇਦਾਂ ਕਾ ਤੂੰ ਤੇ ਇਹ ਕਾ ਕੋਣੂੰ ਤੇਰੇ ਬੋਲੇ ਨਾਲੇ ਹਾਂ ਹਾਂ ਨਹੀਂ ਭਾਜੀ ਦੇਖੋ ਜਿੱਦਾਂ ਫੇਸਬੁ ਪਰ ਅੱਜ ਕੱਲ ਮੈਜੋਰਟੀ ਜਿੰਨੇ ਵੀ ਚੈਨਲ ਨੇ ਪੰਜਾਬ ਚ ਖਬਰਾਂ ਵਾਲੇ ਉਹ ਵੀ ਸਾਰੇ ਫੇਸਬੁਕ ਤੇ YouTube ਤੇ ਚੱਲ ਰਹੇ ਨੇ ਫਿਰ ਆਪਾਂ ਉਹਨਾਂ ਨੂੰ ਫੇਸਬੁਕ ਵੀ YouTube ਵੀ ਬੋਲੀਏ ਕੰਮ ਤਾਂ ਉਹ ਵੀ ਇਹੀ ਕਰ ਰਹੇ ਨੇ ਪਰ ਸਾਡਾ ਛੋਟਾ ਚੈਨਲ ਆ ਤੁਹਾਡਾ ਵੱਡਾ ਚੈਨਲ ਆ ਪਰ ਗੱਲ ਤਾਂ ਚੈਨਲ ਹੀ ਆ ਨਾ ਹੈ ਤਾਂ ਆਪਣੇ YouTube ਤੇ ਹੀ ਆਪ ਕੋਈ ਸੇਮ ਹੀ ਆ ਪਲੈਟਫਾਰਮ ਤੇ ਬਿਲਕੁਲ ਤੇ ਤੇ ਬਾਕੀ ਕ੍ਰਿਟਿਸਿਜ਼ਮ ਯਾਰ ਚੱਲਣਾ ਚਾਹੀਦਾ ਤੁਸੀਂ ਇੰਨੇ ਸੀਨੀਅਰ ਪੱਤਰਕਾਰ ਹੋ ਪੀ ਇਹਨੇ ਕੀਆਂ ਮੂਟੀਆਂ ਗੱਲਾਂ ਨਾ ਸਭ ਤੋਂ ਨੂੰ ਕਲੈਰੀਫਿਕੇਸ਼ਨ ਕਰਨੀ ਚਾਹੀਦੀ ਏ ਪੀ ਨਹੀਂ ਇਦਾਂ ਨਹੀਂ ਪੀ ਇਹ ਸਾਨੂੰ ਜੇ ਤੁਸੀਂ ਜਸਟ ਨਾਉਲੀ ਪੋਸਟ ਵੇਖਦੇ ਹੋ ਨਾ ਇਹਦੇ ਪਿਛੇ ਇਹ ਕਾਰਨ ਨੇ ਤੁਸੀਂ ਸਭ ਨੂੰ ਉਹਦਾ ਕਲੈਰੀਫਿਕੇਸ਼ਨ ਦੋ ਤੁਸੀਂ ਕਹਿ ਰਹੇ ਹੋ ਪੀ ਨਹੀਂ ਤੁਸੀਂ ਆਪ ਪੱਤਰਕਾਰ ਨਾ ਬਣਵਾ ਨਾ ਕਰੋ ਪੀ ਜੇ ਕੋਈ ਕਿਸੇ ਬੰਦੇ ਨੇ ਤੱਥ ਕੱਢਿਆ ਵਿੱਚੋਂ ਤੁਹਾਡੀ ਹਨਾ ਵਿੱਚੋਂ ਕੱਢਿਆ ਕਿਸੇ ਨੇ ਕੋਈ ਗੱਲ ਪਕੜੀ ਏ ਤਾਂ ਉਹ ਨੂੰ ਉਹ ਤੁਸੀਂ ਕਲੈਰੀਫਿਕੇਸ਼ਨ ਦੋ ਪੀ ਜਸਟ ਨਾਉ ਤਾਂ ਹੁੰਦੀ ਏ ਕਿ ਸਾਡੀ ਟੀਮ ਹੈ ਅਸੀਂ ਬੈਠੇ ਹੁੰਨੇ ਆ ਅਸੀਂ ਉਹਦੀ ਸਕਰੀਨਸ਼ਾਟ ਲੱਲੀ ਦਾ ਜਿਦੂ ਇਹ ਪੋਸਟ ਪਾਉਂਦਾ ਗੋਲਡੀ ਬਰਾੜ ਤੁਸੀਂ ਹਨਾ ਕੋਈ ਸਫਾਈ ਦੋਸ ਜੀ ਤੇ ਪਰ ਤੁਸੀਂ ਇਦਾਂ ਕਹਿ ਦੇਣਾ ਵੀ ਨਹੀਂ ਤੁਹਾਨੂੰ ਹੱਕ ਹੀ ਨਹੀਂ ਹੈ ਤੁਸੀਂ ਵੱਡੇ ਫੇਸਬੁਕ ਹੀ ਹੈ ਬੜੇ ਤੁਸੀਂ ਜਿਆਦਾ ਵਿਦਵਾੜ ਬਣੇ ਤੁਸੀਂ ਤੇ ਪੱਤਰਕਾਰ ਹੀ ਨਹੀਂ ਹੈ ਹੁਣ ਜੇ ਪੱਤਰਕਾਰ ਨਹੀਂ ਹੈ ਬੰਦਾ ਤੇ ਫਿਰ ਤੁਹਾਡੇ ਤੇ ਕੌਣ ਮਤਲਬ ਕੀ ਤੁਸੀਂ ਤੇ ਝੂਠ ਸਾਨੂੰ ਦਿਖਾਉਂਦੇ ਰਹੋਗੇ ਤੁਸੀਂ ਜੋ ਮਰਜ਼ੀ ਸਾਨੂੰ ਦਿਖਾਉਂਦੇ ਰਹੋ ਇਹ ਜੇ ਅੱਜ ਮਾੜਾ ਮੋਟਾ ਮੀਡੀ ਹਾਂ ਜੇ ਕੋਈ ਮਾੜਾ ਮੋਟਾ ਜੇ ਅੱਜ ਪੱਤਰਕਾਰ ਕੋਈ ਸੱਚ ਬੋਲੇਗਾ ਨਾ ਤੇ ਉਹ ਸੋਸ਼ਲ ਮੀਡੀਆ ਦੀ ਦੇਣ ਹੋਣੀ ਹੈ ਇਫ ਯੇਸ ਬੁਕੀਆਂ ਇਹ YouTube ਵੀ ਆਂ ਦੀ ਦੇਣ ਹੋਣੀ ਹੈ ਜੇ ਕੋਈ ਪੱਤਰਕਾਰ ਸੱਚ ਬੋਲ ਰਿਹਾ ਕਿਉਂਕਿ ਉਹਨੂੰ ਪਤਾ ਹੈ ਪਿੱਛੋਂ ਡੰਡਾ ਡੰਡੇ ਵਾਲੇ ਆਏ ਨੇ ਪੀਨਾਲੀ ਉਹੀ ਗੱਲ ਉਹੀ ਰੋਲ ਦੇਣੀ ਹੈ ਸਿੰਪਲ ਗੱਲ ਗੋਦੀ ਮੀਡੀਆ ਤੋਂ ਡਰ ਲੱਗਦਾ ਜਨਤਾ ਨੂੰ ਜਦੋਂ ਗੋਦੀ ਮੀਡੀਆ ਸਾਰੇ ਸੱਚ ਝੂਠਿ ਸੋ ਹੁੰਦਾ ਹੁਣ ਇੱਕ ਚੈਨਲ ਸੈਨਟੀ ਟੀਵੀ ਸੱਚ ਬੋਲਦਾ ਸੀ ਉਹ ਵੀ ਮੋਦੀ ਦੇ ਯਾਰ ਨੇ ਖਰੀਦ ਲਿਆ ਹੁਣ ਰਵੀਸ਼ ਕੁਮਾਰ Facebook YouTube ਤੇ ਆਇਆ ਨਾ ਕਿ ਹਾਂ ਮੈਂ ਆਪਣਾ ਚੈਨਲ ਬਣਾ ਰਿਹਾ ਹਣਾ ਉੱਥੇ ਆ ਕਿਉਂਕਿ ਸੱਚ ਬੰਦੇ ਨੂੰ ਪਤਾ ਅੱਜ ਕੱਲ੍ਹ ਚੱਲਣਾ ਇੱਥੇ Facebook ਜਾਂਦੇ ਆ ਕਿਸੇ ਵੱਡੀ ਕੰਪਨੀ ਨੂੰ ਸੱਚ ਬੋਲਣ ਨਹੀਂ ਦੇਣਾ ਤੇ ਰਤੇਸ਼ ਲਖੀ ਭਾਈ ਆ ਪਤਾ ਮੈਂ ਫੈਨ ਆ ਤੇ ਬਿਲਕੁਲ ਫੈਨ ਆ ਇਧਰ ਰਿਪੋਰਟੇ ਕਿ ਤੁਸੀਂ ਕਰਦੇ ਹੋ ਬਹੁਤ ਜਿੱਥੇ ਕੋਈ ਗਲਤ ਲੱਗਦਾ ਤੇ ਆਪਾਂ ਨੂੰ ਬੋਲਣ ਦਾ ਵੀ ਹੱਕ ਹੈ ਆਪਾਂ ਹੀ ਤੁਹਾਨੂੰ ਸੁਣੀਦਾ ਲੋਕੀ ਤੁਹਾਨੂੰ ਸੁਣਦੇ ਨੇ ਤੇ ਜਿਹੜੇ ਬੰਦੇ ਸੁਣਦੇ ਨੇ ਉਹੀ ਤੁਹਾਨੂੰ ਸੱਚਾ ਜਾਂ ਝੂਠਾ ਬੋਲਣਗੇ ਤੇ ਆਹ ਗੱਲ ਆ ਚਲੋ ਭਾਈ ਪੋਡਕਾਸਟ ਬਣਾ ਬਹੁਤ ਲੰਬਾ ਹੋ ਗਿਆ ਤੇ ਕਰਦੇ ਆ ਆਪਾਂ ਤੇ ਬਾਕੀ ਮੈਂ ਹਰ ਇੱਕ ਬੰਦੇ ਨੂੰ ਇਹੀ ਕਹਿਣਾ ਚਾਹਨਾ ਜੇ ਕਿਸੇ ਬੰਦੇ ਨੇ ਆਪਣਾ ਦਬਾਅ ਸਹੀ ਕਰਨਾ ਜੇ ਕੋਈ ਸੱਚੀ ਖਬਰ ਵੇਹਣੀ ਹੈ ਹਿੰਦੀ ਚ ਸਵਾਲ ਨੂੰ ਸਭ ਤੋਂ ਪਹਿਲਾਂ ਵੇਖ ਲਿਆ ਕਰੋ ਮੈਂ ਸਵੇਰੇ ਉੱਠ ਕੇ ਕੋਈ ਚੈਨਲ ਨਹੀਂ ਵੇਖਦਾ ਸਿਰਫ ਹਿੰਦੀ ਚ ਸਵਾਲ ਵੇਖਦਾ ਜਿਹੜੀ ਵੀ ਖਬਰ ਸੱਚੀ ਝੂਠੀ ਉਹ ਤੁਹ ਪਤਾ ਲੱਗ ਜਾਂਦੀ ਕੋਈ ਮੀਡੀਆ ਨਹੀਂ ਮੈਂ ਹੋਰ ਵੇਖਦਾ ਹੁੰਦਾ ਉਸ ਤੋਂ ਬਾਅਦ ਵੇਖੀ ਤੇਰੇ ਬਾਅਦ ਚ ਪਰ ਪਹਿਲੇ ਨੰਬਰ ਤੇ ਹਿੰਦੀ ਚ ਸਵਾਲ ਵੇਖ ਬਾਅਦ ਚ ਦੇਖੀ ਵੀ ਕੀ ਹੋ ਰਿਹਾ ਕੀ ਨਹੀਂ ਸੱਚੀ ਖਬਰ ਕਿਹੜੀ ਹੈ ਸਹੀ ਆ ਸਹੀ ਆ ਸਹੀ ਆ ਚਲੋ ਭਾਜੀ ਹਿੰਦੀ ਚ ਸਵਾਲ ਦੀ ਇੰਟਰਵਿਊ ਆਈ ਸੀ ਪਿਛੇ ਸਾਬੀ ਵਾਲੇ ਚੈਨਲ ਤੇ ਹਣਾ ਉਹ ਸਾਬੀ ਵਾਲੇ ਚੈਨਲ ਤੋਂ ਬੜੇ ਸਵਾਲ ਪੁੱਛੇ ਨੇ ਉਹ ਵੀ ਦੇਖ ਲਓ ਜਾ ਕੇ ਉਹ ਸਾਬੀ ਵਾਲੇ ਭਾਜੀ ਦੇ ਚੈਨਲ ਤੇ ਤੇ ਚਲੋ ਭਈ ਅੰ ਪੋਡਕਾਸਟ ਦਾ ਲੰਬਾ ਹੋ ਗਿਆ ਬਾਦੂ ਪੋਡਕਾਸਟ ਤੇ ਚਲੋ ਜੀ ਮਿਲਦੇ ਆ ਤੁਹਾਨੂੰ ਅਗਲੇ ਪੋਡਕਾਸਟ ਚ ਤੇ ਸਾਡੀ ਸਿਹਤ ਲਈ ਕਾਮਨਾ ਕਰਿਓ ਕਿ ਜਲਦੀ ਜਲਦੀ ਠੀਕ ਹੋਈਏ ਤੇ ਚਲ ਜੀ ਹੋਰ ਵੀ ਗੋਲੀਆਂ ਖਾਦੀਆਂ ਬਾਦਰ ਤੇ ਗੋਲੀਆਂ ਖਾਦੀਆਂ ਦੀ ਸਿਹਤ ਵਾਸਤੇ ਕਾਮਯਾਬੀ ਕਰਿਓ ਇਹ ਜੇ ਕੰਮ ਲੱਗਣੀ ਜਾਂ ਮਰਨ ਵਾਲੇ ਹੋ ਜਾਏ ਬੇਬੀ ਮੈਨੂੰ ਫਲੂ ਹੋ ਗਿਆ ਓਏ ਇਹ ਕਿਹਦਾ ਨਾ ਫੋਨ ਤੇ ਉਹ ਪਾਜੀ ਆਵਾਜ਼ ਜਦੋਂ ਨਿਕਲੂਗੀ ਨਹੀਂ ਮੂੰਹ ਚ ਉਹ ਤਾਂ ਬੰਦਾ ਬੋਲੂਗਾ ਕਿਦਾਂ ਜੇ ਆਵਾਜ਼ ਨਹੀਂ ਬੋਲੂਗਾ ਹੁਣ ਬੁਖਾਰ ਹੋਵੇ ਕੋਈ ਨਾ ਤੇਰੀ ਪਾਜੀ ਡੱਡ ਬਿਟ ਬ ਕੋਈ ਨਾ ਟਿਕ ਟਕ ਤੇ ਤੂੰ ਇੱਕ ਟਿਕਟੌਕ ਤੇ ਨਵੀਂ ਆਈਟਮ ਵੇਖੀ ਪਤਾ ਨਹੀਂ ਉਹ ਮੁੰਡਾ ਪਤਾ ਨਹੀਂ ਕਿੱਥੋਂ ਕੈਨੇਡਾ ਤੋਂ ਆ অস্ট্রেলিয়া ਤੋਂ ਅੱਜ ਕੱਲ ਉਹ ਲੈਕਚਰ ਜਿਹਾ ਬਹੁਤ ਦਿੰਦਾ ਜੇ ਤੁਹਾਡਾ 파ਟਨਰ ਗੱਡੀ 'ਚ ਬੈਠਾ ਹੁੰਦਾ ਆਹ ਵਾਓ ਉਹ ਐਂਡਰੋ ਟੇਡ ਬੰਦਾ ਵੀਰੇ ਯਾਰ ਤੇਰੀ ਪਰਸਨੈਲਿਟੀ ਸੋਹਣੀ ਆ ਹੀ ਤੈਨੂੰ ਰੋਸਟ ਨਹੀਂ ਕਰ ਰਹੇ ਜੇ ਤੂੰ ਸਾਡੀ ਵੀਡੀਓ ਵੇਖੇ ਆਹ ਪਰ ਮਤਲਬ ਕਿ ਵੀਰੋ ਯਾਰ ਉਹ ਕਨਸੈਪਟ ਅਲੀ ਉਹਦਾ ਸਮਝ ਆਇਆ ਚਲੋ ਕੋਈ ਨਾ ਅਗਲਾ ਆਪਣੇ ਸਾਡਾ ਬਣਾਉਂਦਾ ਉਹ ਕੰਸਮਟ ਕੋਈ ਆਪਾਂ ਗਏ ਨਹੀਂ ਵਧੀਆ ਵਧੀਆ ਹਾਂ ਚਲੋ ਭਾਈ ਹੁਣ ਐਂਡ ਕਰੀਏ ਆਪਾਂ ਨੂੰ ਅਸਲ ਦਸਤਾਂ ਨਾ ਦਿੰਦਾ ਕੰਟੈਂਟ ਇੰਨਾ ਇਕੱਠਾ ਹੋਇਆ ਆਪਣਾ ਪੋਡਕਾਸਟ ਨਹੀਂ ਹੋਣਿਆ ਜਿੰਨੀ ਵਰੀ ਐਂਡ ਕਰੀ ਨਵੀਂ ਗੱਲ ਜਾਇਦਾ ਜਾਂਦੀ ਆ ਤੇ ਚੀਜ਼ਾਂ ਤੇ ਬੋਧ ਪਈਆਂ ਨੇ ਮੈਂ ਕਹਿੰਨਾ ਓਸ਼ੋ ਦੀ ਬੜੀ ਵਧੀਆ ਸੀ ਮੈਂ ਤੇ ਦੋ ਦਿਨ ਲਾਇਏ ਓਸ਼ੋ ਦੀ ਪੂਰੀ ਬਾਇਓਗ੍ਰਾਫੀ ਪਰ ਜੋ ਕੋਈ ਨਹੀਂ ਅਗਲੀ ਵੀਡੀਓ ਚ ਅਗਲਾ ਨਿਕਲ ਜੂਆ ਬੜਾ ਪੋਡਕਾਸਟ ਚ ਚਲੋ ਠੀਕ ਆ ਮਿਲਦੇ ਆਂ ਜੀ ਅਗਲੇ ਪੋਡਕਾਸਟ ਚ ਤੇ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ